ਗੁਰਦਿਆਲ ਸਿੰਘ ਦਾ ਨਾਵਲ ਅਧ ਚਾਨਣੀ ਰਾਤ ਦਾ ਤੀਸਰਾ ਅੰਗ ਹੈ ਅਵੇਰ ਜੇਲੂ ਆਉਣ ਮਗਰੋਂ ਮੋਦਨ ਦੋ ਦਿਨ ਅੰਦਰੋਂ ਨਹੀਂ ਸੀ ਨਿਕਲਿਆ ਤੜਕੇ ਮੂੰਹ ਨੇ ਰਹੀ ਉਹ ਬਾਹਰ ਅੰਦਰ ਜਾਉਂਦਾ ਤੇ ਉਸ ਪਿੱਛੋਂ ਸਾਰਾ ਦਿਨ ਬੇਬੇ ਕੋਲ ਪਿਆ ਰਹਿੰਦਾ ਪਰ ਬੇਬੇ ਦੀਆਂ ਢਿੱਲੀਆਂ ਗੱਲਾਂ ਨੇ ਉਹਨੂੰ ਹੋਰ ਵੀ ਾਕਾ ਦਿੱਤਾ ਸੀ ਤੀਜੇ ਦਿਨ ਸੱਜਣ ਆਇਆ ਤਾਂ ਪਹਿਲਾਂ ਉਹਦੀ ਘਣੇ ਦੇ ਮੁੰਡਿਆਂ ਵਾਂਗ ਬਧੀ ਗੁੱਗੜ ਵੇਖ ਕੇ ਮੋਦਨ ਨੂੰ ਹੈਰਾਨੀ ਤੇ ਦੁੱਖ ਹੋਇਆ ਫਿਰ ਜਦੋਂ ਆਪਣਾ ਚਾਦਰ ਚੁੱਕ ਕੇ ਉ ਤਾਂ ਟਾਕਾਂ ਤੇ ਧਰਦਿਆ ਉਹਦੇ ਕੋਲ ਮੰਜੇ ਤੇ ਬੈਠਣ ਦੀ ਥਾਂ ਖੜਾ ਖੜੋਤਾ ਹੀ ਦੱਸਣ ਲੱਗ ਪਿਆ ਕਿ ਉਹਨੇ ਮੰਡੀ ਤਾਰੇ ਸਿਰੀ ਨਾਲ ਸਟੇਸ਼ਨ ਉੱਤੇ ਕਿਵੇਂ ਮੋਦਨ ਦੀ ਉਡੀਕ ਕਰਦੇ ਆ ਦੋ ਤਿੰਨ ਗੱਡੀਆਂ ਵੇਖੀਆਂ ਸੀ ਤਾਂ ਮੋਦਨ ਨੂੰ ਉਹ ਨਿਰਾ ਝੂਠ ਮਾਰਦਾ ਲੱਗਿਆ ਕਿਹੜੇ ਕੰਮ ਉਹ ਤਿੰਨ ਚਾਰ ਦਿਨ ਬਾਹਰ ਰਿਹਾ ਸੀ ਇਸ ਬਾਰੇ ਮੋਦਨ ਨੂੰ ਪੂਰਾ ਸ਼ੱਕ ਸੀ ਕਿ ਉਹ ਸੱਚ ਨਹੀਂ ਸੀ ਦੱਸ ਰਿਹਾ ਤੇ ਸਭ ਤੋਂ ਮਾੜੀ ਗੱਲ ਇਹ ਕਿਉਂ ਬਾਈ ਮੋਦਨ ਕੋਲ ਬੈਠਣਾ ਜਿਵੇਂ ਹੁਣ ਆਪਣੀ ਹੱਦ ਤੱਕ ਸਮਝਦਾ ਸੀ ਤੇ ਉਵੇਂ ਹੀ ਆਨੀ ਬਹਾਨੀ ਖੜੋ ਤੱਕ ਕਦੇ ਢਿੱਲੜ ਜੀ ਬੰਨੀ ਮਾਵੇ ਵਾਲੀ ਪੱਗ ਹੀਠੋਂ ਸ਼ਾਹ ਕਾਲੇ ਲਿਸ਼ਕ ਦੇ ਵਾਲ ਖੁਰਕ ਲੰਗਾ ਕਦੇ ਵਧੀਆ ਪਾਪਲੀਨ ਦੇ ਕੁੜਤੇ ਦੀਆਂ ਖੁੱਲੀਆਂ ਢਿਲਕ ਦੀਆਂ ਬਾਹਾਂ ਚੜਾਉਣ ਲੱਗ ਪੈਂਦਾ ਸੀ ਤੇ ਮੋਦਨ ਨੂੰ ਉਹ ਪਲਾਂ ਚਿਨਾਚੀ ਭੜਾ ਲੱਗਣ ਲੱਗ ਪਿਆ ਬੇਬੇ ਨੇ ਜੋ ਕੁਝ ਉਹਦੇ ਬਾਰੇ ਦੱਸਿਆ ਸੀ ਉਹ ਸਭ ਸੱਚ ਜਾਪਣ ਲੱਗ ਪਿਆ ਉਦੋਂ ਆਥਣੇ ਮਨ ਬੜਾ ਉਚਾਟ ਹੋ ਗਿਆ ਤੇ ਪਰੋਸੀ ਰੋਟੀ ਛੱਡ ਕੇ ਮੋਦਨ ਚੁੱਪ ਕੀਤਾ ਬਾਹਰ ਨੂੰ ਤੁਰ ਗਿਆ ਛੋਟਾ ਘਰ ਨਹੀਂ ਸੀ ਸੱਜਣ ਦੀ ਬੋਟੀ ਨੇ ਕਣੱਖੀ ਨਿਗਾ ਉਸ ਵੱਲ ਵੇਖਿਆ ਤੇ ਨਿੱਗਾ ਟਾਕਾ ਹਲਾਉਂਦੀ ਨਿੱਕਾ ਜਿਹਾ ਢ ਕੱਢੀ ਚੌਂਕੇ ਚੋਂ ਅੰਦਰ ਜਾਂਦੇ ਆ ਜਿਹੜਾ ਨਰੜਾ ਉਹਨੇ ਵੇਖਿਆ ਉਸ ਨਾਲ ਮੋਦਨ ਦਾ ਚਿੱਤ ਹੋਰ ਵੀ ਭੜਾ ਪੈ ਗਿਆ ਗਲੀ ਦੇ ਮੋੜ ਤੇ ਆ ਕੇ ਸਬਬ ਨਾਲੀ ਸਾਹਮਣੋਂ ਸ਼ੇਰੀ ਆਉਂਦਾ ਦਿਸਿਆ ਤਾਂ ਉਸੇ ਵੇਲੇ ਮੋਦਨ ਭੌਗਿਆ ਸ਼ੇਰੀ ਵੀ ਉਹਨੇ ਵੀ ਪਾ ਕੇ ਲੰਘਿਆ ਜਿਵੇਂ ਉਹਨੇ ਇੱਧਰ ਵੇਖਿਆ ਹੀ ਨਾ ਹੋਵੇ ਪਰ ਸੱਜੇ ਪਾਸੇ ਭੌਂਦਿਆਂ ਉਹਨੂੰ ਰੁਲਦੂ ਦਾ ਚੇਤਾ ਆਇਆ ਤਾਂ ਚਿੱਤ ਕਿਸੇ ਗੁੱਝੀ ਤਸੱਲੀ ਨਾਲ ਖਿੜ ਗਿਆ। ਤੌਰ ਕਾਲੀ ਹੋ ਗਈ ਤੇ ਫਿਰ ਜਦੋਂ ਉਹਦੇ ਵੇੜੇ ਵਿੱਚ ਅੱਗ ਮੱਚਦੀ ਵੇਖੀ ਤਾਂ ਸਾਰੀ ਉਦਾਸੀ ਕਫੂਰ ਹੋ ਗਈ। ਕਿਹੜਾ ਹੈ? ਉਹਨੂੰ ਬੂਹੇ ਵੜਦਿਆਂ ਵੇਖ ਕੇ ਅੱਗ ਦੇ ਚਾਨਣ ਵੱਲੋਂ ਹੱਥ ਦੀ ਓਟ ਕਰਦੇ ਆਂ। ਰੁਲਦੂ ਨੇ ਪੁੱਛਿਆ ਤੇ ਜਦੋਂ ਮੋਦਨ ਚੁੱਪ ਕੀਤਾ ਗਾਂ ਹੀ ਤੁਰਿਆ ਆ ਤਾਂ ਰੁਲਦੂ ਉੱਠ ਕੇ ਖੜਾ ਹੋ ਗਿਆ। ਨਿਗਾ ਟਕਾ ਕੇ ਝਾਕਦੇ ਉਬੜਬੜਾਈ ਬਾਚ ਬੋਲਿਆ ਕਿਹੜਾ ਹੈ? ਵਾਈ ਮੋਦਨ ਹੈ ਕਿ ਲੱਗਦਾ ਤਾਂ ਮੋਦਨ ਦਾ ਸਨ ਮਨ ਸਾਰੇ ਸੰਸੇ ਲਾ ਕੇ ਹੌਲਾ ਫੁੱਲ ਹੋ ਗਿਆ ਹੁਣ ਤਾਂ ਇਉਂ ਉਹਨੂੰ ਪਿੰਡ ਦੇ ਕਿਸੇ ਬੰਦੇ ਨੇ ਨਹੀਂ ਸੀ ਪਛਾਣਿਆ ਪਛਾਣੇ ਵੀ ਕੌਣ ਉਹ ਮੋਦਨ ਤਾਂ ਜਿਵੇਂ ਰਿਆ ਹੀ ਨਹੀਂ ਸੀ ਓਏ ਆ ਓਏ ਬਾਈ ਮੋਦਿਆ ਗਾਂ ਵਧ ਕੇ ਆਟੇ ਦੇ ਲਿਬੜੇ ਹੱਥੀ ਰੁਲਦੂ ਨੇ ਉਹਨੂੰ ਜੱਫੀ ਪਾ ਲਈ ਤੇ ਜੱਫੀ ਘੁੱਟਦਿਆਂ ਤੇ ਪਿੱਠ ਥਾਪੜਦੇ ਆਪ ਮੁਹਾਰਾ ਹੀ ਬੋਲਣ ਲੱਗ ਪਿਆ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਸੀ ਆਪਣੇ ਟੀਬੀ ਵਾਲੇ ਘਰ ਘਰ ਕੰਨੀ ਗਿਆ ਵੀ ਪਰ ਫਿਰ ਸੋਚਿਆ ਤੂੰ ਤਾਂ ਅੰਦਰਲੇ ਘਰ ਹੋਏਗਾ ਉਥੇ ਜਾਣ ਨੂੰ ਚਿਤ ਨਹੀਂ ਮੰਨਿਆ ਹੁਣ ਗੱਲ ਦਾ ਤਾਂ ਤੈਨੂੰ ਵੀ ਕਿਹੜਾ ਪਤਾ ਨਹੀਂ ਓਏ ਮੁੰਡਿਆਂ ਪੀੜੀ ਲਿਆ ਓਏ ਤੇਰੇ ਚਾਚੇ ਆਸਤੇ ਕਿੱਧਰ ਮਰ ਗਏ ਆ ਕੰਜਰ ਦਾ ਕੰਜਰ ਐਡਾ ਅਲੱਥ ਹੈ ਤੂੰ ਖੜੋ ਕੇ ਰਬ ਮੈਂ ਕੋਈ ਮੰਜਾ ਪੀੜੀ ਲਿਆਵਾ ਭਾਈ ਮੋਦਨ ਮੁਸਕਰਾ ਪਿਆ ਉਹਨੂੰ ਰੁੱਲਦੂ ਦੇ ਸੁਭਾ ਦਾ ਚੰਗੀ ਤਰ੍ਹਾਂ ਪਤਾ ਸੀ ਜਏ ਵੇਲੇ ਉਹ ਹਥਣੀ ਹੋ ਜਾਂਦਾ ਪਤਾ ਨਹੀਂ ਸੀ ਲੱਗਦਾ ਕਿ ਯਾਰ ਨੂੰ ਕਿੱਥੇ ਭਾਏ ਕੀ ਸੇਵਾ ਕਰੇ ਬਸ ਫਿਰ ਜਬਲੀਆਂ ਮਾਰਨ ਲੱਗ ਪੈਂਦਾ ਉਹਦੀਆਂ ਇਹ ਜੱਪਲੀਆਂ ਨਾਲੋਂ ਵੀ ਕਿਸੇ ਦੀ ਕੋਈ ਗੱਲ ਬੰਦੇ ਨੂੰ ਵਧੇਰੇ ਸਿਆਣੀ ਤੇ ਮੂਹ ਭਿੱਜੀ ਲੱਗ ਸਕਦੀ ਐ ਭਲਾ ਮੋਦਰ ਨੇ ਸੋਚਿਆ ਅੰਦਰੋਂ ਟੁੱਟੀ ਡੌਣ ਤੇ ਬਾਣ ਦਾ ਦੀ ਚੌਖੜੇ ਦੀ ਪੀੜੀ ਲਿਆ ਕੇ ਚੁੱਲ੍ਹੇ ਮੁਰੇ ਡੌਣਿਆਂ ਰੁਲਦੂ ਉਸੇ ਰੋਂਚ ਬੁਲੀ ਗਿਆ ਲੈ ਬਾਈ ਆ ਤਾਂ ਬਾੜੀ ਚੰਗੀ ਗੱਲ ਹੋਈ ਤੂੰ ਆ ਗਿਆ ਸੌਂ ਗਉ ਦੀ ਚਿੱਤ ਬਲਾ ਉਦਾਸ ਰਹਿੰਦਾ ਸੀ ਤੈਨੂੰ ਪਤਾ ਹੈ ਜਦੋਂ ਬੰਦੇ ਦਾ ਚਿੱਤ ਉਦਾਸ ਹੋਵੇ ਫਿਰ ਕੁਝ ਚੰਗਾ ਨਹੀਂ ਲੱਗਦਾ ਫਿਰ ਕੋਈ ਯਾਰ ਬਾਸ਼ ਪਾਲੀਦਾ ਪਰ ਯਾਰ ਬਾਸ਼ ਉਤੇ ਯਾਰ ਬਾਸ਼ ਉਤੇ ਤਾਂ ਲੱਖ ਦੁਨੀਆ ਬਣੀ ਫਿਰੇ ਪਰ ਜਿਹਨੂੰ ਅੰਦਰਲਾ ਨਾ ਮੰਨੇ ਉਹਦੇ ਨਾਲ ਯਾਰੀ ਕਾਦੀ ਹੈ ਤੇ ਦੁਨੀਆ ਹੁਣ ਸਾਰੀ ਹੋਈ ਫਿਰਦੀ ਆ ਭਰਾਵਾ ਮਤਲਬ ਦੀ ਸੱਚ ਹੋਰ ਸੁਣਾ ਤੇਰਾ ਕੀ ਹਾਲ ਚਾਲ ਹੈ ਸਰੀਰ ਤਾਂ ਤਕੜਾ ਰਿਹਾ ਉੱਥੇ ਸੌਰੀ ਹੋਰ ਕੀ ਹੈ ਸੌਰੀ ਸਮਝ ਕੇ ਹੀ ਦੋ ਦਿਨ ਕੱਟੀ ਹੁੰਦੀ ਹੈ ਉਸ ਨਰਕ ਚ ਸੌਰੀ ਸਮਝ ਕੇ ਦਿਨ ਕੱਟੀ ਹੁੰਦੀ ਹੈ ਉਸ ਨਰਕ ਚ ਹੂੰ ਤਾਂ ਬੰਦੇ ਤੋਂ ਦੋ ਪਲ ਕਿਹੜਾ ਕੱਟੇ ਜਾਣ ਪਰ ਯਾਰ ਤੂੰ ਤਾਂ ਮਾੜੀ ਬਲਾ ਹੋਇਆ ਪਿਆ ਜਮਾਈ ਬੁੜਾ ਜਿਹਾ ਹੋਇਆ ਲੱਗਦਾ ਮੇਰੇ ਨਾਲੋਂ ਵੀ ਰਿਆ ਘੜੋਤਾ ਪਰ ਜਦੋਂ ਮੈਂ ਮੁਲਾਕਾਤ ਕਰਨ ਗਿਆ ਸੀ ਉਦੋਂ ਤਾਂ ਤੂੰ ਤਕੜਾ ਸੀ ਦੋ ਕੁ ਬਰਿਆਂ ਦੀ ਗੱਲ ਹੋ ਖੈਰ ਭਾਈ ਇੱਕ ਗੱਲ ਹੋਰ ਹੈ ਕੈਦੀ ਕਹਿੰਦੇ ਆ ਜਿਵੇਂ ਇੱਧਰਲਾ ਘਰ ਛੇਤੀ ਛੱਡਣ ਨੂੰ ਜੀ ਨਹੀਂ ਕਰਦਾ ਉਵੇਂ ਉਧਰ ਵੀ ਆਉਣ ਨੂੰ ਚਿਤ ਨਹੀਂ ਮੰਨਦਾ ਮੋਹ ਸਾਲਾ ਬੜੀ ਚੀਜ਼ ਹੈ ਕਾਸੀ ਨਾਲ ਪੈ ਜਾਏ ਚਾਹੇ ਨਰਕ ਹੋਵੇ ਚਾਹੇ ਸਵਰਗ ਹੋਵੇ ਕੰਨਈ ਬਾਈ ਤੈਨੂੰ ਤਾਂ ਹੁਣ ਬਾਲਾ ਪਤਾ ਐ ਇਸ ਗੱਲ ਦਾ ਮੋਦਨ ਮੁੱਛਾਂ ਦੀ ਮੁਸਕਰਾਉਂਦਾ ਰਿਹਾ ਪਰ ਉਲਦੂ ਦੀਆਂ ਯਬਲੀਆਂ ਨੇ ਮਨ ਪਾਰਾ ਕਰਤਾ ਤੇ ਉਹਦਾ ਮੱਲੋ ਮੱਲੀ ਹੋਕਾ ਨਿਕਲ ਗਿਆ ਲੈ ਮੈਂ ਦੋ ਗੁੱਲੀਆਂ ਲਾ 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 ਫਿਰ ਆਪਾਂ ਅੰਦਰ ਚੱਲ ਕੇ ਬਹਿਨੇ ਆ ਨਿੱਗੇ ਹੋ ਕੇ ਨਾਲੇ ਚੰਗੀ ਤਰ੍ਹਾਂ ਨਿੱਗੇ ਹੋਵਾਂਗੇ ਉਹਵੇਂ ਆਪ ਮੁਹਾਰਾ ਬੋਲੀ ਜਾ ਰਿਹਾ ਸੀ ਇੱਕ ਵਾਰੀ ਵੀ ਮੋਦਨ ਦਾ ਹੰਗਾਰਾ ਉਸ ਨਹੀਂ ਸੀ ਉਡੀਕਿਆ ਰੋਟੀ ਤੂੰ ਸੱਚ ਬਾਈ ਕਿੰਨੀ ਖਾਏਂਗਾ ਲੈ ਹੈ ਕਮਲਾ ਅਜੇ ਤੂੰ ਕਿੱਥੋਂ ਖਾਲੀਆਂ ਦੋੜਾ ਸਾਨੂੰ ਪਤਾ ਥੋਡੇ ਸਭ ਲੋਕਾਂ ਦੇ ਘਰ ਖਾਣਾ ਅੱਧੀ ਰਾਤ ਨੂੰ ਪੱਕਦਾ। ਜੇ ਖਾਣਾ ਸਦਿਆਂ ਖਾ ਲਿਆ ਤਾਂ ਫੇਰ ਤਾਂ ਜੱਟ ਬੂਟ ਰਹਿ ਗਏ। ਕਵੇਲੇ ਖਾਓ ਸਰਦਾਰੀ ਠਾਠ ਜਿਹੀ ਹੋਈ ਭਾਈ ਸੁਖ ਨਾਲ। ਤੇ ਰੂਲਦੂ ਛਟੀਆਂ ਤੇ ਗਿੱਲੇ ਗੋਇਆਂ ਦੀ ਅੱਗ ਨਾਲ ਧੁਖੜਦੇ ਆ। ਆਪਣੀ ਗਿੱਚੀ ਪਿਛਲੀਆਂ ਚਾਰ ਕਬੂਦੂਰੀਆਂ 부ਦਰੀਆਂ ਨੂੰ ਸਿਰ ਮਾਰ ਮਾਰ ਹਲਾਉਂਦਾ ਸੰਘਣੇ ਦੰਦ ਖੋਦੀਆਂ ਜੀਆਂ ਮੁੱਛਾਂ ਵਿੱਚੋਂ ਲਿਸ਼ਕਾਉਣ ਲੱਗ ਪਿਆ। ਧੂਏ ਨਾਲ ਵਗਦੇ ਪਾਣੀ ਨੂੰ ਕੁੜਤੇ ਨਾਲ ਪਹੁੰਚਦੇ ਆਂ ਅੱਖਾਂ ਜੋਰ-ਜੋਰ ਦੀਆਂ ਉਹ ਮੜਨ ਲੱਗ ਪਿਆ ਜਿਵੇਂ ਜਾਉਂਟ ਘੜੋਤੇ ਹੋਏ ਮੈਂ ਆਟਾ ਥੋੜਾ ਜਿਹਾ ਹੋਰ ਗੁੰਨ ਲਾ ਤੇ ਹਾਂ ਨੂੰ ਥੋੜਾ ਹੋ ਤੇ ਮੋਦਨ ਦੇ ਬਾਰ ਬਾਰ ਕਹਿਣ ਤੇ ਵੀ ਉਹ ਨਹੀਂ ਰੁਕਿਆ ਉਵੇਂ ਗੱਲਾਂ ਕਰਦੇ ਆ ਉਹ ਸਾਟੇ ਦੀ ਕਾਵਾਂ ਖਰੋਲੀ ਕੀਤੀ ਤੇ ਕਰੜਾ ਜਿਹਾ ਕਰਕੇ ਥੱਪਣੇ ਉੱਤੇ ਪਾਣੀ ਹੱਥੀਆਂ ਰੋਟੀਆਂ ਥੱਪਣ ਲੱਗ ਪਿਆ ਲੈ ਥੱਪਣਾ ਬਾਈ ਕਿੰਨੇ ਹੀ ਵਰੇ ਪਿੱਛੋ ਅੱਜ ਵਰਤੇ ਆ ਤੂੰ ਹੀ ਭਾਗਾ ਵਾਲਾ ਆਇਆ ਹੋਇਆ ਜਿਨੇ ਜਲਕੁਰ ਦੇ ਥੱਪਣੇ ਨੂੰ ਹੱਥ ਲਵਾਤਾ ਬੜੀ ਸੱਚੀ ਆ ਰਹੀ ਧੀ ਮੀਸੀ ਬਾਈ ਮੋਦੇਆ ਕੀ ਅੰਤ ਹੈ ਐ ਕਿਰਾਂ ਘਰ ਨੂੰ ਘਰ ਦੀ ਚੀਜ਼ ਵਸਤ ਨੂੰ ਤਾਂ ਐਸਾ ਸਾਮਕੇ ਰੱਖਦੀ ਸੀ ਬਈ ਮੇਮਾਂ ਸਾਲੀਆਂ ਕੀ ਰੱਖਦੀਆਂ ਹੋਣਗੀਆਂ ਤੇ ਨਾਲੇ ਸੱਚੀ ਪੁੱਛਦਾ ਸੀ ਮੇਮਾਰਗੀ ਤੂੰ ਤਾਂ ਹੁਣ ਦੇਖੀ ਸੀ ਕੋਈ ਸਾਰੇ ਕੋਈ ਸਾਰੇ ਕੋਈ ਪਿੰਡ 'ਚ ਐਸੀ ਤੀਮੀ ਤੇਰੀ ਪਰਜਾਈ ਅਰਗੀ ਬਸ ਫਿਰ ਐਸੇ ਕਰਕੇ ਮੁੜ ਕੇ ਕੋਈ ਪੰਗਾ ਲੈਣ ਨੂੰ ਜੀ ਨਹੀਂ ਕੀਤਾ ਉਹ ਕੋਈ ਘਾਟਾ ਸੀ ਕਿਸੇ ਗੱਲ ਦਾ ਸਾਖ ਵੀ ਔਖਾ ਸੋਖਾ ਕਿਤੇ ਕੋਈ ਥਿਆ ਜਾਂਦਾ ਸਾਖ ਨਾ ਸਹੀ ਤਕਰੀਬਿਆਂ ਦਾ ਤਾਂ ਕੋਈ ਘਾਟਾ ਹੀ ਹੈ ਨਹੀਂ ਸੀ ਉਹ ਤਾਂ ਹੁਣ ਵੀ ਪਿੱਛਲ ਵਰੇ ਮੱਗਰ ਬਿੰਤਾ ਕਰ ਰਿਹਾ ਆਪ ਦੇ ਸਹੁਰਿਆਂ ਤੋਂ ਕੋਈ ਅਧਖੜ ਜੀ ਲਿਆ ਕੇ ਦਿੰਦਾ ਸੀ ਦਸ ਦਬੀ ਸਾਉ ਸੀ ਪਰ ਮੈਂ ਕਿਹਾ ਨਾ ਭਰਾਵਾ ਜਲ ਕੋ ਰਰਗੀ ਤੀਵੀ ਨਾਲ ਰਹਿ ਕੇ ਬੰਦਾ ਹੋਰ ਕਿਸੇ ਨਾਲ ਨਹੀਂ ਕੱਟ ਸਕਦਾ ਨਾਲੇ ਉਹ ਜਿਹੜਾ ਹੀਰੇ ਵਰਗਾ ਪੁੱਤ ਸੰਭਲਾ ਕੀ ਗਈ ਆ ਉਹਨੂੰ ਤਾਂ ਮਤੇਈ ਉਹੀ ਰੋਲ ਦੂ ਰੋਲਣ ਨੂੰ ਤਾਂ ਬਾਈ ਹੁਣ ਵੀ ਕਿਹੜਾ ਉਹ ਸੰਭਲਿਆ ਵੇ ਲੈ ਹੁਣ ਪਤਾ ਨਹੀਂ ਸਾਲਾ ਕਿੱਥੇ ੱੱਕੇ ਖਾਂਦਾ ਫਿਰਦਾ ਹੋ ਜਿਵੇਂ ਅਲੱਥ ਹੋ ਗਿਆ ਮੋਦਨਾ ਕੀ ਕਰੀਏ ਫਿਰ ਪਰ ਚਲੋ ਖੇਰ ਜਿਤ ਨੂੰ ਤਸੱਲੀ ਹੈ ਵੀ ਜਲਕੁਰ ਦੀ ਅਣਸ ਹੈ ਮਾੜਾ ਨਹੀਂ ਨਿਕਲਦਾ ਜਿੱਦੈ ਸੰਭਲ ਗਿਆ ਆਪੇ ਰਾਹ ਸੇ ਰਾਜੂ ਅਜੀ ਉਮਰ ਵੀ ਕੀ ਹੈ ਤੇ ਮੋਦਨ ਦਾ ਚਿੱਤਰ ਤਾਂ ਫਿਰ ਭਾਰਾ ਹੋ ਕੇ ਕਾਲਾ ਪੈ ਗਿਆ ਉਹਨੂੰ ਰੁੱਲਦੂ ਦੀ ਸਾਰੀ ਮਗਰਲੀ ਤੇ ਹੁਣ ਦੀ ਜ਼ਿੰਦਗੀ ਵੱਲ ਝਾਤ ਮਾਰਦਿਆਂ ਜਾਪਿਆ ਕਿ ਜੇ ਵਾਪ ਰੁੱਲਦੂ ਦੀ ਥਾਂ ਹੁੰਦਾ ਤਾਂ ਸ਼ਾਇਦ ਹੁਣ ਤੱਕ ਪੋਗੀ ਨਾ ਸਕਦਾ ਜਦੋਂ ਰੁੱਲਦੂ ਆਪਣੀਆਂ ਹੀ ਮਾਰੀ ਜਾ ਰਿਆ ਸੀ ਤਾਂ ਮੋਦਨ ਉਹਦੀਆਂ ਵਿੰਗੜ ਉਂਗਲਾਂ ਸੁਕੜੂ ਤੋਂ ਹੜਬਾਂ ਤੇ ਲੰਮੇ ਨੱਕ ਵਾਲ ਗੋਹ ਨਾਲ ਵੇਖਦਾ ਰਿਹਾ ਉਹਨੂੰ ਇੰਜ ਜਪਦਾ ਸੀ ਵੀ ਰੂਲਦੂ ਚ ਪਹਿਲਾਂ ਵਾਲਾ ਕੁਛ ਨਹੀਂ ਸੀ ਬਚਿਆ ਮੋਦਰ ਨਾਲੋਂ ਪੰਜ ਚਾਰ ਕੁ ਵਰੀ ਵੱਡਾ ਸੀ ਪਰ ਹੁਣ 15 20 ਵਰੀ ਵੱਡਾ ਜਾਪਦਾ ਸੀ ਆਹ ਬਾਈ ਅੰਦਰ ਚਲੀਏ ਰੂਲਦੂ ਨੇ ਬਿੰਗ ਤੜਿੰਗੀਆਂ ਕਨਾਲੀ ਦੇ ਕੰਡਿਆਂ ਵਰਗੀਆਂ ਰੋਟੀਆਂ ਪਾਟੇ ਪੌਣੇ ਚ ਭੁਲੇਟੀਆਂ ਤੇ ਦਾਲ ਵਾਲਾ ਕੁਝ ਆਪਣੀਆਂ ਲੰਮੀਆਂ ਉਂਗਲਾਂ ਚੜਾ ਕੇ ਚੁੱਕਦੇ ਆ ਸਬਾਤ ਵੱਲ ਤੁਰ ਪਿਆ ਮੋਦਨ ਮਗਰ ਗਿਆ ਤਾਂ ਅੰਦਰ ਹਨੇਰਾ ਹਨੇਰਾ ਲੱਗਿਆ ਮਿੱਟੀ ਦੇ ਤੇਲ ਦਾ 부ਜੂ 부ਜੂ ਕਰਦਾ ਦੀਵਾ ਆਪਣੇ ਆਲੇ ਦੁਆਲੇ ਵੀ ਚਾਨਣ ਕਰਨ ਜੋਗਾ ਨਹੀਂ ਸੀ ਦੱਸਦਾ ਉਂਝ ਵੀ ਸਬਾਤ ਚ ਪਏ ਨਿਕਸੂਕ ਦਾ ਜਿਹੜਾ ਹਾਲ ਸੀ ਹੋਰ ਵੀ ਉਪਰਾਂ ਲੱਗਿਆ ਟੁੱਟੇ ਮੰਜਿਆਂ ਤੇ ਪੁਰਾਣੇ ਖੇਸ ਚਤਈਆਂ ਗਦਾਲੇ ਢੀੜ ਸਿਰ ਦੇ ਕੁਝ ਮੈਲੇ ਲੀੜਿਆਂ ਚ ਖਲਾਰਾ ਏਉਂ ਪਿਆ ਹੋਇਆ ਸੀ ਜਿਵੇਂ ਵਸਤਾ ਘਰੀ ਨਾ ਹੋਵੇ ਲੈ ਇੱਥੇ ਬੈਠ ਬਾਈ ਮੰਜਾ ਡਾਉਂਦੇ ਆ ਰੁਲਦੂ ਨੇ ਕਿਹਾ ਬਸ ਮੈਂ ਆਇਆ ਤੋ ਮੋਦਨ ਦੇ ਖੜੇ ਖੜੋਤੇ ਤੀ ਟੂੜੀ ਵਾਲੇ ਅੰਦਰ ਬੋਤਲ ਦੀ ਤੇ ਬਾਹਰੋਂ ਪਾਣੀ ਵਾਲਾ ਕੁਜਾ ਚੱਕ ਲਿਆ ਐ ਲੈ ਬਾਈ ਹੈ ਤਾਂ ਐਸਾ ਵੈਸਾ ਚਲਵਾ ਮਾ ਲਈ ਪਰ ਆਪਣੀ ਡੰਗ ਸਾਰਨ ਜੋਗੀ ਹੈਗੀ ਰੋਟੀ ਖਾਂ ਜੋਗੀ ਹੋ ਜਾਣਗੇ ਰੁਲਦੂ ਨੇ ਬਿਨਾ ਮੋਦਨ ਮੋਦਨ ਵੱਲ ਚੱਕਿਆ ਕੁਜਾ ਤੇ ਬੋਤਲ ਪੁੰਝੇ ਰੱਖ ਕੇ ਖੁੰਝਿਓ ਭਾਂਡਿਆਂ ਵਾਲੇ ਟੋਕਰੇ ਵਿੱਚ ਪਿੱਤਲ ਦੀ ਕਾਲੀ ਚੱਕੀ ਤੇ ਕੁਰਤੇ ਦੀ ਕੰਨੀ ਨਾਲ ਹੀ ਪਹੁੰਚ ਕੇ ਫੜਾਦਿਆਂ ਬੋਲਿਆ ਲੈ ਮੈਂ ਪਾਵਾਂ ਕਿ ਆਪੇ ਪਾਏਂਗਾ ਇਹ ਤਾਂ ਤੂ ਰੁਲਦੂ ਐ ਮੈਂ ਵੱਧੂ ਦੀ ਖੇਚਲ ਕਰਦਾ ਮੋਦਰ ਨੇ ਮੰਜੇ ਤੇ ਬੈੰਦੀਆ ਮਲਵੀ ਜੀ ਨਾਲ ਗਿਆ ਅਸ਼ਕੇ ਤੇਰੇ ਵਾਹ ਬਈ ਵਾਹ ਰੁਲਦੂ ਨੇ ਕੋਲੀ ਨੂੰ ਰਗੜ ਕੇ ਹੋਰ ਚਿਲਕਾਉਂਦੇ ਆ ਕਿਆ ਇਹ ਯਾਰ ਕੋਈ ਖੇਚਲ ਵਾਲੀ ਗੱਲ ਐ ਨਾ ਹੋਰ ਹੁਣ ਮੈਨੂੰ ਆਏ ਨੂੰ ਹੋਰ ਹੁਣ ਤੈਨੂੰ ਆਏ ਨੂੰ ਮੈਂ ਚਿਬੜਾਂ ਦੀ ਚਟਨੀ ਨਾਲ ਰੋਟੀ ਖਵਾਉਂਦਾ ਲਫੜ ਨਹੀਂ ਤੂਰੇ ਫੜਾ ਮੈਂ ਹੀ ਪਾ ਦੂੰ ਤੇ ਰੁਲਦੂ ਨੇ ਬੋਤਲ ਕੋਲ ਭਾਰ ਪੈਰਾਂ ਪਾਰ ਬੰਦੇ ਆ ਮੂੰਹ ਵਿੱਚ ਹੀ ਬੁੜਬੜਾਉਂਦੇ ਆ ਕੋਲੀ ਅੱਧੀ ਨਾਲੋਂ ਵੱਧ ਭਰਤੀ ਮੋਦਨ ਨੇ ਹੱਥ ਫੜ ਕੇ ਰੋਕਿਆ ਵੀ ਪਰ ਉਹ ਘੁੱਟਕ ਹੋਰ ਪਾਈ ਗਿਆ ਫਿਰ ਕੋਲੀ ਫੜ ਕੇ ਕੁਝਾ ਨਿਵਾ ਕੇ ਪਾਣੀ ਪਾਉਂਦਿਆਂ ਉਹਦੇ ਹੋਰ ਕੁਝ ਕਹਿਣੇ ਪਹਿਲਾਂ ਹੀ ਮੋਦਨ ਅੱਖਾਂ ਮੀਟ ਕੇ ਇੱਕੋ ਸਾ ਪੀ ਗਿਆ ਬੈਂਸ ਰੁੱਲਦੋ ਨੇ ਡੂੰਘੇ ਅੱਖਾਂ ਉਹਦੇ ਚਿਹਰੇ ਤੇ ਘੜਦੇਆਂ ਕਿਆ ਵੇਖ ਹਾ ਹੈ ਨਾ ਸਿਆਣੁ ਇੱਕ ਨੇ ਕਹੀ ਦੂਜੇ ਨੇ ਮੰਨੀ ਦੋਵੇਂ ਜਾਣੋ ਬਰਮ ਗਿਆਨੀ ਹੁਣ ਜਿਹੜੀ ਚੀਜ਼ ਖਾਣ ਪੀਣ ਵਾਸਤੇ ਬਣੀ ਆ ਉਹ ਤਾਂ ਅਖਰ ਅੱਛਾ ਫੜਾ ਉਰੇ ਹੁਣ ਮੈਂ ਸੀਤ ਭੋਗ ਲਾਵਾਂ ਝੂਠੀ ਕੌਲੀ ਫੜ ਕੇ ਉਸ ਕਿਨਾਰੀ ਲਾ ਲਈ ਤੇ ਸੁੱਕੀ ਢੀਕ ਗਿਆ ਫਿਰ ਖੁੰਝੇ ਪੈ ਟੋਕਰੇ ਚ ਇੱਕ ਵੱਡਾ ਸਾਰਾ ਗੰਡਾ ਚੱਕ ਕੇ ਗੋਡੇ ਤੇ ਰੱਖ ਕੇ ਭੰਨ ਲਿਆ ਇੱਕ ਵੱਡੇ ਕੌਲੇ ਚ ਮੋਠਾਂ ਦੀ ਆਧਰੀ ਜੀ ਜੀ ਦਾਲ ਪਾ ਲਈ ਤੇ ਥਾਲੀ ਚ ਗੰਡਾ ਤੇ ਦਾਲ ਰੱਖ ਕੇ ਮੰਜੇ ਤੇ ਭਵਾਂਦੀ ਟਿਕਾਉਂਦੇ ਆ ਬੋਲੇ ਆ ਲੈ ਭਾਈ ਆਪਣੀ ਤਾਂ ਇਹੀ ਕਰਾਰਾ ਭੋਜਨ ਹੈ ਆਖੇ ਮਿੱਤਰਾਂ ਦੀ ਨੂਨ ਦੀ ਡਲੀ ਮਿਸਰੀ ਕਰਕੇ ਜਾਣੀ ਸਭ ਠੀਕ ਹੈ ਇਹ ਤਾਂ ਛੱਤੀ ਪਦਾਰਥਾ ਬਾਈ ਮੋਦਨ ਮੋਦਨ ਰਤਾ ਕੰਡੇ ਚੁੰਦਿਆਂ ਖੁੱਲ ਪਿਆ ਅਸ਼ਕੇ ਸ਼ਾਬਾਸ਼ੀ ਐ ਹੋਇਆ ਨਾ ਫਿਰ ਅਖੇ ਯਾਰ ਦੀ ਯਾਰੀ ਮਗਰ ਜਾਈਏ ਉਹਦੇ ਆਬਾਂ ਪਿੱਛੇ ਗਏ ਤਾਂ ਯਾਰੀ ਟੁੱਟੂ ਟਟੂ ਦੀ ਹੋਈ ਫਿਰ ਰੁਲਦੂ ਨੇ ਇਧਰੋਂ ਉਧਰੋਂ ਲੀੜੇ ਸਿਮੇਟ ਕੇ ਇੱਕ ਮੰਝੇ ਤੇ ਇਕੱਠੇ ਕਰ ਦਿਆਂ ਗਿਆ ਮੰਝਾ ਮੋਦਨ ਦੇ ਸਾਹਮਣੇ ਢਾ ਕੇ ਉਸ ਰੋਟੀਆਂ ਭਵਾਂਦਵਲ ਰੱਖ ਲਈਆਂ ਤੇ ਦਾਲ ਵਾਲੇ ਕੋਲੇ ਵਾਲੀ ਥਾਲੀ ਥਾਲੀ ਗੋਡੇ ਉੱਤੇ ਧਰ ਲਈ ਅੱਧਾ ਘੰਡਾ ਤੋੜ ਕੇ ਮੋਦਨ ਨੂੰ ਫੜਾਉਂਦੇ ਆ ਕਿ ਲੈ ਮੂੰਹ ਕਰਾਰਾ ਕਰ ਮੋਦਨ ਦਾ ਚਿੱਤ ਹੋਰ ਕਰਾਰਚ ਹੋ ਗਿਆ ਫਿਰ ਘਰ ਦੀਆਂ ਗੱਲਾਂ ਕਰਨ ਨੂੰ ਉਹਦਾ ਮੱਲਮੱਲੀ ਜੀ ਕਰ ਆਇਆ ਮਨ ਜਿਵੇਂ ਭਰਿਆ ਪਿਆ ਸੀ ਇੱਕ ਇੱਕ ਪੈਗ ਹੋਰ ਪੀ ਲਿਆ ਤਾਂ ਤਰਾਰੇ ਖਿੜ ਅਨਸਾਰ ਮੋਦਨ ਕਰੜੀਵਾਚ ਬੋਲਿਆ ਦੇਖ ਭਾਈ ਰੁੱਲਦੂ ਐਂ ਗੱਲ ਹੈ ਕਿ ਹੁਣ ਆਪਣੀ ਸੱਜਣ ਨਾਲ ਨਹੀਂ ਨਿਪ ਸਕਣੀ ਹੈ ਇਤੂ ਕੀ ਕਹਨਾ ਥਾਲੀ ਪਰਾਂ ਰੱਖ ਕੇ ਹਰਾਨੀ ਨਾਲ ਉਹਦੇ ਮੂੰਹ ਹਲ ਤੱਕ ਦੇ ਰੁੱਲਦੂ ਬੋਲਿਆ ਔਨ ਸਾਰੇ ਉਹ ਜੀ ਕੀ ਗੱਲ ਹੋ ਗਈ ਗੱਲ ਤੈਨੂੰ ਕਿਹੜਾ ਪਤਾ ਨਹੀਂ ਰਤਾ ਤਾਂ ਚਾਉਂਦੇ ਆ ਮੋਦਰ ਨੇ ਕਿਆ ਜਿਹੜਾ ਬੰਦਾ ਆਪਦੇ ਦੁਸ਼ਮਣਾਂ ਮੂਰੇ ਸਿਰ ਨੂੰ ਹਾਲੇ ਉਹ ਕੋਈ ਬੰਦਾ ਹੁੰਦਾ ਇਹ ਤਾਂ ਗੱਲ ਤੇਰੀ ਸੱਤ ਹੈ ਖੈਰ ਪਰ ਬਸ ਫੇਰ ਉਹ ਤਾਂ ਮੈਥੋਂ ਆਪਦੇ ਜਾਣੇ ਚੋਰੀ ਰੱਖਦਾ ਪਰ ਬੰਦੇ ਦੇ ਤੌਰ ਤਾਂ ਤੁਰੇ ਜਾਂਦੇ ਤੇ ਦਿਸ ਪੈਂਦੇ ਆ ਸੱਤ ਸੱਤੋਂ ਨਾਲੀ ਕੀਲ ਕੋ ਕਿ ਰੱਖ ਲੂ ਸੱਤ ਐ ਸੱਤ ਐ ਉਹਦੀ ਤੀਵੀਂ ਐਸੀ ਹੈ ਉਸਾਰਾ ਦਿਨ ਉਹ ਨਹੀਂ ਸਾਹ ਵਾਂਗੂ ਨਸਾ ਤਾਂ ਹਾਂ ਚੱਕੀ ਫਿਰਦੀ ਰਹਿੰਦੀ ਆ ਆਖੇ ਜਿਹੜੇ ਦਿਨ ਹਮ ਜੰਮੇ ਐ ਹੋਰ ਕੋਈ ਜੰਮਣੇ ਨਹੀਂ ਦਿੱਤਾ ਚਲੋ ਬੰਦਾ ਹੰਕਾਰ ਵੀ ਕਰੇ ਤਾਂ ਰਾਹ ਰਾ ਸਿਰਦਾ ਹੁਣ 2 ਦਿਨ ਹੋ ਗਏ ਮੈਨੂੰ ਆਏ ਨੂੰ ਆ ਕੇ ਪੈਰੀ ਹੱਥ ਨਹੀਂ ਲਾਏ ਜਦੋਂ ਵੇੜੇ 'ਚ ਲੰਗੀਦਾ ਕਦੋਂ ਰਿਆਂ ਢਾਂਡੀਆਂ ਵਾਂਗੂ ਅੰਡੇ ਟੱਟ ਅੜਕ ਕਦੇ ਚੁਭਾਰੇ ਉਤਲੀ ਨੂੰ ਕੋਈ ਗੱਲ ਆ ਕੇ ਵਿਚ ਦੀ ਯਾਰ ਲਾਉ ਤੇ ਕਦੇ ਉਹੀ ਬੁੜਬੁੜ ਕਰਦੀ ਫਿਰੂ ਐਸੇ ਬੰਦਿਆਂ ਨਾਲ ਕੱਟਿਆ ਜਾਂਦਾ ਤੂੰ ਆਪ ਸੋਚ ਰੋਲਦੂ ਕੁਝ ਫਿਕਰਮੰਦ ਹੋਇਆ ਮੁੱਦਨ ਦੇ ਮੂਹਲ ਚੱਕ ਕੇ ਗਿਆ ਉਹ ਨੂੰ ਬਿੰਦ ਦਾ ਬਿੰਦ ਕੋਈ ਗੱਲ ਨਹੀਂ ਓੜੀ ਫੇ ਟਰਮੀਨਲ ਤੇ ਮੀ ਵਾਚ ਬੋਲਿਆ ਉਹ ਸੱਚੀ ਐਡੀ ਮਾੜੀ ਧੀ ਮੀ ਐਨ ਮੁੱਦਨਾ ਮੈਨੂੰ ਤਾਂ ਪਤਾ ਨਹੀਂ ਉਹ ਮੈਂ ਤਾਂ ਬਾਈ ਦੋ ਦਿਨਾਂ ਚ ਉਹ ਤੂੰ ਆ ਗਿਆ ਪਿਆ ਜੀ ਕਰਦਾ ਵੱਢ ਕੇ ਪਰਮਾਰਾਂ ਨਾਲੇ ਮੁੰਡੇ ਦਾ ਕਹਿਣਾ ਛੁੱਟੂ ਖਬਰੀ ਬਹੁਤਾ ਏਸ ਨੇ ਵਿਗਾੜ ਪਾਇਆ ਮਗਰ ਉਹ ਹੈਵੀ ਮਾੜੇ ਬੰਦਿਆਂ ਦੀ ਧੀ ਪਿਓ ਵੀ ਬੰਦਾ ਬਦਮਾਸ਼ ਦਸੀਦਾ ਮੈਂ ਤਾਂ ਸੁਣਿਆ ਉਹਨੇ 5-4000 ਰੁਪਈਆ ਵੀ ਲਿਆ ਸੀ ਇਹਦਾ ਸੱਜਣ ਤੋਂ ਤੇ ਨਾਲੇ ਮੈਨੂੰ ਤੈਨੂੰ ਪਤਾ ਹੈ ਸਾਕਰਵਾਇਆ ਵੀ ਉਹਨਾਂ ਨੇ ਹੀ ਸੀ ਫਿਰ ਚੰਗੇ ਫਿਰ ਭਲਾ ਚੰਗੇ ਬੰਦੇ ਕਿਵੇਂ ਹੋਣਗੇ ਹਲਾ ਰੂਲਦੂ ਦੀਆਂ ਨਸ਼ੇ ਨਾਲ ਸੋਈਆਂ ਹੋਈਆਂ ਅੱਖਾਂ ਰਾਣੀ ਨਾਲ ਹੋਰ ਅੰਦਰ ਤਸਕੀਆਂ ਜੱਪੀਆਂ ਉਹਨੂੰ ਇਹਨਾਂ ਗੱਲਾਂ ਦਾ ਅਜੇ ਤੱਕ ਪਤਾ ਨਹੀਂ ਸੀ ਉਹਨੇ ਹੋਰ ਵੀ ਹੈਰਾਨ ਜਿਆ ਹੋ ਕੇ ਪੁੱਛਿਆ ਉਹ ਮੋਦਨਾ ਤੈਨੂੰ ਇਸ ਗੱਲ ਦੀ ਪੱਕੀ ਤਸੱਲੀ ਆ ਵੀ ਸਾਕ ਉਹਨਾਂ ਨੇ ਹੀ ਕਰਾਇਆ ਉਹ ਮੈਨੂੰ ਸਾਬਤ ਹੈ ਨਾਲ ਬੇਬੀ ਤੋਂ ਤਾਂ ਕੋਈ ਗੱਲ ਨਹੀਂ ਗੁੱਜੀ ਹਾਂ ਇਹ ਤਾਂ ਤੇਰੀ ਗੱਲ ਸਿਆਣੀ ਹੈ ਉਹਨੂੰ ਤਾਂ ਪਤਾ ਹੀ ਹੋਊ ਸਭ ਕਾਸੇ ਦਾ ਇਸ ਮਗਰੋਂ ਰੁੱਲਦੂ ਮੂਰਤ ਬਣ ਕੇ ਸੁਣਦਾ ਰਿਹਾ ਸੱਤ ਹੈ ਸੱਤ ਹੈ ਕਰਦਾ ਸਿਰ ਹਿਲਾਉਂਦਾ ਰਿਹਾ ਮੋਦਨ ਨੇ ਨਸ਼ੇ 'ਚ ਪਤਾ ਨਹੀਂ ਉਸ ਕੋਲ ਕਿਹੜੇ ਕਿਹੜੇ ਭੇਤ ਫਰੋਲ ਮਾਰੇ ਜਦੋਂ ਮਨ ਚੰਗੀ ਤਰ੍ਹਾਂ ਹੌਲਾ ਹੋ ਗਿਆ ਤਾਂ ਰੋਟੀ ਖਾਣ ਬੈਠ ਗਏ ਪਰ ਰੁੱਲਦੂ ਦੂਜੀ ਬੁਰਕੀ ਪਾਉਂਦੀ ਹੈ ਬੜਵਾਏ ਉੱਠ ਖੜੋਤਾ ਮੈਂ ਉਹਨੂੰ ਵੀ ਆਵਾਜ਼ ਮਾਰ ਲਾਂ ਸੌਰੀ ਮਝੇਰੂ ਨੂੰ ਨਹੀਂ ਤਾਂ ਰਾਤ ਨੂੰ ਆ ਕੇ ਉਵੇਂ ਭੁੱਖਾ ਹੀ ਸੌਂ ਜੂ ਕੰਬਖਤ ਉਹਦੀ ਖੇੜ ਹੀ ਨਹੀਂ ਮੁੱਕਦੀ ਮੂਰਖ ਦੀ ਉਹ ਵੇੜੇ 'ਚ ਹੀ ਹੋ ਕੇ ਮਾਰਦਾ ਤੁਰਿਆ ਗਿਆ ਫਿਰ ਘੜੀ ਚ ਜਾ ਕੇ ਸੰਗ ਪਾੜਨ ਲੱਗਿਆ ਤਾਂ ਉਦੋਂ ਤੱਕ ਚੁੱਪ ਨਹੀਂ ਕੀਤਾ ਜਦ ਤਾਈ ਮੁੰਡਾ ਆ ਨਹੀਂ ਗਿਆ ਬਾਹੋਂ ਫੜ ਕੇ ਨਾਲ ਆਉਂਦਿਆਂ ਪਹਿਲਾਂ ਉਹਨੂੰ ਝਿੜਕਦਾ ਸੁਣਿਆ ਪਰ ਜਿਉਂ ਜਿਉ ਉਸ ਬਾਦ ਦੇ ਨੇੜੇ ਆਉਂਦਾ ਗਿਆ ਰੁੱਲਦੂ ਦੀ ਆਵਾਜ਼ ਨਰਮ ਤੇ ਮੱਧਮ ਹੁੰਦੀ ਗਈ ਨਾ ਹੁਣ ਕੋਈ ਵੇਲਾ ਸੌ ਬੰਦੇ ਆ ਪਲੰਕ ਲੋਕਾਂ ਦੇ ਘਰ ਹੀ ਫਿਰਨ ਦਾ ਆਪਾਂ ਕਿਸੇ ਤੋਂ ਕਦੇ ਕੋਈ ਨਹੀਂ ਖਵਾਈ ਸਾਰੀ ਉਮਰ ਐਵੇਂ ਹੁਣ ਕੋਈ ਸਾੜਾ ਕੁਝ ਕਹਿ ਦੇ ਬਈ ਥੋੜਾ ਮੁੰਡਾ ਮੰਦੇ ਚੰਗੇ ਥਾਂ ਫਿਰਦਾ ਸੀ ਫਿਰ ਆਪਣੀ ਕੀ ਰਹੇ ओके लखि अके लखि ਹੱਥ ਨਾ ਆਉਂਦੀ ਦੌਲਤਮੰਦਾਂ ਦੀ ਪਤ ਨਾ ਤੂੰ ਹੁਣ ਸਿਆਣਾ ਬੈਣਾ ਕੁਝ ਸੋਚੀਏ ਦੇਖਣ ਵਾਲੇ ਤੇਰਾ ਚਾਚਾ ਆਪਣੇ ਘਰੇ ਆਇਆ ਬੈਠਾ ਉਹ ਕੀ ਆਖੂ ਵੀ ਕਮਲੇ ਚੋਰ ਨੇ ਮੈਨੂੰ ਘਰੇ ਆਏ ਨੂੰ ਪਾਣੀ ਵੀ ਨਹੀਂ ਪੁੱਛਿਆ ਕੁਝ ਸੋਚੀਏ ਵਿਚਾਰ ਕਰੀਏ ਸਬਾ ਦਾ ਬੂਆ ਲੱਗਦੇ ਆ ਰੁਲਦੂ ਨੇ ਮੁੰਡੇ ਦੀ ਪਿੱਠ ਪਲੋਸੀ ਤੇ ਨਾਲ ਹੀ ਉਹਨੂੰ ਕੁਜੇ ਚ ਹੋਰ ਪਾਣੀ ਲਿਆਉਣ ਲਈ ਕਹਿਤਾ ਮੁੰਡਾ ਕੁਜਾ ਚੱਕਣ ਲੱਗਿਆ ਤਾਂ ਮੋਦਨ ਵਾਲ ਵੇਖ ਕੇ ਕੁਝ ਸੰਗ ਗਿਆ ਪਰ ਜੀਰਾ ਕਰਕੇ ਹੋਲੀ ਜੀ ਸਸਰੀ ਘਰ ਬੁਲਾਇਆ ਤੇ ਮੋਦਰ ਨੇ ਉਹਦੇ ਕੁੱਕੜ ਦੇ ਖੰਭਾ ਵਾਂਗ ਖਿਲਰੇ ਵਾਲਾ ਉਹਦੇ ਹੱਥ ਫੇਰ ਕੇ ਪਿਆਰ ਦਿੱਤਾ ਤੇ ਮੁੰਡੇ ਦੇ ਤਿੱਖੇ ਨੱਕ ਸੁਨਖੇ ਮਹਾਂਦਰੇ ਤੇ ਕਹਿਰੇ ਸਰੀਰ ਵੱਲ ਵੇਖ ਕੇ ਖੁਸ਼ ਹੁੰਦੀਆਂ ਕਿ ਐਵੇਂ ਨਾ ਬਾਈ ਝਿੜਕਿਆ ਕਰ ਕਾਕਾ ਤਾਂ ਆਪਣੀ ਆਪਣਾ ਸਾਉ ਵੀ ਬਲਾ ਬੜਾ ਦਿਸਦਾ ਉਹ ਨਹੀਂ ਮੈਂ ਤਾਂ ਇਹਨੂੰ ਅਲਫੋਂ ਵੇ ਨਹੀਂ ਆਖੀ ਕਦੇ ਬਸ ਜਦੋਂ ਆ ਖੇ ਨਹੀਂ ਲੱਗਦਾ ਉਦੋਂ ਕਦੇ-ਕਦੇ ਹਰ ਖਾ ਜਾਂਦਾ ਰੁਲਦੂ ਨੇ ਮੁੰਡੇ ਦੇ ਲੰਮੇ ਚ ਮੇ ਸਰੀਰ ਵੱਲ ਹੇਠੋਂ ਤੱਕ ਮੂੰਹ ਭਜੀਆਂ ਨਜ਼ਰਾਂ ਨਾਲ ਤੱਕਦੇ ਅੰਕੇ ਤੇ ਜਦੋਂ ਕੁਝਾ ਲੈ ਕੇ ਬਾਹਰ ਨਿਕਲ ਗਿਆ ਤਾਂ ਡੂੰਗਾ ਹੌਕਾ ਪਰ ਕੇ ਬੋਲੇ ਹੋਰ ਆਪਣੇ ਕੋਲੇ ਬਾਈ ਮੋਦਨਾ ਹੈ ਕੀ ਜਲਕੁਰ ਦੀ ਨਿਸ਼ਾਨੀ ਹੈ ਜੇ ਇਹ ਹੋਣਾ ਸੰਭੀ ਗਈ ਤਾਂ ਉਹ ਕੀ ਆਖੂ ਗਈ ਗੱਲ ਕੋਈ ਐਡੀ ਡੂੰਗੀ ਜਾਂ ਗੰਭੀਰ ਨਹੀਂ ਸੀ ਪਰ ਪਤਾ ਨਹੀਂ ਕਿਉਂ ਮੋਦਨ ਦਾ ਮਨ ਪਰ ਆਇਆ ਉਹਨੇ ਗੋਨ ਨਾਲ ਰੁਲਦੂ ਦੇ ਅੱਡਲ ਸਰੀਰ ਤੇ ਬੱਗੀ ਹੁੰਦੀ ਦਾੜੀ ਵੱਲ ਵੇਖਿਆ ਤੇ ਨਾਲੇ ਦੀ ਨਾਲ ਜਲਕੁਰ ਦਾ ਮੁਹੰਦਰ ਅੱਖਾਂ ਸਾਹਮਣੇ ਆ ਗਿਆ ਮੋਟੀਆਂ-ਮੋਟੀਆਂ ਅੱਖਾਂ ਦੀ ਕੁਲੀ ਮੋਹ ਭਜੀ ਨਿਗਾ ਤੇ ਤਿੱਖਾ ਨੱਕ ਕਹਿਰੇ ਸਰੀਰ ਦੇ ਛੰਟਵੇਂ ਅੰਗ ਜਿਵੇਂ ਸਾਮਰ ਤੱਕ ਵੇੜੇ 'ਚ ਕੰਮ ਕਰਦੀ ਧੁਰੀ ਫਿਰਦੀ ਸੀ ਤੇ ਜਦੋਂ ਰੁਲਦੂ ਦੇ ਘਰ ਆਉਂਦਾ ਤਾਂ ਇੱਕੋ ਸਾਹ ਵਿੱਚ ਦਿਉਰਾ ਕਹਿ ਕੇ ਜਦੋਂ ਉਹਦੀ ਕਿਸੇ ਗੱਲ ਦਾ ਉੱਤਰ ਦੇਣੋਂ ਪਹਿਲਾਂ ਹੀ ਉਹ ਉਹ ਹੈ ਬਾਈ ਆਕ ਕੇ ਮਗਰੋਂ ਚਿੱਟੇ-ਚਿੱਟੇ ਦੰਦ ਲਿਸ਼ਕਾ ਕੇ ਦੱਸਦੀ ਹੈ ਇੱਥੇ ਖੜਾ ਹੋਉ ਕਿਸੇ ਕੋਲ ਜੜਾਂਗੇ ਮਾਰਦਾ ਉਦੋਂ ਮੋਦਨ ਨੂੰ ਉਹਦੇ ਮੂੰਹੋਂ ਫੁੱਲ ਕੇਰਦੇ ਲੱਗਦੇ ਜੀ ਕਰਦਾ ਐ ਇਉਂ ਹੀ ਉਹਨੂੰ ਹਸਦੀ ਨੂੰ ਵੇਂਦਾ ਰਵਾਂ ਮੁੰਡਾ ਕੁੱਜਾ ਲੈ ਕੇ ਅੰਦਰ ਆਇਆ ਤਾਂ ਮੋਦਨ ਨੇ ਐਦ ਕੀ ਨਿਰਖ ਕੇ ਉਹਦੇ ਵੱਲ ਤੱਕਿਆ ਓਕਾ ਜਲਕੁਰ ਵਾਲੇ ਨੈਣ ਨਕਸ਼ ਸੀ ਕੱਦ ਜ਼ਰੂਰ ਰੁਲਦੂ ਅੰਗ ਲੰਮਾ ਕਰ ਗਿਆ ਸੀ ਜਲਕੁਰ ਦਾ ਕੱਦ ਤਾਂ ਸਧਾਰਨ ਸੀ ਪੜਦਾ ਪੜਦਾ ਵੀ ਹੁੰਦਾ ਹੈ ਕਿ ਨਹੀਂ ਮੋਦਨ ਨੇ ਪੁੱਛਿਆ ਗਿਆ ਸੀ 2 ਦੋਕ ਸਾਲ ਅੱਖਰ-ਉੱਖਰ ਵੀ ਠੋਣ ਜੁਗਾ ਹੋ ਗਿਆ ਸੀ ਪਰ ਫਿਰ ਤੂੰ ਸੀ ਆਣਾ ਮੈਥੋਂ ਕਲਾਪੇ ਤੋਂ ਕੰਮ ਨਹੀਂ ਸੀ ਹੁੰਦਾ ਖੇਤ ਜਾਣਾ ਤਾਂ ਰੋਟੀ ਟੁੱਕ ਦੀ ਤਕਲੀਫ ਹੋਣੀ ਹਾਰ ਕੇ ਭਾਈ ਹਟਾ ਲਿਆ ਕੁਛ ਚਿਰ ਤਾਂ ਇਹਦੀ 마ਸੀ ਦੀ ਕੁੜੀ ਰੱਖੀ ਰੋਟੀ ਟੁੱਕ ਨੂੰ ਪਰ ਉਹ ਵੀ ਤਗੜੀ ਹੋ ਗਈ ਤਾਂ ਅਗਲੇ ਲੈ ਗਏ ਨਾਲੇ ਜੋ ਦਿਨ ਕੱਟਿਆ ਗਿਆ ਸੋ ਭਲਾ ساری ਉਮਰ ਸਾਡੀ ਕੌਣ ਕਟਾਉ ਬਾਈ ਹੁਣ ਤਾਂ ਇਹ ਕਾਸੀ ਜੁਗਾ ਹੋਊ ਫੇਰ ਕਿਤੇ ਤੇ ਉਹ ਜਵੇਂ ਗੱਲ ਚ ਭੁੱਲ ਕੇ ਹੀਠੋ ਬੋਤਲ ਚੁੱਕਦੇ ਆਂ ਦੀਵੇ ਦੇ ਚਾਨਣ ਕਰਕੇ ਵੇਖਣ ਲੱਗ ਪਿਆ ਫਿਰ ਮੋਦਨ ਵੱਲ ਝਾਕ ਕੇ ਬੋਲਿਆ ਲੈ ਬਾਈ ਇੱਕ ਇੱਕ ਪੈਕ ਜੋਗੀ ਤਾਂ ਹੋ ਗਈ ਹੈ ਹੈ ਨਾ ਬਾਈ ਬਸ ਤੂੰ ਹੁਣ ਪ੍ਰਸ਼ਾਦਾ ਛੱਕ ਰੁਲਦੂ ਨੇ ਉਸ ਵੱਲ ਰਿਹਾ ਤਾਂ ਗੋਨ ਨਾਲ ਵੇਖਣ ਵਿੱਚੋਂ ਸੰਗ ਜੀ ਬੰਨੀ ਖੜੋਤੇ ਮੁੰਡੇ ਵੱਲ ਤੱਕਿਆ ਤੇ ਉਹਦੇ ਕਾਠੇ ਚਿਹਰੇ ਤੇ ਅੱਖਾਂ ਵਿੱਚ ਉੱਤੇ ਉਪਰੀ ਨਰਮੀ ਉਗੜ ਆਈ ਕੌਲੀ ਚੁੱਕ ਕੇ ਅੱਧਿਕ ਕਰਦੇ ਆਂ ਬੋਤਲ ਖਾਲੀ ਕਰਕੇ ਪੂੰਝੇ ਛੱੜਤੀ ਤੇ ਕੁੰਜੇ ਧਰਤੀ ਤੇ ਕੌਲੀ ਮੁੰਡੇ ਵੱਲ ਵਧਾਉਂਦੀਆਂ ਬੋਲਿਆ ਲੈ ਆਓ ਤੂੰ ਵੀ ਹੋ ਕੰਡੇ ਚ ਫੜ ਫੜ ਛੇਤੀ ਕਰ ਤੇਰੇ ਚਾਚੇ ਦੀ ਚਰਨਾਮਤ ਹੈ ਮੁੰਡਾ ਹੋਰ ਸੰਗਿਆ ਪਰ ਮੋਦਨ ਦੇ ਦੋ ਤਿੰਨ ਵਾਰ ਕਹਿਣ ਉੱਤੇ ਉਹਨੇ ਕੌਲੀ ਫੜ ਲਈ ਤੇ ਖੜਾ ਖੜਾਈ ਪੀ ਗਿਆ ਪਿੱਛੋਂ ਕੁੱਜੇ ਚੋ ਚੂਲੀ ਨਾਲ ਪਾਣੀ ਪੀਤਾ ਤੇ ਰੁਲਦੂ ਨੂੰ ਉਹਨੂੰ ਬਾਹੂ ਫੜ ਕੇ ਆਪਣੇ ਨਾਲ ਕੁੰਜੇ ਤੇ ਬਿਠਾ ਲਿਆ ਮੋਦਨ ਨੂੰ ਜਾਪਿਆ ਜਵੇਂ ਰੁਲਦੂ ਦਾ ਅਸਲ ਨਸ਼ਾ ਹੁਣੇ ਹੀ ਖਿੜਿਆ ਸੀ ਮੁੰਡਾ ਭਿਆਗ ਤਾਂ ਚੰਗਾ ਹੈ ਮੋਦ ਨੇਰਾ ਤਾਂ ਮੁਸਕਰਾ ਕੇ ਕਿਹਾ ਹੂੰ ਰੁੱਲਦੂ ਨਹੀਂ ਹੂੰਗਾ ਰ ਪਰ ਦੇ ਮੁੰਡੇ ਵੱਲ ਤੱਕਿਆ ਤਾਂ ਉਹਦੀਆਂ ਅੱਖਾਂ ਜਿਵੇਂ ਉਹਦੇ ਚਿਹਰੇ ਉੱਤੇ ਗੱਡੀਆਂ ਰਹਿ ਗਈਆਂ ਪਰ ਅਗਲੇ ਪਲ ਉਹਦਾ ਹੱਥ ਫੜ ਕੇ ਕਾਲ ਨਾਲ ਕਪੜ ਕਪੜ ਕਰਦੇ ਆਂ ਬੋਲਿਆ ਖਾ ਬਾਈ ਖਾ ਤੂੰ ਵੀ ਵਿੱਚੇ ਲੱਗ ਓਏ ਇਹ ਤੇਰਾ ਚਾਚਾ ਹੈ ਕਿਹੜਾ ਅੰਬਰਤੀਆ ਸਿੱਖ ਹੈ ਤੇ ਮੁੰਡਾ ਹੁਣ ਸੰਗਣੋਂ ਹਟ ਗਿਆ ਸੀ ਹੌਲੀ ਹੌਲੀ ਗੱਲਾਂ ਕਰਨ ਲੱਗਿਆ ਤਾਂ ਆਪਣੇ ਬੇਲੀਆਂ ਦੀਆਂ ਤੇ ਸਾਰੇ ਪਿੰਡ ਦੀਆਂ ਗੁੱਜੀਆਂ ਛਿੱਪੀਆਂ ਸਭ ਸੁਣਾ ਮਾਰੀਆਂ ਤੇ ਉਹਦੀਆਂ ਗੱਲਾਂ ਸੁਣ ਸੁਣ ਮੋਦਨ ਦਾ ਮਨ ਹੋਰ ਘੌਲਾ ਹੋ ਗਿਆ ਫਿਰ ਖਿੜਪਿਆ ਉਹਨੂੰ ਉਹਨੂੰ ਰੁਲਦੂ ਨੂੰ ਉਹਨੂੰ ਰੁਲਦੂ ਨਹੀਂ ਘਰੇ ਨਹੀਂ ਮੁੜਨ ਦਿੱਤਾ ਵੱਡੀ ਰਾਤ ਤਾਈਂ ਉਹ ਗੱਲਾਂ ਕਰਦੇ ਰਹੇ ਪਿਛਲੇ ਪੈਰ ਨੀਂਦ ਦੀ ਵਾਵਾ ਚੰਗੀ ਆ ਗਈ ਮਨ ਜਿਵੇਂ ਟਕਾਣੇ ਆ ਗਿਆ ਥੜਕੇ ਉੱਠਦੇ ਆ ਮੋਦਨ ਨੇ ਸੋਚਿਆ ਚੰਗਾਈ ਹੋਈਆਂ ਰਾਤ ਚੰਗੀ ਲੰਘ ਗਈ ਪਰ ਚਾਹ ਪੀ ਕੇ ਜਦੋਂ ਘਰ ਮੁੜਨ ਲੱਗਿਆ ਤਾਂ ਚਿੱਤ ਫੇਰ ਹੋਰ ਹੋਰ ਹੋਣ ਲੱਗ ਪਿਆ। ਸਾਰ ਸਿਰ ਪਰ ਆ ਪਰਾ ਹੋਇਆ ਲੱਗਿਆ। ਤੇ ਤੂੰ ਅੱਜ ਖੇਤ ਨਹੀਂ ਜਾਣਾ ਉਹਨੇ ਰੁਲਦੂ ਨੂੰ ਪੁੱਛਿਆ। ਕਿਉਂ? ਰੁਲਦੂ ਕੁਝ ਹੈਰਾਨ ਹੁੰਦਿਆਂ ਬੋਲਿਆ ਖੇਤ ਚੱਲਣ ਦੀ ਸਲਾਹ ਹੈ। ਚੱਲ ਫੇਰ ਚੱਲਦੇ ਹਾਂ। ਨਾਲੇ ਇੱਕ ਖਾਲਵੀ ਸਵਾਰ ਨਾਲ ਹੈ। ਨਾਲੇ ਉਹਨਾਂ ਦਾ ਵੀ ਰੁੱਖ ਦੇਖ ਲਾਂਗੇ। ਮੁੰਡੇ ਨੂੰ ਘਰ ਦਾ ਕੁਝ ਕੰਮ ਧੰਦਾ ਦੱਸ ਕੇ ਮੈਦਾਨ ਵੱਲ ਤੁਰ ਪਿਆ। ਤਾਂ ਬਾਅਦ ਲਈ ਫੇਰ ਨਹੀਂ ਉੱਤੋਂ ਦੀ ਜਦੋਂ ਮੋਦਨ ਦੇ ਟਿੱਬੀ ਵਾਲੇ ਘਰ ਕੋਲ ਆਏ ਤੇ ਮੋਦਨ ਉਹਦੀ ਬਾਹ ਫੜ ਕੇ ਉਧਰ ਲੈ ਤੁਰਿਆ ਬੈਠਾਈ ਕਿੰਨਾ ਹੀ ਚਿਰ ਉਜੜੇ ਘਰ ਦੇ ਬਰਾਂਡੇ ਵਿਚ ਖੜੇ ਉਸਲਾਹਾ ਕਰਦੇ ਰਹੇ ਫਿਰ ਖੇਤ ਨੂੰ ਜਾਣ ਦੀ ਤਾਂ ਰੁਲਦੂ ਮੁੜ ਕੇ ਘਰੋਂ ਸਲੰਗ ਮਾਂਜਾ ਬਠੜ ਤੇ ਇੱਕ ਕਹੀ ਲੈ ਆ ਉਹ ਅੰਦਰ ਘਰ ਨੂੰ ਸੰਭਰਨ ਸੋਰਨ ਲੱਗ ਪਏ ਰੁਲਦੂ ਨੇ ਮੁੰਡਾ ਕਚੀਆਂ ਪਿੱਲੀਆਂ ਪਕਾ ਕੇ ਤੇ ਕੰਡਿਆਂ ਦੇ achar ਨਾਲ ਰੋਟੀ ਇੱਥੇ ਹੀ ਦੇ ਦੁਪਹਿਰੇ ਛੋਟਾ ਰਾਤ ਘਰ ਨਾਲ ਆਨ ਕਰਕੇ ਉਹਨਾਂ ਨੂੰ ਭਾਲਦਾ ਆਇਆ ਤਾਂ ਦੋਹਾਂ ਨੂੰ ਈਉਂ ਸੰਭਰਨ ਸੂਰਨ ਲੱਗਿਆ ਵੇਖ ਕੇ ਪੁੱਛਿਆ ਇਹ ਕੀ ਬਾਈ ਇਹ ਤੁਸੀਂ ਕੀ ਕਰਨ ਲੱਗੇ ਹੋ ਘਰ ਸਵਾਰਦਾ ਹੈ ਹੋਰ ਕੀ ਦਾਰੂ ਕੱਢਦਾ ਹੈ ਦਿਸਦਾ ਤੈਨੂੰ ਮੋਦਨ ਨੇ ਰਤਾ ਰੁੱਖੀ ਵਾਸਤੇ ਕਿਹਾ ਮੋਦਨ ਦੀ ਅੱਖ ਤਾੜ ਕੇ ਛੋਟਾ ਨੀਵੀਂ ਭਾ ਗਿਆ ਫਿਰ ਗੱਲ ਟਾਲ ਕੇ ਬੋਲਿਆ ਮੈਂ ਤਾਂ ਉਹੀ ਗੱਲ ਕਰਦਾ ਸੀ ਵੀ ਰਾਤ ਨੂੰ ਘਰੇ ਨਹੀਂ ਆਇਆ ਅਸੀਂ ਰਾਤ ਵੀ ਤੜਕੇ ਵੀ ਰੋਟੀ ਨੂੰ ਢੀਕਦੇ ਰਹੇ ਬੇਬੇ ਅੱਡ ਫਿਕਰ ਕਰੀ ਜਾਂਦੀ ਐ। ਦਸ ਤਾਂ ਆਉਣਾ ਸੀ। ਰੋਟੀ ਮੈਂ ਇੱਥੇ ਫੜੀ ਆਉਂਦਾ। ਬਸ ਕਿਰਪਾ ਤੇਰੀ। ਨੌਂ-10 ਵਰੇ ਉੱਥੇ ਵੀ ਤੇਰੀਆਂ ਹੀ ਖਾਧੀਆਂ ਕੇ। ਮੋਦਰ ਇਨਸਾਫੇ ਦਾ ਲੜ ਮੂੰਹ ਤੇ ਬਲੇਟ ਕੇ ਕੂੜੇ ਦਾ ਬੱਠਲ ਚੁੱਕ ਕੇ ਬਾਹਰਲੇ ਬੂਹੇ ਵੱਲ ਤੁਰ ਪਿਆ। ਛੋਟੀ ਨੂੰ ਦੀ ਬੇਰੁਖੀ ਦੀ ਤੁਰਤ ਕੋਈ ਸਮਝ ਨਾ ਆਈ। ਪਰ ਕੁਛ ਡਰਦਿਆਂ ਝੱਕਦਿਆਂ ਉਹਨੇ ਗੱਲ ਵੱਧ ਜਾਣ ਦੇ ਡਰੋ। ਮੁੜ ਕੇ ਆਉਂਦੇ ਮੋਦਰ ਨੂੰ ਨਰਮੀ ਨਾਲ ਪੁੱਛਿਆ। ਫਿਰ ਮੈਂ ਰੋਟੀ ਇੱਥੇ ਲਿਆਵਾ ਬਾਈ। ਬਸ ਮੇਰਿਆ ਤੇਰੀ। ਰੋਟੀ ਅਸੀਂ ਖਾ ਲਈ। ਕਿੱਥੋਂ ਖਾਲੀ ਰੁਲਦੂ ਦਾ ਛੋਰ ਦੇ ਗਿਆ ਸੀ ਛੋਟੇ ਨੇ ਖੱਬੇ ਪਾਸੇ ਦੀ ਸਬਾਤ ਚੋਂ ਭੇਡਾਂ ਦੀ ਸੰਗੋ ਹੁੰਝਦੇ ਰੁਲਦੂ ਵੱਲ ਰਤਾਕੌੜ ਕੇ ਵੇਖਿਆ ਫਿਰ ਉਹਨੇ ਜਿਵੇਂ ਛੋਟੇ ਦਾ ਉੱਕਾ ਧਿਆਨ ਹੀ ਨਹੀਂ ਸੀ ਛੋਟਾ ਨਾ ਪਛਾਹ ਮੋੜ ਸਕਿਆ ਨਾ ਇੱਥੇ ਖੜੋ ਸਕਿਆ ਬਿੰਦ ਦਾ ਬਿੰਦ ਚੁੱਪ ਕੀਤਾ ਖੜੋਤਾ ਰਿਹਾ ਫਿਰ ਉਪਰੀ ਜੀ ਬਾਤ ਚ ਬੋਲਿਆ ਚੰਗਾ ਫਿਰ ਮੈਂ ਚਾਹ ਕਰ ਲਿਆ ਵਾਂ ਉਹ ਜਿਵੇਂ ਖਿਹੜਾ ਛੁਡਾ ਕੇ ਭੱਜਿਆ ਹੋਵੇ ਮੋਦਨ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਚਾਚੀ ਨਿਹਾਲੀ ਦੇ ਘਰ ਕੋਲ ਜਾ ਕੇ ਉਹਨੇ ਪਛਾਣ ਵਲ ਵੇਖਿਆ। ਅੱਗੋਂ ਮੋਦਰ ਨੇ ਵੀ ਤਾੜਵੀਂ ਅੱਖੋਂ ਉਸ ਵੱਲ ਤੱਕਿਆ। ਉਸੇ ਵੇਲੇ ਨੀਵੀ ਪਾ ਗਿਆ। ਤੇ ਮੋਦਰ ਨੂੰ ਦਿਲਾਂ ਦੇ 파ੜੇ ਹੋਰ ਵੱਧਦੇ ਜਾਪੇ। ਖਾਸੇ ਚਿਰ ਪਿੱਛੋਂ ਛੋਟਾ ਚਾਹ ਵੀ ਲਿਆਇਆ। ਉਹਨਾਂ ਨੇ ਪੀਤੀ ਵੀ। ਰੁਲਦੂ ਨੇ ਉਰਲੀਆਂ ਪਰਲੀਆਂ ਵੀ ਮਾਰੀਆਂ ਪਰ ਛੋਟੇ ਨੇ ਕੋਈ ਗੰਭੀਰ ਗੱਲ ਨਾ ਛੇੜੀ। ਨਾ ਮੋਦਰ ਨੇ ਕੀਤੀ। ਆਥਣ ਦੀ ਰੋਟੀ ਘਰੇ ਖਾਣ ਲਈ ਕਹਿ ਕੇ ਜਦੋਂ ਉਹ ਮੁੜਿਆ ਤਮੋਦਰ ਨੂੰ ਪਤਾ ਨਹੀਂ ਪਤਾ ਸੀ ਕਿ ਨਾ ਉਹ ਸੇ ਜਾਣਾ ਹੈ ਤੇ ਨਾ ਛੋਟੇ ਜਾਂ ਸੱਜਣ ਨੇ ਉਹਨੂੰ ਰੂਲਦੀ ਦੇ ਘਰੋਂ ਸੱਦਣ ਆਉਣਾ ਹੈ ਉਹਨਾਂ ਦੋਹਾਂ ਨੇ ਆਥਣ ਤਾਈ ਸਾਰਾ ਕੂੜਾ ਹੂਣ ਦਿੱਤਾ ਤੇ ਤਸੱਲੀ ਨਾਲ ਘਰ ਮੁੜਾਏ ਘਰ ਆ ਕੇ ਕਾਰੀਗਰ ਤੋਂ ਤਖਤੇ ਲਵਾਉਣ ਤੇ ਡਿੱਗੀਆਂ ਠੱਠੀਆਂ ਕੰਦਾਂ ਕਢਵਾਉਣ ਦੀਆਂ ਦਲੀਲਾਂ ਕਰਦੇ ਰਹੇ ਅਗਲੇ ਦਿਨ ਰੂਲਦੂ ਨੇ ਆਪੇ ਹੀ ਸਾਰੇ ਕੰਮ ਦਾ ਪ੍ਰਬੰਧ ਕਰ ਕਰਾ ਲਿਆ ਛੋਟੇ ਤੇ ਸੱਜਣ ਬਾਰੇ ਜੋ ਮੋਦਰ ਨੇ ਸੋਚਿਆ ਸੀ ਉਹ ਹੋਇਆ ਉਹਨਾਂ ਚੋਂ ਕੋਈ ਵੀ ਅਗਲੇ ਦਿਨ ਉਹਨਾਂ ਕੋਲ ਨਹੀਂ ਆਇਆ ਇਸ ਨਾਲ ਮੋਦਰ ਨੂੰ ਚਿੰਤ ਚਿੱਤੋਂ ਸਗੋਂ ਗੁੱਜੀ ਤਸੱਲੀ ਹੋਈ ਲੈ ਬਾਈ ਰੁੱਲਦੂ ਸਿਆਂ ਜਿਹੜੀ ਕਸਰ ਰਹਿੰਦੀ ਸੀ ਉਹ ਵੀ ਪੂਰੀ ਹੋ ਗਈ ਰਾਤ ਨੂੰ ਪੈਣ ਲੱਗੇ ਆ ਮੋਦਰ ਨੇ ਗੱਲ ਛੇੜੀ ਤੈਨੂੰ ਮੈਂ ਕਿਹਾ ਸੀ ਨਾ ਵੀ ਮੈਂ ਥੋ ਖਿਹੜਾ ਛਡਾਉਣ ਨੂੰ ਫਿਰਦੇ ਆ ਪੁੱਛੀਆ ਕਿਸੇ ਨੇ ਹੁਣ ਆ ਕੇ ਬਾਤ ਏਉਂ ਹੈ ਬਾਈ ਸਭ ਦੁਨੀਆਂ ਝੁਕਦੇ ਪੱਲੜੇ ਦੀ ਹੋਗੀ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਕੰਮ ਅਸੀਂ ਵਿੱਢੀ ਬੈਠੇ ਆ ਉਹ ਕਾਠੇ 'ਚ ਸਿਰੇ ਨਹੀਂ ਚੜ੍ਹਨੇ ਖੈਰ ਆਪਾਂ ਕੀ ਲੈਣਾ ਆਪਦੇ ਘਰ ਸੁਖੀ ਵਸਣ ਮੋਜਾਂ ਕਰ ਹਾਂ ਇੱਥੇ ਆ ਹਰੇਕ ਸਿਆਣਾ ਸਾਊ ਬੰਦਾ ਇਹਵੇਂ ਸੋਚੋ ਚਲੋ ਆਪਦੇ ਘਰ ਰੰਗੇ ਵਸਣ ਵਧਣ ਫੁੱਲਣ ਆਖੇ ਰੱਬ ਵਰਗਾ ਆਸਰਾ ਤੇਰਾ ਵਸਦਾ ਰਹਿ ਮਿੱਤਰਾ ਫੇਰ ਵੀ ਆਖਰ ਭਰਾ ਹੈ ਆਪਾਂ ਨੂੰ ਤਾਂ ਉਹਨਾਂ ਦੇ ਵਸਦੇ ਰਸਤੇਆਂ ਦਾ ਹੀ ਭਾ ਹੈ ਪਰ ਅਸਲ 'ਚ ਦੋਵੇਂ ਉਤਲੇ ਮਨੋਂ ਝੂਠ ਪ੍ਰਵਾਨ ਕਰ ਰਹੇ ਸਨ ਜਿਸ ਨੂੰ ਉਹਨਾਂ ਦਾ ਅੰਦਰਲਾ ਬਿਲਕੁਲ ਨਹੀਂ ਸੀ ਮੰਨ ਰਿਹਾ ਤੇ ਉਹਦੋਂ ਬਿੰਦੂ ਕੋ ਪਿੱਛੋਂ ਜਦੋਂ ਲੰਮੀਆਂ ਗੱਲਾਂ ਛੇੜ ਪਈਆਂ ਤਾਂ ਆਪਾਂ ਹੀ ਉਲਟਪੁਲ ਬੋਲਣ ਲੱਗ ਪਏ ਮੋਦਰ ਨੇ ਰੋਚਾ ਕੇ ਛੋਟੇ ਤੇ ਸੱਜਣ ਦੋਹਾਂ ਨੂੰ ਗਾਲਾਂ ਵੀ ਕੱਢੀਆਂ ਤੇ ਸੌਂ ਖਾਦੀ ਕਿ ਜੇ ਉਹਦਾ ਵਾਸ ਚੱਲਿਆ ਜਿਉਂਦੇ ਜੀ ਉਹਨਾਂ ਦੇ ਮੱਥੇ ਨਹੀਂ ਲੱਗੇਗਾ ਭਲਿਆ ਲੋਕਾ ਇਹ ਜੋ ਬੇਅਣਖੇ ਬੇਗਰਤੇ ਚੰਦਰੇ ਬੰਦਿਆਂ ਦੇ ਤਾਂ ਥੜਕੇ ਮੱਥੇ ਲੱਗਣਾ ਵੀ ਮਾੜਾ ਜਿਹੜੇ ਆਪਦੇ ਦੁਸ਼ਮਣ ਨਾਲ ਅੱਖ ਰਲਾ ਲੈਣ ਜੱਟ ਦਾ ਪੁੱਤ ਈ ਉਹ ਕੀ ਹੋਇਆ ਜਿਨੇ ਚਿੱਤੋਂ ਖੋਰ ਗਵਾਤਾ ਬੰਦੇ ਨੇ ਨਿਤ-ਨਿਤ ਜੰਮਣਾ ਦੁਨੀਆ ਤੇ ਆਉਣਾ ਤਾਂ ਇੱਕੋ ਵਾਰੀ ਐ ਜਾਣਾ ਵੀ ਇੱਕੋ ਵਾਰੀ ਐ ਫੇਰ ਐ ਜਿਵੇਂ ਕੁਝ ਨਫਰਤ ਨਾਲ ਉਹਨੇ ਗੱਲ ਅਧੂਰੀ ਛੱਡਤੀ ਰੁੱਲਦੂ ਨੇ ਵੀ ਉਹਦਾ ਪੂਰਾ ਹੰਗਾਰਾ ਭਰਤਾ ਸੱਤ ਐ ਸੱਤ ਐ ਤੇਰੀ ਗੱਲ ਤੇ ਹੋਰ ਚੌ ਦਿਨਾਂ ਤਾਈਂ ਦੋਵਾਂ ਭਰਾਵਾਂ ਤੋਂ ਅਣਗੁਆਣ ਤੋਂ ਕਈ ਸਿਆਣਿਆਂ ਤੋਂ ਵੀ 베ਰ ਕੇ ਮੋਦਨ ਬੇਬੇ ਨੂੰ ਨਾਲ ਲੈ ਕੇ ਟੀਬੀ ਵਾਲੇ ਘਰ ਆ ਬੈਠਾ ਬੇਬੇ ਉਸ ਘੇਰੇ ਚੋਂ ਨਿਕਲ ਕੇ ਭਾਵੇਂ ਖੁਸ਼ ਨਹੀਂ ਸੀ ਪਰ ਚੰਦਰੀਆਂ ਨੂੰਹਾਂ ਤੋਂ ਜਾਨ ਛੁੱਟਣ ਦੀ ਉਹਨੂੰ ਵੀ ਤਸੱਲੀ ਸੀ ਪੁੱਤ ਮੋਦਨ ਅਪਾ ਰੋਟੀ ਟੁਕਦਾ ਕਿਵੇਂ ਕਰਿਆ ਕਰਾਂਗੇ ਫਿਕਰ ਨਾਲ ਇੰਨਾ ਕੋਈ ਬੇਬੇ ਨੇ ਕਿਹਾ ਮੈਨੂੰ ਤਾਂ ਮਸਾਂਤੂ ਪਛਾਈ ਦਿਸਦੀ ਐ ਮੇਰਾ ਕਿਹੜਾ ਬੇਬੇ ਮੇਰੇ ਕਿਹੜਾ ਬੇਬੇ ਹੱਥ ਨਹੀਂ ਮੋਦਨ ਨੇ ਰਤਾ ਕੁਖਤ ਬਾਤ ਚ ਕਿਹਾ ਉੱਥੇ ਮੈਨੂੰ ਪੂੜੇ ਪਕਾ ਕੇ ਇਹੋ ਖਾਉਂਦੇ ਰਹੇ ਐ ਵੱਡੇ ਸਰਦਾਰ ਉੱਥੇ ਐਨੇ ਵੇਰੇ ਕੱਟਲੇ ਤਾਂ ਇੱਥੇ ਨਹੀਂ ਆਪ ਧੱਪੀਆਂ ਜਾਣੀਆਂ ਨਾ ਪੁੱਤੂ ਤੇਰੀ ਗੱਲ ਠੀਕ ਐ ਪਰ ਤੇ ਬੇਬੇ ਦੀ ਪਰ ਦਾ ਮਤਲਬ ਮੋਦਨ ਚੰਗੀ ਤਰ੍ਹਾਂ ਸਮਝਦਾ ਸੀ ਉਹਨੂੰ ਵੀ ਇੰਝ ਆਪਦਾ ਸੀ ਕਿ ਹੁਣ 4 ਦਿਨ ਜੇ ਚੁੱਪ ਕਰਕੇ ਖੁੰਝੇ ਬਹਿ ਕੇ ਕੱਟੇ ਜਾ ਸਕਣ ਤਾਂ ਭਲੀ ਗੱਲ ਸੀ ਪਰ ਬੇਬੇ ਦੀ ਚਿੰਤਾ ਦਾ ਕੀ ਬਣੂ ਆਥਣੇ ਚੁੱਲ੍ਹੇ 'ਚ ਅੱਗ ਮਚਾਈ ਤਾਂ ਭੂਤਾਂ ਦਾ ਵਾਸਾ ਪਵਿੱਤਰ ਘਰ ਜਾਪਣ ਲੱਗ ਪਿਆ ਹੌਲੀ-ਹੌਲੀ ਗੋਡੇ ਖੜੀਸ ਦੀ ਚਾਚੀ ਪਰਸਿੰਨੀ ਵੀ ਆ ਬੈਠੀ ਪਹਿਲਾਂ ਮੋਦਨ ਦਾ ਸਿਰ ਪਲੋਸੀਆ ਫਿਰ ਨਰੋਏ ਦੰਦ ਲਿਸ਼ਕਾ ਕੇ ਕੌਲ ਫੁੱਲ ਵਾਂਗ ਖਿੜ ਗਈ ਪਰ ਨਾਲ ਇੱਕ ਸੀਸ ਵਟਕੇ ਟੁੱਟੀ ਪੀੜੀ ਤੇ ਬੰਦਿਆ ਆਪ ਮੁਹਾਰੀ ਛਿੜ ਪਈ ਪਤਾ ਤਾਂ ਮੈਨੂੰ ਪਰਸੋਂ ਚੌਥੇ ਦਾ ਲੱਗਿਆ ਵੀ ਮੋਦਨ ਆ ਗਿਆ ਪਰ ਅੱਜ ਚੰਦਰੇ ਗੋਡਿਆਂ ਨੇ ਨੀ ਪੱਟੀ ਵੱਜਣ ਦਿੱਤੀ ਬਸ ਪੂਰਾ ਵਗਿਆ ਨਹੀਂ ਤੇ ਇਹਨਾਂ ਨੂੰ ਪਟਮੇਲੀ ਪਈ ਨਹੀਂ ਤੂੰ ਤਾਂ ਹਰ ਕੁਰੇ ਹੁਣ ਜਮਾ ਹੀ ਰਹਿ ਖੜੋਤੀ ਕੁਝ ਬਿਮਾਰ ਰਹੀਆਂ ਠੀਕ ਐ ਭਾਈ ਜਦੋਂ ਕਿਸੇ ਚੰਦਰੇ ਧੀ ਪੁੱਤ ਦਾ ਘਰੇ ਪੈਰ ਪੈ ਜੇ ਫੇਰ ਕਾਦੀ ਜੂਨ ਐ ਪਰ ਸਿੰਨੀ ਨੇ ਆਪਣੀ ਗੱਲ ਦਾ ਆਪ ਹੀ ਜਵਾਬ ਦਿੰਦੇ ਆ ਮੱਥੇ ਤੇ ਹੱਥ ਧਰਦੇ ਆ ਹੋਕੀ ਵਰਗੀ ਧੀ ਮੀ ਡੂੰਗੀ ਬਾਤ ਚ ਗਿਆ ਸਾਡੇ ਵੀ ਜਿੱਦਾਂ ਦੀ ਉਹ ਵੱਡੀ ਗਏ ਖਲਣੇ ਦੀ ਆਈ ਐ ਐਨ ਘਰ ਦਾ ਬਾਰ ਦੂਜੇ ਪਾਸੇ ਕਰਤਾ ਹੋਰ ਪੁੱਤ ਮੋਦਨਾ ਤੂੰ ਤਾਂ ਟਕੜਾ ਰਿਹਾ ਪਰ ਕਾਦੀ ਟਕੜਾਈ ਐ ਉੱਥੇ ਕੋਈ ਜੂਨ ਹੁੰਦੀ ਐ ਬੰਦੇ ਦੀ ਜਮਾਂ ਦੇ ਬਸ ਪੈਣ ਵਾਲੀ ਗੱਲ ਆ ਪੁੱਤ ਆਪਾਂ ਤਾਂ ਉੱਥੇ ਸਹਰਿਆਂ ਨੂੰ ਰਹਿ ਕੇ ਆਏ ਆ ਚਾਚੀ ਮौज ਕੀਤੀ ਪਰ ਸਿੰਨੀ ਪਹਿਲਾਂ ਨਿੱਕਾ ਜਿਹਾ ਠਾਕਾ ਮਾਰ ਕੇ ਹਸੀ ਪਰ ਨਾਲ ਦੀ ਨਾਲ ਗੰਭੀਰ ਧੀਮੀ ਤੇ ਬੁੱਢੀ ਬਿਮਾਰ ਆਵਾਜ਼ ਬਣਾ ਕੇ ਓਵੇਂ ਮੱਥੇ ਤੇ ਹੱਥ ਧਰਦਿਆਂ ਬੋਲੀ ਉਹ ਕਾਦੇ ਸਹਰੇ ਆ ਪੁੱਤ ਸਾਰੇ ਤਾਂ ਜੇ ਬਣਾਵੇਂਗਾ ਤਾਂ ਕਿਤੇ ਥਾਂ ਸੇਰੀ ਬਣਨਗੇ ਨਾਲੇ ਹੁਣ ਜੇ ਆਪਦੀ ਮਾਂ ਦੇ ਅਖੀਰੀ 4 ਦਿਨ ਸੁੱਖ ਨਾਲ ਕਟਾਉਣੇ ਆ ਤਾਂ ਕੋਈ ਨਾ ਕੋਈ ਬੰਨ ਸੁਭਤਾ ਕਰਨਾ ਹੀ ਪਊ ਪੁੱਤ ਐ ਹੁਣ ਤੂੰ ਗਿੱਲੇ ਗੋਹਿਆਂ ਨਾਲ ਆਪ ਤੂੰ ਖੜਿਆ ਕਰੇਂਗਾ ਇਹਨੂੰ ਤਾਂ ਹੁਣ ਉਨੀ ਨਹੀਂ ਦੇਂਦਾ ਨਾਲੇ ਪੁੱਤ ਲੋਕਾਂ ਤੋਂ 100-100 ਹੁੰਦੀਆਂ ਤੂੰ ਕੀ ਕੀਤਾ ਚਲੋ ਹੋਈ ਨਿਬੜੀ ਗੱਲ ਹੁਣ ਕੋਈ ਸਾਰੀ ਉਮਰ ਐ ਤਾਂ ਨਹੀਂ ਕੱਟਣੀ ਮੋਦਨ ਦਾ ਜਿੱਤ ਚਾਚੀ ਦੀਆਂ ਗੱਲਾਂ ਸੁਣ ਕੇ ਕਰਾਰਚ ਹੋ ਗਿਆ ਸੀ ਉਹਦੀ ਗਿੱਲੇ ਗੋਹਿਆਂ ਨਾਲ ਧੁਖੜਨ ਵਾਲੀ ਗੱਲ ਨਹੀਂ ਉਹਦੇ ਇਤ ਨੂੰ ਤਾਂ ਰਤਾ ਡੁਲਾ ਵੀ ਦਿੱਤਾ ساری ਉਮਰ ਇਹੋਂ ਗਿੱਲੇ ਗੋਹਿਆਂ ਤੇ ਧੂਏ ਨਾਲ ਅੱਖਾਂ ਬੰਦਾ ਕਿਵੇਂ ਪਨਾ ਸਕਦਾ ਉਸ ਤੋਂ ਇਹ ਨਾਲ ਭਰੀਆਂ ਅੱਖਾਂ ਦਾ ਪਾਣੀ ਪੱਗ ਦੇ ਲੜ ਨਾਲ ਪਹੁੰਚਦਿਆਂ ਸੋਚਿਆ ਤੇ ਫਿਰ ਹੱਸ ਕੇ ਕਿਹਾ ਲੈ ਫਿਰ ਚਾਚੀ ਮੈਂ ਕਦੋਂ ਨਾ ਕੀਤੀ ਹੈ ਭੋਵੇਂ ਅੱਜ ਲਿਆ ਦੇ ਕੋਈ ਅੰਨੀ ਕਹਾਣੀ ਲੈ ਹੈ ਕਮਲਾ ਚਾਚੀ ਨੇ ਇੱਕਦਮ ਆਵਾਜ਼ ਬਦਲ ਕੇ ਗੜਕੇ ਨਾਲ ਕਿਹਾ ਉਹ ਤੂੰ ਕਹ ਸਈ ਕੋਈ ਘਟ ਹੈ ਕੱਲ ਨੂੰ ਹੀ ਵੇਖ ਜੇ ਗੇੜੇ ਨਾ ਮਾਰਦੇ ਫਿਰ ਤਾਂ ਬਚੋਲੇ ਸੋਖ ਨਾਲ ਜ਼ਮੀਨ ਜਾਇਦਾਦ ਦਾ ਮਾਲਕ ਹੈ ਗਬਰੂ ਹੈ ਹੋਰ ਅਗਲਿਆਂ ਨੂੰ ਕੀ ਉਠਕੋੜਾ ਚਾਹੀਦਾ ਤੇ ਅੰਨੀ ਗਾਣੀ ਵਾਲੀ ਤੂੰ ਕੀ ਗੱਲ ਆਖੀ ਐ ਆਉ ਕੇ ਨਾ ਮੂਰਤ ਅਰਗੀ ਕੁੜੀਆਂ ਦਾ ਕਾਲ ਤਾਂ ਨਹੀਂ ਪੈ ਗਿਆ ਲੋਕ ਤਾਂ ਦਰ ਦਰ ਭਟਕਦੇ ਫਿਰਦੇ ਆਣੇ ਵਾਲੇ ਘਰਾਂ ਨੂੰ ਮੋਦਨ ਨੂੰ ਉਪਰੀ ਜੀ ਤਸੱਲੀ ਤਾਂ ਹੋਈ ਪਰ ਜਿੱਤੋਂ ਹੋਇਉਂ ਜਾਪਿਆ ਜਿਵੇਂ ਚਾਚੀ ਸਿਆਣਿਆਂ ਵਾਂਗ ਉਹਦਾ ਦਿਲ ਧਰੌਣ ਦੀ ਮਾਰੀ ਨਿਹਰੇ ਝੂਠੇ ਦਲਾਸੇ ਦੇ ਰਹੀ ਹੋਏ ਫਿਰ ਹਰ ਚੜ੍ਹਦੇ ਦਿਨ ਇਸ ਨਿੱਕੀ ਜੀ ਗੱਲ ਦਾ ਜਿਵੇਂ ਰਾਈ ਦਾ ਪਹਾੜ ਬਣਦਾ ਗਿਆ ਚਿੱਤ 'ਚ ਕੋਈ ਅਜਿਹੀ ਲਾਲਸਾ ਤੇ ਖੋਪ ਪੈਦਾ ਹੋਈ ਕਿ ਸਾਰੀ ਬਣੀ ਬਣਾਈ ਖੇੜ ਹੀ ਖਿੰਡ ਗਈ। ਸ਼ਾਇਦ ਮੋਦਰਨ ਦੀ ਇਸੇ ਕਾਲ ਨੇ ਮੈਨੂੰ ਅੰਦਰ ਅੰਦਰ ਭਰਾਵਾਂ ਕੋਲੋਂ ਜ਼ਮੀਨ ਵੰਡਾ ਲਈ। ਸੱਜਣ ਕੁਝ ਉੱਚਾ ਨੀਵਾ ਹੋਣ ਲੱਗਿਆ ਤਾਂ ਮੋਦਰਨ ਨੇ ਕਰੜਾ ਹੋ ਕੇ ਐਨ ਸੇਰੇ ਵਾਲੀ ਸੁਣਾਤੀ। ਸੱਜਣਾ ਬਹੁਤਾ ਨਹੀਂ ਅਫਰੀਦਾ ਹੁੰਦਾ। ਮਗਰ ਉਹ ਐਨੇ ਵਾਰੇ ਤੁਸੀਂ ਮੇਰੇ ਹਿੱਸੇ ਦੀ ਕਮਾਈ ਖਾਦੀ ਐ। ਜੇ ਬਹੁਤੀ ਔਖੇ ਆ ਤਾਂ ਉਹਦਾ ਵੀ ਹਿਸਾਬ ਕਿਤਾਬ ਕਰ ਲੈ। ਹੋਰ ਤਾਂ ਸਾਰਿਆਂ ਦਾ ਬਰਾਬਰ ਹੈ। ਸੱਜਣ ਮੋਦਨ ਦੇ ਬਦਲੇ ਹੋਏ ਤੌਰ ਵੇਖ ਕੇ ਕੰਨ ਬੁਲੇਟ ਗਿਆ ਉਹਦੀਆਂ ਕੈਰੀ ਅੱਖਾਂ ਵੱਲ ਝਾਕ ਕੇ ਉੰਜ ਉੰਜੀ ਸਹਿਮ ਗਿਆ ਸੀ ਉਹਨੂੰ ਇੱਕ ਖੂਨੀ ਦੀਆਂ ਅੱਖਾਂ ਚਾਪੀਆਂ ਸੀ ਹੁਣ ਫੇਰ ਕਈ ਦਿਨ ਲੋਕਾਂ ਨੇ ਸਾਥ ਚ ਬਹਿ ਕੇ ਇਸ ਗੱਲ ਦੀ ਝੁੰਝ ਚਰਚਾ ਛੇੜੀ ਲੈ ਵੀ ਅੱਗੇ ਨਹੀਂ ਸੀ ਉਹ ਜਿਹੜਿਆ ਪਾਲੇ ਦਾ ਘਰ ਹੁਣ ਉਜੜੂ ਜਦੋਂ ਭਰਾਵਾਂ 'ਚ 파ਟਕ ਪੈ ਜੇ ਫੇਰ ਨਹੀਂ ਘਰ ਵਸਦਾ ਹੁੰਦਾ ਕੁਛ ਨਹੀਂ ਹੁੰਦਾ ਐਨ ਰੰਗੀ ਵਸਣਗੇ ਭਰਾ ਭਰਾਵਾਂ ਨਾਲੋਂ ਅੱਡ ਹੁੰਦੇ ਆਏ ਆ ਅੱਗੇ ਕਿੰਨੇ ਕੁੱਜੜ ਗਏ ਓਏ ਨਹੀਂ ਉਹ ਗੱਲ ਹੋਰ ਹੁੰਦੀ ਐ ਜਦੋਂ ਪਰਦਾ ਬਣਿਆ ਰਹੇ ਤਾਂ ਸਭ ਕੁਝ ਠਿਆ ਰਹਿੰਦਾ ਪਰ ਜਦੋਂ ਮਿੱਚੀ ਮੁਠੀ ਕੇਰਾਂ ਖੁੱਲ ਜੇ ਫਿਰ ਸਭ ਕੁਝ ਚੌੜਚਪਟੋ ਹੋ ਜਾਂਦਾ ਨਾਲੇ ਲੋਕ ਤਾਂ ਏਸੀ ਗੱਲ ਦੀ ਤਾਰ 'ਚ ਬੈਠੇ ਹੁੰਦੇ ਆ ਵੀ ਕਦੋਂ ਅਗਲਿਆਂ ਦਾ ਡੰਡਾ ਖੜਕੇ ਤੇ ਅਸੀਂ ਤਮਾਸ਼ਾ ਦੇਖੀ ਜਾਂਦਾ ਲਾਈਏ ਠੀਕ ਐ ਨਾਲੇ ਤੂੰ ਲਾ ਕੇ ਦੇਖ ਲੀਂਦਾ ਅੱਜਕੱਲ੍ਹ ਬਈ ਦੁਨੀਆ ਬੜੀ ਸਿਆਣੀ ਹੋਈ ਵੀ ਐ ਅਗਲਾ ਨੋਂ ਨਹੀਂ ਤਰੰਦਨ ਦਾ ਖੈਰ ਆਪੋ ਆਪਣੇ ਖਿਆਲ ਉਹ ਸਮਾਈ ਤੇ ਕੱਠ ਬਿਨਾਂ ਜੱਟ ਦੇ ਘਰ ਦਾ ਹੁੰਦਾ ਸੱਤਿਆਨਾਸੀ ਆ। ਆ ਕੱਤਰ ਦੀ ਕੋਈ ਰੀਸ ਐ ਸਾਈ ਲੋਕਾਂ। ਆ ਕੱਠ ਦੀ ਕੋਈ ਰੀਸ ਨਹੀਂ। ਇਹ ਮੋਦਨ ਵੀ ਜਾਣਦਾ ਸੀ। ਪਰ ਕੱਠ ਨਿਬਣ ਬਾਰੇ ਵੀ ਉਹਨੂੰ ਕੋਈ ਭੁਲੇਖਾ ਨਹੀਂ ਸੀ। ਜਿਹੜੀ ਗੱਲ ਕੱਲ ਨੂੰ ਹੋਰ ਫਿੱਕੇ ਪੈ ਕੇ ਪੰਚਾਇਤਾਂ ਤੇ ਸ਼ਰੀਕਾਂ ਨੂੰ ਇਕੱਠੇ ਕਰਕੇ ਕਰਨੀ ਪੈਣੀ ਸੀ ਉਹ ਪਹਿਲਾਂ ਹੀ ਕਿ ਉਹਨਾਂ ਨੇ ਬੇੜੀ ਜਾਈ। ਇਹ ਸੋਚ ਕੇ ਉਹਨੇ ਹੂਲਾ ਫੱਕਿਆ ਸੀ। ਫੇਰ ਵੀ ਵਾਹ ਉਸੇ ਲਈ ਕਿ ਵਾਧੂ ਦਾ ਬਖੇੜਾ ਖੜਾ ਨਾ ਹੋਵੇ। ਪਰ ਸੱਜਣ ਨਹੀਂ ਟਲਿਆ। ਜਦੋਂ ਕੱਲ ਸੰਦ ਸੰਦੇੜੇ ਦੀ ਵੰਡਾਈ ਤੇ ਆਈ ਤਾਂ ਜੋ ਚਲਾਕੀ ਹੋ ਸਕਦੀ ਸੀ ਉਹ ਕਰ ਗਿਆ ਸਾਰੇ ਟੁੱਟੇ ਭੱਜੇ ਸੰਦ ਮੋਦਨ ਦੇ ਮੱਥੇ ਮਾਰੇ ਤੇ ਮੋਦਨ ਉਹਦੀਆਂ ਜਿਹੀਆਂ ਚਲਾਕੀਆਂ ਤੇ ਹਰਖ ਵੀ ਆਇਆ ਪਰ ਮਨ ਸਮਝਾ ਲਿਆ ਚਲੋ ਹੁਣ ਕਿਹੜਾ ਇਥੇ ਲੂਲਾ ਵਾਲੇ ਰੋਂਦੇ ਇਹਨਾਂ ਦੀ ਤਕਬੀਲਦਾਰੀ ਅਜੇ ਕੁਝ ਵੱਧ ਘੱਟ ਰਹਿ ਗਿਆ ਤਾਂ ਉਹ ਜਾਣੇ ਘਰੇ ਹੀ ਹੈ ਨਾ ਪਰ ਫਰਕ ਕੋਈ ਸੰਦ ਬਲੇਵੇਂ ਨਾਲ ਥੋੜੋ ਪੈਂਦਾ ਫਰਕ ਹੁੰਦਾ ਹੈ ਦਿਲਾਂ ਦੇ ਮੋਦਨ ਦੇ ਨਾਲ ਹੀ ਮੋਦਨ ਨੇ ਨਾਲ ਹੀ ਇਹ ਸੋਚਿਆ ਇਹ ਫਰਕ ਤਾਂ ਹੁਣ ਸਾਰੀ ਪੈ ਗਈ ਸੀ ਤੇ ਦਿਲ ਟੁੱਟੇ ਵੀ ਕਦੇ ਜੁੜੇ ਪਰ ਖੈਰ ਸੱਜਣ ਤਾਂ ਬੰਦਾ ਹੋਰ ਦਾ ਹੋਰ ਬਣ ਗਿਆ ਸੀ ਪਰ ਛੋਟੇ ਚ ਅਜੇ ਉਹ ਚਲਾਕੀ ਨਹੀਂ ਸੀ ਆਈ ਉਹ ਅਜੇ ਵੀ ਆਥਨੋਗਣ ਬੇਬੇ ਦਾ ਪਤਾ ਲੈਣ ਵੀ ਆ ਜਾਂਦਾ ਖੜੀ ਹਾੜੀ ਦੇ ਹਿੱਸੇ ਪੱਤੀ ਦੇ ਨਿਵੇੜੇ ਵੇਲੇ ਉਹ ਸੱਜਣ ਨਾਲ ਕੁਝ ਤਾਂ ਤਤਾ ਵੀ ਹੋ ਪਿਆ ਤੇ ਉਸੇ ਨੇ ਸਾਰਾ ਮਾਮਲਾ ਸੁਖ-ਸਾਂਦ ਨਾਲ ਨਿਬੇੜਤਾ ਸੀ ਤੁਸੀਂ ਛੋਟੇ ਆਪਣੇ ਦੁਸ਼ਮਣਾਂ ਨਾਲ ਈਓ ਸਿਰ ਜੋੜ ਕੇ ਕੰਮ ਤਾਂ ਚੰਗਾ ਨਹੀਂ ਕੀਤਾ ਪਰ ਅੱਛਾ ਪਛਤਾਉਂਗੇ ਮੋਦਰ ਨੇ ਇੱਕ ਦਿਨ ਉਹਨੂੰ ਏਸੀ ਆਪਣਾਤ ਕਰਕੇ ਸਾਫ਼ ਕਹਿਤਾ ਪਰ ਤਲਖ ਨਹੀਂ ਬੋਲਿਆ। ਛੋਟਾ ਨਿੰਮੋ ਜੂਣਾ ਹੋ ਕੇ ਬੈਠਾ ਪਲਕੂ ਪਿੱਛੋਂ ਨਿਆਣਿਆਂ ਵਾਂਗ ਫਿਸਸ ਪਿਆ। ਜਿਹੜੀ ਕ੍ਰਿਕੀ ਚ ਮੈਂ ਫਸਿਆ ਬਾਈ ਉਹ ਮੈਨੂੰ ਹੀ ਪਤਾ ਹੈ। ਤੇ ਇੰਨੀ ਗੱਲ ਕਹਿ ਕੇ ਉਹ ਚੁੱਪ ਕਰ ਗਿਆ। ਉਸ ਪਿੱਛੋਂ ਮੋਦਰ ਨੇ ਮੁੜ ਗਾਂ ਗੱਲ ਕਦੇ ਨਾ ਛੇੜੀ। ਇਹ ਤਾਂ ਪੁੱਤ ਚਾਰ ਚਫੇਰੇਉ ਘੇਰ ਲਿਆ ਉਹਨਾ। ਵੱਡੇ ਦੋਹਾਂ ਜੀਆਂ ਨੇ। ਬੇਬੇ ਮਦਨ ਕੋਲ ਮੌਕਾ ਤਾੜ ਕੇ ਗੱਲ ਤੋੜ ਲੈਂਦੀ। ਇਹ ਕਿਹਦੇ ਗਲ ਪੈ ਗਈ ਸਾਰੀ ਕਬੀਲਦਾਰੀ? ਆਪਤਾ ਉਹ ਪਾ ਕੇ ਚਿੱਟੇ ਲੀੜੇ। ਉਹਨਾਂ ਨਾਲ ਤੁਰਿਆ ਫਿਰਦਾ ਰਹਿੰਦਾ ਮੈਂ ਅੱਜ ਰੇਲ ਲਿਉਣੀ ਐ ਅੱਜ ਮੈਂ ਬੀ ਲਿਉਣੀ ਐ ਅੱਜ ਪਾਣੀ ਦਾ ਰੋਲਾ ਨਵੇੜਨ ਜ਼ਿਲ੍ਹੇਦਾਰ ਕੋਲ ਜਾਣਾ ਇਹਨੂੰ ਕੱਲੇ ਨੂੰ ਖੇਤ ਤੋਰ ਛੱਡ ਦੇ ਇੱਕ ਸੀਰੀ ਇਹੋ ਜਿਹਾ ਚੰਦਰਾ ਰੱਖਿਆ ਭੰਨ ਕੇ ਡੱਕਾ ਦੂਰਾ ਕਿਹੜਾ ਕਰਦਾ ਮੋਦਰ ਨੂੰ ਛੋਟੇ ਉੱਤੇ ਹੋਰ ਵੀ ਤਰਸ ਆਉਂਦਾ ਪਰ ਗੁੱਸਾ ਵੀ ਆਉਂਦਾ ਸਭ ਕੋ ਜਾਣਦੇ ਆਂ ਬੁੱਝਦੇ ਆਂ ਵੀ ਹੁਣ ਉਹ ਸੱਜਣ ਤੋਂ ਜੱਤ ਕਿਉ ਲੁਹਾਈ ਜਾਂਦਾ ਸੀ ਫੇਰ ਵੀ ਉਹਨੇ ਇਸ ਗੱਲ ਦੀ ਕਦੇ ਹਵਾ ਨਾ ਨਿਕਲਣ ਦਿੱਤੀ ਦੋ ਭਰਾਵਾਂ ਦੇ ਸਿਰ ਜੁੜੇ ਹੀ ਚੰਗੇ ਕਿਵੇਂ ਵੀ ਅਕਸਰ ਹੈ ਤਾਂ ਭਰਾ ਹੀ ਭਰਾ ਤਾਂ ਭਾਈ ਰਹਿੰਦੇ ਜੇ ਮਾਰੂ ਤਾਂ ਵੀ ਛਾਵੇਂ ਤਾਂ ਸੁੱਟੂ ਪੈਸਾ ਕੋਈ ਕੋਲੇ ਨਹੀਂ ਸੀ ਪਰ ਖਾੜੀ ਦੀ ਫਸਲ ਤਾਂ ਪਹਿਲਾਂ-ਪਹਿਲਾਂ ਮਾੜੇ ਚੰਗੇ ਬਲਦ ਗੱਡਾ ਤਾਂ ਬਣਾਉਣਾ ਪੈਣਾ ਸੀ ਸੱਜਣ ਵੰਡ ਵੇਲੇ ਉਹਨੂੰ ਇੱਕ ਵੱਡਾ ਮੌਲਾ ਜਿਹਾ ਬਲਦ ਦੇਣ ਨੂੰ ਤਿਆਰ ਸੀ ਪਰ ਉਹਨੇ ਵਿਅੰਗ ਨਾਲ ਨਾ ਕਰਤੀ ਸੀ ਇਹ ਤਾਂ ਤੂੰ ਆਪਦੀ ਖੱਬਲ ਵਾਲੀ ਬੁਹਾ ਲੈਂਗੀ ਮੇਰੀ ਮੇਰਾ ਤਾਂ ਡੰਗ ਸਰਜੂ ਰੂਲਦੂ ਕੋਲ ਗੱਲ ਕੀਤੀ ਤਾਂ ਉਸ ਕਹਿਤਾ ਤੂੰ ਫਿਕਰ ਕਾਦਾ ਲਾ ਛੱਡਿਆ ਮੋਦਰਾ ਆਪਣੇ ਕੋਲ ਡੰਗ ਸਾਰਨ ਜੋਗਾ ਸਭ ਕੁਝ ਆਏਗਾ ਬਲਦ ਵੀ ਟੁੱਟਿਆ ਭੱਜਿਆ ਗੱਡਾ ਵੀ ਤੇ ਸਾਰਾ ਸੰਦ ਬਲੇਵਾ ਵੀ ਪਰ ਮੋਦਨ ਸਭ ਕੁਝ ਆਪਣਾ ਬਣਾਉਣਾ ਚਾਹੁੰਦਾ ਸੀ ਆਪਣਾ ਘਰ ਬਸਾਉਣਾ ਚਾਹੁੰਦਾ ਸੀ ਰੁਲਦੂ ਉਸ ਨਾਲ ਕਿੱਥੇ ਕਿੱਥੇ ਨਿਭ ਸਕਦਾ ਸੀ ਨਾਲੇ ਉਹਨੂੰ ਤਾਂ ਸਭੋ ਸਹਾਰਾ ਦੇਣ ਦੀ ਲੋੜ ਸੀ ਸਾਰੀ 4-5 ਘੁਮਾਂ ਪਹਿਲੀ ਸੀ ਪਿਓ ਦਾਦਿਆਂ ਵੇਲੇ ਦੀ ਤੇ ਜਲਕੁਰ ਦੇ ਜਿਉਂਦੀ ਤੋਂ ਤਾਂ ਕਿਸੇ ਦੀ ਹਿੱਸੇ ਠੀਕੇ ਉੱਤੇ ਲੈ ਕੇ ਵਿਆਹੀ ਜਾਂਦੀ ਸੀ ਫਰੋ ਤੋਂ ਪਿੱਛੋਂ ਤਾਂ ਆਪਣੀਆਂ ਹੀ ਉਹਨਾਂ ਚਾਰ ਕੋੜਾਂ ਦੇ ਸਿਰ ਤੇ ਦਿਨ ਪੂਰੇ ਕਰਨ ਲੱਗਿਆ ਹੋਇਆ ਸੀ ਦਿਲ ਭਾਵੇਂ ਕਦੇ ਨਹੀਂ ਸੀ ਢੁਲਾਇਆ ਆਸਾਂ ਵੀ ਵੱਡੀਆਂ-ਵੱਡੀਆਂ ਲਾਈ ਰਿਖਿਆ ਸੀ ਕੱਲ ਨੂੰ ਮੁੰਡਾ ਸੁਖ ਨਾਲ ਜਵਾਨ ਹੋਇਆ ਕਿਸੇ ਚੰਗੇ ਘਰ ਮੰਗ ਵਿਆਹ ਲਾਂਗੇ ਰੋਟੀ ਪੱਕੀ ਪਕਾਈ ਮਿਲੂ ਲੀੜਾ ਲੱਤਾ ਤੋਤਾ ਸਮਾਰਿਆ ਤੇ ਦਰਵਾਜ਼ੇ 'ਚ ਢਾਂਕੇ ਮੰਝਾ ਲੱਤ ਤੇ ਲੱਤ ਧਰ ਕੇ ਸ਼ਬਦ ਗਾ ਛੱਡਿਆ ਕਰਾਂਗੇ ਹੋਰ ਆਪਾਂ ਨੂੰ ਕੀ ਉਠ ਘੋੜਾ ਚਾਹੀਦਾ ਪਰ ਮੋਦਨ ਉਹਦੀਆਂ ਇਹਨਾਂ ਛੇਕਚਿਲੀਆਂ ਵਾਲੀਆਂ ਤੇ ਕਦੇ-ਕਦੇ ਤਾਂ ਹਾਸਾ ਆ ਜਾਂਦਾ ਕਿਉਂ ਲੱਗਦਾ ਰੁਲਦੂ ਆਪ ਵੀ ਜਿਹੀਆਂ ਗੱਲਾਂ ਸਿਰਫ ਆਪਣੇ ਦਿਲ ਧਰਾਵੇ ਲਈ ਕਰਦਾ ਇੰਿਓ ਰੇਤ ਦੇ ਮਹਿਲ ਉਸਾਰ ਕੇ 4 ਦਿਨ ਚੰਗੇ ਲੰਘ ਜਾਂਦੇ ਐ ਬਈ ਮੋਦਨਾ ਜੇ ਸਾਰਾ ਦਿਨ ਰੀਂ-ਰੀ ਕਰੀ ਜਾਵਾਂਗੇ ਫੇਰ ਕਿਹੜਾ ਕੋਈ ਪਤੇਉਰਾ ਸਾਡੇ ਘਰ ਦਾਣੇ ਸਿੜਜੂ ਠੀਕ ਐ ਕਿ ਨਹੀਂ ਹਾਂ ਬਸ ਫੇਰ ਕਾਟੋ ਫੁੱਲਾਂ ਤੇ ਖੰਡਿਆਓ ਕਈ ਵਾਰ ਮੋਦਨ ਨੂੰ ਰੁਲਦੂ ਸੱਚੀ ਆਪਣਾ ਆਸਰਾ ਲੱਭਣ ਲੱਗ ਪੈਂਦਾ ਖੇਤ ਉਹਦੇ ਕੱਲੇ ਦਾ ਜਾਣ ਨੂੰ ਚਿਤ ਨਹੀਂ ਸੀ ਮੰਦਾ ਸ਼ਾਇਦ ਇਸੇ ਕਰਕੇ ਜਦ ਸੱਜਣ ਦੀ ਚਲਾਕੀ ਨੂੰ ਅੱਖੋਂ ਪਰੋਖੇ ਕਰਦੇ ਆ ਉਹਨੇ ਆਪਣੇ ਵੱਡੇ ਬਣ ਵਾਲਾ ਟੱਕ ਲੈ ਲਿਆ ਉਦੋਂ ਉਹਨੂੰ ਇਸ ਗੱਲ ਦਾ ਖਿਆਲ ਵੀ ਨਹੀਂ ਸੀ ਆਇਆ ਕਿ ਇਸ ਬਰਾਨੀ ਟੱਕ ਨੂੰ ਪਾਣੀ ਉਸੇ ਟਿਊਬਵਲ ਦਾ ਲੱਗਦਾ ਸੀ ਜਿਹੜਾ ਨਾਲ ਦੇ ਬਰਾਨੀ ਖੇਤ 'ਚ ਘਣੇ ਦੇ ਮੁੰਡਿਆਂ ਨੂੰ ਲਾਇਆ ਹੋਇਆ ਸੀ ਤਾਂ ਸ਼ਾਇਦ ਸੱਜਣ ਨੇ ਗਿਣਮਿਤ ਕੇ ਸੰਜਲ ਵਾਇਆ ਸੀ ਪਰ ਮਗਰੋਂ ਜਦੋਂ ਮੋਦਨ ਨੂੰ ਇਹਦੀ ਸਮਝ ਪਈ ਸੀ ਤਾਂ ਉਹਨੇ ਦੋ ਟੁੱਕ ਫੈਸਲਾ ਕਰਕੇ ਰੁਲਦ ਨੂੰ ਆਪਣੇ ਦਿਲ ਦੀ ਗੱਲ ਦੱਸਤੀ ਭਾਵੇਂ ਸਾਰੇ ਛੋਲੇ ਸਰੋਂ ਖੜੇ ਮੱਚ ਜਾਣ ਮੈਂ ਉਹਨਾਂ ਸਾਲਿਆਂ ਦਾ ਪਾਣੀ ਨਹੀਂ ਲਵਣਾ ਨਾਲੇ ਲਾਇਆ ਜਾਊ ਮੇਥੋਂ ਉਹਨਾਂ ਦਾ ਲਹੂ ਵਾਲਾ ਪਾਣੀ ਨਾ ਕਦੰਤ ਨਹੀਂ ਲੱਗ ਸਕਦਾ ਰੂਲਦੂ ਨੇ ਉਸੇ ਵੇਲੇ ਸਿਰ ਮਾਰ ਕੇ ਜਵਾਬ ਦਿੱਤਾ ਸੀ ਐਸੀ ਗੱਲ ਕੋਈ ਅਣਖੀ ਕੋਈ ਆਪਦੇ ਪਿਓ ਦੀ ਬਿੰਦ ਕਦੇ ਕਰ ਸਕਦਾ ਬਿਲਕੁਲ ਨਹੀਂ ਕਰ ਸਕਦਾ ਪਰ ਤੂੰ ਚੋਰਾ ਕੀ ਕਰਦਾ ਯਾਰ ਆਪਣਾ ਤਹਿਸੀਲਦਾਰ ਦੇ ਦਫ਼ਤਰ 'ਚ ਹੋਗਾ ਹੈਗਾ ਇੱਕ ਬੰਦਾ ਜਿਹੜਾ ੜੀ ਤੋਂ ਪਹਿਲਾਂ ਪਹਿਲਾਂ ਤੇਰੇ ਖੇਤ 'ਚ ਦਿਨਾਲਾ ਮੋਗਾ ਨਾ ਲੱਗਿਆ ਹੋਇਆ ਤਾਂ ਆਖੇ ਨਹੀਂ ਕਹਿਦੀ ਭਈ ਅਮੀ ਕੋ ਤਪੌਂਕਦਾ ਸੀ ਵੇਖ ਜੇ ਸਾਲਿਆਂ ਦੇ ਹਿੱਕ ਤੇ ਲਾਟਾਂ ਨਾਲ ਮਚਾਉਂਦੀਆਂ ਹੱਥ-ਹੱਥ ਲੰਮੀਆਂ ਨਾਲੇ ਤੂੰ ਉਹਨਾਂ ਦਾ ਪਾਣੀ ਲਾਵੇਂ ਕਿਉਂ ਦੁਸ਼ਮਣ ਦਾ ਤਾਂ ਲਹੂ ਲਈਦਾ ਚਾਹੇ ਤਿਲਕ ਲਾਲੋ ਚਾਹੇ ਖੇਤਰ ਮਾਲੋ ਪੈਸਿਆਂ ਨੂੰ ਤੇ ਮੁੱਲ ਲੈ ਕੇ ਪਾਣੀ ਲੈਣਾ ਲਾਉਣਾ ਹੈ ਤੇ ਉਹ ਵੀ ਵੈਰੀ ਦਾ ਕੋਈ ਗੱਲ ਆ ਪਹਿਲਾਂ ਮੋਰਦਨ ਤਾਂ ਪਹਿਲਾਂ ਹੀ ਫੈਸਲਾ ਕਰੀ ਫਿਰਦਾ ਸੀ ਉਧਰੋਂ ਕਣੇ ਦੇ ਮੁੰਡਿਆਂ ਨੂੰ ਲੋੜ ਵੀ ਕੀ ਸੀ ਗੱਲ ਨਿਬੜੀ ਪਈ ਸੀ ਪਰ ਪਾਣੀ ਅਜੇ ਤਾਂ ਇੱਕੋ ਲੱਗਿਆ ਸੀ ਮੀਂਹ ਦੀ ਵੀ ਕੋਈ ਬਾਇਤਾ ਹੀ ਨਹੀਂ ਸੀ ਕਣੇ ਕੀ ਸਾਂਝੀ ਵਟ ਨਾਲ ਦੇ ਕਿਆਰੇਜ ਡੂਡ ਕੁਕੁਮਾ ਕਣਕ ਜਿਵੇਂ ਹੋਣੇ ਪੀਲੀ ਪੈਂਦੀ ਜਾਂਦੀ ਸੀ ਪੀਲੀ ਪਿਆ ਛੱਡ ਭਾਵੇਂ ਜਮਾ ਹੀ ਮੱਚ ਜੇ ਪਰ ਆਪਾਂ ਉਹਨਾਂ ਦਾ ਪਾਣੀ ਨਹੀਂ ਲਾਉਣਾ ਬਸ ਠੀਕ ਹੈ ਆਪਾਂ ਤੇਰੀ ਇਸ ਗੱਲ ਤੋਂ ਬਹੁਤ ਪਰਸੰਨ ਸਾਲੀਆਂ ਜ਼ਮੀਨ ਜਾਇਦਾਦਾਂ ਦੇ ਨਾਲ ਜਾਣਾ ਜਿਸ ਬੰਦੇ ਦੀ ਅਣਖ ਨਹੀਂ ਉਹ ਭਾਵੇਂ ਕੁਝ ਬਣਿਆ ਫਿਰੇ ਕੋਈ ਜੂਨ ਹੈ ਉਹਦੀ ਨਾ ਕੋਈ ਜੂਨ ਨਹੀਂ ਢਿੱਡ ਭਰ ਕੇ ਦੁਆਰੇ ਦੁਆਰੇ ਦੇ ਬਹੀ ਟੁਕੜੇ ਖਾ ਕੇ ਤੇ ਕੁੱਤੇ ਬਿੱਲੇ ਦੀ ਕੁੱਤੇ ਬਿੱਲੇ ਵੀ ਜੂਨ ਪੂਰੀ ਕਰੀ ਜਾਂਦੇ ਆ ਫਿਰ ਬੰਦੇ 'ਚ ਤਾਂ ਪਸ਼ੂ ਜਨੌਰਾਂ 'ਚ ਫਰਕ ਕੀ ਹੋਇਆ ਪਰੇ ਵੱਡੇ ਵਢੇਰਿਆਂ ਦੇ ਵੇਲੇ ਦੀਆਂ ਗੱਲਾਂ ਕਹਿੰਦੇ ਆ ਰੂਲਦੂ ਦਾ ਅੰਦਰਲਾ ਨਾਲੋਂ ਨਾਲ ਸ਼ੱਕ ਕਰੀ ਜਾਂਦਾ ਕਿ ਕਿੱਥੇ ਜਾ ਕੇ ਬੰਦੇ ਤੇ ਪਸ਼ੂਆਂ ਦੀ ਜੂਨ ਚ ਕੋਈ ਫਰਕ ਪੈਂਦਾ ਇਸ ਬਾਰੇ ਉਹਨੂੰ ਜਿਵੇਂ ਦਿਨੋ ਦਿਨ ਭੁਲੇਖਾ ਵੱਧਦਾ ਜਾਂਦਾ ਸੀ ਇੱਕ ਦਿਨ ਦੋਵੇਂ ਖੇਤ ਗਏ ਤਾਂ ਘਣੇ ਕੀ ਵੱਟ ਤੇ ਖੜੋ ਕੇ ਰੂਲਦੂ ਨੇ ਕੱਕ ਮੀਟ ਕੇ ਵੱਟ ਦੀ ਸੇਧ ਵੇਖਦੇ ਆ ਕਿ ਲੈ ਵੇਖ ਭਾਈ ਮੋਦਨਾ ਹੁਣ ਅਜੇ ਵੀ ਕਿਹੜਾ ਹਟਦੇ ਆ ਆਹ ਵੇਖ ਵੱਟ ਕਿਹੜੀ ਲੋਟ ਪਾਈ ਹੁੰਜੇ ਪਟਵਾਰੀ ਨੂੰ ਲਿਆ ਕੇ ਗੋਝ ਘਟਾਈਏ ਤਾਂ ਘੱਟੋ ਘੱਟ 5-7 ਸਰਸਾਈਆਂ ਤਾਂ ਨਿਕਲ ਜੂ। ਪਰ ਪਟਵਾਰੀ ਨੂੰ ਕਿਹੜਾ ਮੇਰੇ ਕੁਛ ਲੱਗਦੇ ਨੇ ਪਤਾ ਨਹੀਂ ਕਿ ਹੁਣਾ। ਤੂੜੀ ਦੀ ਟਰਾਲੀ ਭਰ ਕੇ ਤਾਂ ਕੱਤੇ 'ਚ ਮੇਰੇ ਸਾਹਮਣੇ ਸਿੱਟ ਕੇ ਆਏ ਸੀ। ਤੇ ਆਜ 15 ਦਿਨ ਹੋ ਗਏ ਛਿਟੀਆਂ ਦਾ ਗੱਡਾ ਗਿਆ। ਕਣਕ ਘੋੜੇ ਆਸਤੇ ਛੋਲੇ ਮਈਆਂ ਵਾਸਤੇ ਹਰੇ ਤਾਂ ਹੀ ਇਹਨਾਂ ਦੇ ਘਰੋਂ ਜਾਂਦਾ ਹੈ। ਫਿਰ ਉਹ ਆਪਣੀ ਕਦੋਂ ਕਰਨ ਲੱਗਿਆ। ਨਾਲੇ ਪਹਿਲਾਂ ਹੀ ਕੋਈ ਮੋਰੀ ਰੱਖੀ ਬੈਠਾ ਹੋ। ਉਹ ਜ਼ੁਲਮ ਨਹੀਂ ਮੋਦਨਾ ਵੀ ਮਰੱਬਾ ਬੰਦੀ ਹੋਈ ਵੀ ਹੋਵੇ ਤੇ ਵਟਾ ਆਏ ਹੁਣ ਗੋਲਦਾਸ ਸੰਤ ਦੀ ਸੱਪ ਸਿਰੀ ਸੋਟੀ ਅਰਗੀਆਂ ਹੈ ਹੈ ਕਿ ਨਾ ਜ਼ੁਲਮ ਬਾਈ ਕੋਈ ਗੋਤ ਹੀ ਪੁੱਛਣ ਵਾਲਾ ਹੈ ਨਹੀਂ ਮੇਰੇ ਸਾਲੇ ਆਉਂਦਾ ਮੋਦਨ ਨੇ ਉਹਦੇ ਕੋਲ ਖੜੋ ਕੇ ਵੇਖਿਆ ਵਟ ਤਿੰਨਾ ਥਾਵਾਂ ਤੋਂ ਦੋ ਦੋ ਹੱਥ ਅੰਦਰਲੇ ਪਾਸੇ ਨੂੰ ਵਿੰਗੀ ਸੀ ਮੋਦਨ ਨੇ ਹੂੰ ਹਾਂ ਕਹਿ ਕੇ ਸਿਰ ਮਾਰਿਆ ਪਰ ਬੋਲਿਆ ਕੁਛ ਨਹੀਂ ਅਗਲੇ ਦਿਨ ਜਦੋਂ ਰੁਲਦੂ ਨੂੰ ਘਣੇ ਕਾ ਸੀਰੀ ਟਿਊਬਵੈਲ ਤੇ ਪਾਣੀ ਲਾਉਂਦਾ ਟੱਕਰਿਆ ਤੋਂ ਨੇ ਉਸੇ ਵੱਟ ਤੇ ਖੜੋ ਕੇ ਉਹਨੂੰ ਲਲਕਾਰਵੀਂ ਆਵਾਜ਼ ਚ ਗਿਆ ਉਹ ਇੱਕ ਦੂਸਿਆਂ ਆ ਤੇਰੇ ਸਰਦਾਰਾਂ ਨੇ ਕੀ ਰੱਥ ਫੜਿਆ ਮੂੰਹ ਘੈਰ ਕਿਤੇ ਹੋਰ ਤਾਂ ਨਹੀਂ ਕੋਈ ਸਲਾਹ ਉਹਨਾਂ ਦੀ ਔਰੇ ਆ ਕੇ ਵੱਟ ਦੇਖ ਕੇ ਰ ਕੁਦੂ ਅੱਗੋਂ ਕਾਬਰੀ ਪਰ ਉਤੋਂ ਤੋਂ ਬੇਤਿਆ ਨੇ ਜੀ ਬਾਤ ਬੋਲਿਆ ਆਪਾਂ ਨੂੰ ਸਰਦਾਰਾਂ ਦਾ ਪਤਾ ਹੈ ਮਾਲਕ ਜਾਣਨ ਮਾਲਕਾਂ ਦਾ ਕੰਮ ਜਾਣੇ ਆਪਾਂ ਭਲਾ ਇਸ ਚੋਂ ਕੀ ਕੱਢਣਾ ਪਾਉਣਾ ਆਪਾਂ ਤੂੰ ਤਾਂ ਸੌਂ ਲੈ ਲੈ ਕੱਢਣਾ ਪਾਉਣਾ ਤਾਂ ਤੂੰ ਕੁਛ ਨਹੀਂ ਪਰਾਟੇ ਨਾਲ ਪੜੇ ਇੱਥੋਂ ਤਾਂ ਲੱਗੂਗਾ ਕਿ ਨਹੀਂ ਪਟਾ ਤਾਂ ਤੂੰ ਹੀ ਨਾਲ ਲੱਗ ਕੇ ਪੁਆਈਏ ਉਹ ਆਪ ਤਾਂ ਨਹੀਂ ਪਾ ਕੇ ਗਏ ਉਹ ਤਾਂ ਤੇਰੀ ਗੱਲ ਠੀਕ ਆ ਰੁਲਦੂ ਸਿਆ ਨਿੰਮਕੀ ਨਾਲ ਦੱਬਵੀਂ ਆਵਾਜ਼ ਚ ਦੁਨੇ ਮੂੰਹ ਪਰ ਕਰਦੇ ਆ ਕੋਡਾ ਹੋ ਕੇ ਨਿੱਕੇ ਖਾਲਚ ਐਵੇਂ ਡੱਕੇ ਡੋਲੇ ਚੁਗਦੇ ਆ ਕਿਆ ਪਰ ਤੂੰ ਸਿਆਣਾ ਅਸੀਂ ਤਾਂ ਮਾਲਕਾਂ ਦੇ ਆਖੇ ਹੀ ਲੱਗਣਾ ਜਿਨ੍ਹਾਂ ਤੋਂ ਚਾਰ ਪੰਜ ਸੇਰੀਆਂ ਦਾਣੇ ਲੈ ਕੇ ਖਾਣੇ ਆ ਭਾਵੇਂ ਭਾਈ ਗੰਦ ਸਟਾਈ ਜਾਣ ਰੁਲਦੂ ਨੂੰ ਚਾਂਦ ਚੱਕ ਜਿਵੇਂ ਚੰਡਾਲ ਚੜ ਗਿਆ ਤੇ ਉਹਦੇ ਮੂੰਹ ਗਾਲ ਨਿਕਲਦੀ ਮਸਾਂ ਬਚੀ ਸਿਰੋ ਕੁਸਮੈਲੀ ਪੱਗ ਲਾ ਕੇ ਖੜੇ ਖੜੋਤੇ ਆ ਉਨੇ ਦੋਹਾ ਗੋਡਿਆਂ 'ਚ ਘੁੱਟ ਲਈ ਤੇ ਸਿਰ ਦੇ ਚਾਰ ਕੁਵਾਲਾਂ ਦੀ ਜੂੜੀ ਕਰਨ ਲੱਗਿਆ। ਉਹਦੀਆਂ ਅੱਖਾਂ ਪਿੰਝੂਆਂ ਵਰਗੀਆਂ ਹੋ ਗਈਆਂ। ਫਿਰ ਭਰਿਆ ਪਿੱਤੋਂ ਪੱਗ ਮੋੜ ਸਿੱਤੇ ਬਲੇਟਦਿਆਂ ਕੜਕਿਆ। ਲੈ ਫਿਰ ਐਂ ਗੱਲ। ਹੁਣ ਇਹਨੂੰ ਮੈਂ ਸਿੱਧੀ ਕਰਦਾ। ਤੂੰ ਆ ਜੀ ਆਪਦੇ ਮਾਲਕਾਂ ਦੇ ਆਖੇ ਲੱਗ ਕੇ। ਓਵੇਂ ਜਿਵੇਂ ਵਿੰਗੀ ਕਰਨ। ਵੇਖ ਜੇ ਫਿਰ ਤੇਰਾ ਇੱਥੇ ਇੱਕ ਬੂੰਡਾ ਨਾ ਵੱਢਿਆ ਪਿਆ ਹੋਇਆ ਤਾਂ ਸਣੇ ਤੇਰੇ ਸਰਦਾਰ ਸਾਹਬਾਂ ਦੇ। ਸਮਝਿਆ? ਉਹ ਭਖਿਆ-ਪਖਾਇਆ ਰੁੱਲਦੂ। ਉਵੇਂ ਹੀ ਭਖਿਆ ਭਖਾਇਆ ਰੁਲਦੂ ਕਹੀ ਚੁਕੇ ਤੁਰਦੇ ਚੁੱਪ ਕਰਕੇ ਪਛਾਣ ਨੂੰ ਮੁੜਦਾ ਤੇ ਕੁਦੂ ਵੱਲ ਝਾਕੇ ਫਿਰ ਹਿਰਖੀ ਆਵਾਜ਼ ਨਾਲ ਗੱਜਿਆ ਲੈ ਮੈਂ ਕਰਦਾ ਵਟ ਸਿੱਧੀ ਤੂੰ ਆ ਜਾ ਨਾਲੇ ਸੱਦ ਲਿਆ ਜੀ ਇਹਨੂੰ ਸੱਦਣਾ ਤੇ ਸੱਚੀ ਉਹ ਘਨੇ ਕੀ ਗੋਡੇ-ਗੋਡੇ ਤਾਈ ਹੋਈ ਕਣਕ ਦੇ 부ਝੇ ਜਿਹੜੋਂ ਪੁੱਟ-ਪੁੱਟ ਸੁੱਟਦੇ ਆ ਵਟ ਸਿੱਧੀ ਕਰਨ ਲੱਗ ਪਿਆ ਕੁਦੂ ਨੇ ਉਸ ਵੱਲ ਕਈ ਵਾਰ ਗੋਨ ਨਾਲ ਖੜੋ ਕੇ ਵੇਂਦਿਆ ਮੂੰਹ ਜੀ ਬੜਬੜ ਕੀਤੀ ਪਰ ਨੇੜੇ ਨਹੀਂ ਆਇਆ ਬਿੰਦਕ ਪਿੱਛੋਂ ਇੰਜਣ ਬੰਦ ਕਰਕੇ ਮੋਢੇ ਤੇ ਚਾਦਰ ਰੱਖ ਕੇ ਉਹ ਤੁਰ ਗਿਆ ਜਿਵੇਂ ਬਾਹਰ ਲਾਉਣ ਚੱਲਿਆ ਹੋਵੇ ਰੂਲਦੂ ਆਪ ਮਹਾਰਾ ਹੀ ਬੋਲਦਾ ਹਰਖ ਦਾ ਵਟ ਨੂੰ ਸਿੱਧੀ ਕਰਨ ਝਟਿਆ ਰਿਆ ਆਥਨੇ ਮੋਦਨ ਨੂੰ ਪਤਾ ਲੱਗਿਆ ਤੋਰਾ ਤਾਂ ਫਿਕਰਮੰਦ ਹੋ ਗਿਆ ਉਹਨੂੰ ਜਾਪਿਆ ਹੁਣ ਫੇਰ ਫੇਰ ਕੋਈ ਪੰਗਾ ਖੜਾ ਹੋਏਗਾ ਤੇ ਫੇਰ ਫੇਰ ਕਬਰੇ ਦਾ ਕੀ ਹੋ ਜਾਏ ਪਰ ਮੋਦਿਆ ਅੱਗੇ ਤੈਨੂੰ ਕਿਆ ਆਰੀ ਕਿ ਹੈ ਬਈ ਮੜ ਮੜ ਜਮਤਾ ਨਹੀਂ ਲੈਣਾ ਜਗ ਤੇ ਇੱਕ ਵਾਰੀ ਜਮਣਾ ਹੈ ਤਾ ਇੱਕੋ ਵਾਰੀ ਮਰਨਾ ਹੈ ਫਿਰ ਬੰਦੇਾਂ ਵਾਂਗੂ ਮਰੇ ਆਦਮੀ ਗਿੱਧੜਾਂ ਦਾ ਤਾਂ ਮਰਨ ਵੀ ਮਾੜਾ ਤੇ ਜੰਮਣ ਵੀ ਤੂੰ ਹੁਣ ਬਸ ਪਾਸੇ ਰਹੀਂ ਮੈਂ ਆਪੇ ਸਮਝੂ ਮੇਰੇ ਆਪੇ ਸਮਝ ਰਿਆਂ ਨਾਲ ਐ ਤਾਂ ਸਾਈਂ ਲੋਕਾਂ ਇਹ ਕੱਲ ਨੂੰ ਸਾਡੇ ਘਰ ਦੀਆਂ ਕੰਧਾਂ ਢਾਉਣ ਗਏ ਆ ਕੇ ਵੱਡ ਖਾਣੇ ਊਠ ਨੂੰ ਪਹਿਲੇ ਹੀ ਛਿਕੜਾ ਪਾਇਆ ਚੰਗਾ ਮਗਰੋਂ ਕੀ ਫਾਇਦਾ ਜੇ ਲੱਤ ਨੂੰ ਹੀ ਮੂੰਹ ਪਾ ਗਿਆ ਫਿਰ ਆਪੇ ਆਈ ਨਹੀਂ ਛਿਕੜਾ ਮੋਦਨ ਨੇ ਰਤਾ ਮੁਸਕਰਾ ਕੇ ਕਿਹਾ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਨਹੀਂ ਅਜੇ ਨਾਲ ਚ ਕੁਝ ਰੜਕ ਹੈ ਹੈ ਅਜੇ ਉਹ ਹੁਣ ਤੈਨੂੰ ਮੈਂ ਕੱਢ ਕੇ ਦਿਖਾਉ ਤੂੰ ਪਾਸੇ ਰਹੀਂ ਐਤਕੀ ਮੈਨੂੰ ਲਾਉਣ ਦੇ ਮੱਥਾ ਦੇਖੂ ਫਿਰ ਮੈਂ ਫੇਰ ਉਲਦੂ ਆਪਣੇ ਖੇਤ ਦੀ ਥਾਂ ਤਿੰਨ ਚਾਰ ਰੋਜ਼ ਦੈਨ ਮੋਦਨ ਕੇ ਖੇਤ ਦੋ ਦੋ ਤਿੰਨ ਤਿੰਨ ਗੇੜੇ ਮਾਰਦਾ ਰਿਹਾ ਪਰ ਨਾ ਕਿਸੇ ਨੇ ਆ ਕੇ ਉਹਦੀ ਸਿੱਧੀ ਕੀਤੀ ਵਾਟਰ ਨੂੰ ਛੇੜਿਆ ਨਾ ਕੋ ਦੂਜਾ ਹੋਰ ਕੋਈ ਬੰਦਾ ਖੇਤ ਗੇੜਾ ਮਾਰਨ ਆਇਆ ਕਿਉਂ ਐਂ ਗੱਲ ਹੈ ਉਹਨੇ ਪੰਜਵੇਂ ਦਿਨ ਮੋਦਨ ਨੂੰ ਜਿਵੇਂ ਆਪਣੀਆਂ ਸਾਰੀਆਂ ਗੱਲਾਂ ਦੀ ਸਚਾਈ ਦਾ ਅਹਿਸਾਸ ਕਰਾਉਂਦਿਆਂ ਕਿਹਾ ਹੈ ਕੋਈ ਖਾਨੇ ਚ ਪਾਇਆ ਰੜਕਦਾ ਐਵੇਂ ਹੀ ਮਿੰਤਾ ਨਾਲ ਬੁੜੇ ਕਦੇ ਵਿਆਹੀ ਗਏ ਆ ਕਮਲਿਆ ਮੋਦਨ ਵੀ ਖੁਸ਼ ਸੀ ਕਿ ਜਿਵੇਂ ਗੱਲ ਵਿਗੜਨ ਦਾ ਡਰ ਸੀ ਉਹ ਨਹੀਂ ਸੀ ਵਿਗੜੀ ਪਰ ਰੁਲਦੀ ਦੀ ਹਾਲਤ ਰਤਾਉ ਤੋਂ ਉਲਟ ਸੀ ਉੰਦਰ ਅਜੇ ਕੋਈ ਖੋਜ ਹੀ ਪਈ ਜਾਂਦੀ ਸੀ ਜਿਵੇਂ ਰੜਕ ਰਹਿ ਗਈ ਹੋਵੇ ਪਰ ਕੁਛ ਸਵਾਦ ਨਹੀਂ ਆਇਆ ਬਾਈ ਉਹਨੇ ਆਪਣੀ ਧੌਣ ਉਤੇ ਗੰਡਾਸੀ ਦੇ ਤਿਰਛੇ ਟੱਕ ਦੇ ਨਿਸ਼ਾਨ ਨੂੰ ਖੁਰਚਦਿਆਂ ਰਤਨ ਨਿਰਾਸ਼ੀਵਾਦ ਚ ਗਿਆ ਮੈਂ ਤਾਂ ਸੋਚਿਆ ਸੀ ਹੱਥ ਜੋੜਨਗੇ ਫੇਰ ਵੇਖਾਂਗੇ ਜਹੂਰਾ ਚਲੋ ਕਿੰਨਾ ਕਚਿਰ ਹਾਲੇ ਤੇ ਪਾਲੇ ਕੋਲ ਕੋਲ ਦੀ ਤਾਂ ਨੰਗੇ ਨਹੀਂ ਕਦੇ ਅੱਜ ਨਹੀਂ ਹੋਰ ਚੌਂ ਦਿਨਾਂ ਨੂੰ ਸਹੀ ਮੋਦਨ ਹੱਸ ਪਿਆ ਉਹਨੂੰ ਰੁਲਦੀ ਦੇ ਹਾਲੇ ਪਾਲਿਆਂ ਵਾਲੀ ਗੱਲ ਤੇ ਹਾਸੇ ਆਈ ਸੀ। ਉਹਨੇ ਗੱਲ ਹਾਸੇ ਪਾਉਂਦੇ ਆ ਕਿ ਰੁਲਦੂ ਬਾਈ ਕਿੱਥੇ ਬੁੜੀ ਦਾ ਮਰਨਾ ਕਿੱਥੇ ਹਲ ਓਕੜ ਇਹ ਗੱਲ ਕਿਧਰ ਨੂੰ ਗਈ? ਕਿਧਰੇ ਜਾਵੇ ਬਾਈ ਸਿਆਂ ਆਪਾਂ ਉਹਨਾਂ ਦੇ ਵੇੜੇ 'ਚ ਜਾ ਬਿਠਾਉਣੀ ਐ। ਤੂੰ ਵੇਖੀ ਸਹੀ ਜਿਹਦੇ ਪੈਗੇ ਪੇਚੇ ਉਹਦੇ ਸੱਤਾਂ ਪੀੜੀਆਂ ਤਾਂ ਹੀ ਯਾਦ ਰੱਖਣਗੇ। ਬਸ ਤੂੰ ਮੇਰਾ ਇੱਕੋ ਕੰਮ ਕਰ ਦੇ। ਮਗਰੋਂ ਮੁੰਡੇ ਨੂੰ ਵਿਆਹ ਕੇ ਆਪਣੀ ਪੀੜੀ ਤੁਰਦੀ ਕਰ ਦੇ ਬਸ। ਮਗਰ ਲਈ ਗੱਲ ਭਾਵੇਂ ਰੁਲਦੂ ਨੇ ਹਾਸੇ ਜੇਚ ਆਖੀ ਪਰ ਮੋਦਨ ਸੁਣਦਿਆਂ ਸਾਰ ਗੰਭੀਰ ਹੋ ਗਿਆ। ਉਹਨੂੰ ਜਾਪਿਆ ਰੁੱਲਦੂ ਵਾਂਗ ਹੀ ਉਹਦੇ ਆਪਣੇ ਅੰਦਰ ਵੀ ਅਜਿਹੀ ਦੁਬਿਧਾ ਦਿਨੋ-ਦਿਨ ਵੱਧਦੀ ਜਾਂਦੀ ਸੀ। ਉਹਨੂੰ ਹੁਣਾਨੀ ਬਿਆਨੀ ਬੇਬੇ ਦੇ ਬੁੱਢੀ ਹੋ ਜਾਣ ਦਾ, ਉਹਦੇ ਨਿਗਾ ਘਟ ਜਾਂਦਾ ਖਿਆਲ ਹੁੰਦਾ ਰਹਿੰਦਾ। ਜਦੋਂ ਆਪ ਗਿੱਲੇ ਗੋਹਿਆਂ ਨਾਲ ਧੁਖਣਾ ਪੈਂਦਾ ਤਾਂ ਚਿੱਤ ਦਲੀਲੀ ਪੈ ਕੇ ਕਾਲਾ ਪੈ ਜਾਂਦਾ। ਪਰ ਅਸਲ 'ਚ ਇਹ ਉਹ ਲੱਗਦਾ ਜਿਵੇਂ ਮਨ ਦੀ ਦੁਬਿਧਾ ਦਾ ਕਾਰਨ ਇਹ ਗੱਲਾਂ ਨਹੀਂ। ਇਹ ਤਾਂ merely ਬਹਾਨੇ ਸਨ। ਗੱਲ ਵਿੱਚੋਂ ਕੋਈ ਹੋਰ ਸੀ। ਤੇ ਇੱਕ ਦਿਨ ਜਦੋਂ ਉਹ ਤੋਂ ਮਨ ਕਾਬੂ ਨਹੀਂ ਰਿਹਾ ਤਾਂ ਐਵੇਂ ਜਿਵੇਂ ਹਾਸੇ ਹਾਸੇ ਚ ਰੁਲਦੂ ਦੇ ਘਰ ਬੈਠੇ ਆਂ ਗੱਲ ਛੇੜ ਲਈ। ਬਾਈ ਹੁਣ ਤਾਂ ਐਂ ਜੀ ਕਰਦਾ ਵੀ ਚਾਰ ਦਿਨ ਸੁੱਖ ਦੇ ਕੱਟ ਕੇ ਦੇਖੀਏ। ਰੁਲਦੂ ਦੀ ਵੀ ਦੇ ਚਾਨਣੇ ਬਹੁਤ ਹੈਰਾਨੀ ਨਾਲ ਉਸ ਵੱਲ ਝਾਕਣ ਲੱਗ ਪਿਆ। ਮੋਦਨ ਦਾ ਚਿਹਰਾ ਉਹਨੂੰ ਕੁਝ ਮਹੀਨਿਆਂ ਚ ਹੀ ਕਿੰਨਾ ਬਦਲਿਆ ਜਾਪਿਆ ਸੁੱਕੀਆਂ ਗੱਲਾਂ ਰਤਾ ਪਾਰ ਆਈਆਂ ਸੀ। ਮੱਥੇ ਦਾ ਰੰਗ ਲੇਸ਼ਕ ਪਿਆ ਸੀ ਅੱਖਾਂ ਦੇ ਪਾਸੇ ਪਏ ਕਾਲੇ ਦਾਗ ਮੱਦਮ ਪੈ ਗਏ ਸੀ। ਅੱਗੇ ਸਾਰੇ ਚਿਹਰੇ ਉੱਤੇ ਦਿਸਦਾ ਕੱਲਾ ਹੀ ਕੋਹਾੜੇ ਜਿਡਾ ਨੱਕ ਹੁਣ ਸੂਤ ਸਿਰ ਤੇ ਸੋਹਣਾ ਲੱਗਣ ਲੱਗ ਪਿਆ ਸੀ ਦਾੜੀ ਸੰਘਣੀ ਹੋ ਗਈ ਸੀ ਮੁੱਛਾਂ ਚ ਚਮਕਦੇ ਟਾਵੇਂ ਟਾਵੇਂ ਧੋਲੇ ਸਗੋਂ ਦਾੜੀ ਦੀ ਸ਼ਾਨ ਬਣ ਗਏ ਲੱਗਦੇ ਸੀ ਤੇ ਰੁਲਦੂ ਬਿੰਦ ਦਾ ਬੰਦੇ ਹੋਂ ਡੋਰਾ ਭਾਰਾ ਹੋਇਆ ਉਸ ਵੱਲ ਚੁੱਪ ਕੀਤਾ ਝਾਕਦਾ ਰਿਹਾ ਤੇ ਫਿਰ ਚਿੱਤੋਂ ਬਾਗੋ ਬਾਗ ਹੋ ਕੇ ਟੈਕਦੇ ਆਪਣੀਆਂ ਲੰਮੀਆਂ ਖੋਦੀਆਂ ਮੁੱਛਾਂ ਨੂੰ ਪਰਕਾਉਂਦਾ ਦਾੜੀ ਤੇ ਢਾਈਕ ਵਾਲਾ ਨੂੰ ਉਂਗਲਾਂ ਨਾਲ ਪਲੋਸਦਾ ਬੋਲਿਆ ਅਸ਼ਕੇ ਤੇਰੇ ਅੱਜ ਕੀ ਤੇ ਆ ਤੂੰ ਲੱਖ ਰੁਪਈਆ ਦੀ ਗੱਲ ਤੂੰ ਹਾਂ ਕਰ ਸੀ ਕਮਲਿਆ ਮੈਂ ਤਾਂ ਆਂ ਦੀਆਂ ਆਂ ਲਿਆ ਦੂੰ बोल जावां ਕੱਲ ਨੂੰ ਹੀ ਜਾਂਦਾ ਰੇ ਮੋਦਰ ਨੇ ਉਹ ਹੱਸਦੇ ਹੱਸਦੇ ਜਿਵੇਂ ਮੁਖੌਲ ਠੀਕ ਐ ਨਾ ਸੌਂ ਗੋਦੀ ਮੁਖੌਲ ਨਹੀਂ ਕਰਦਾ ਤੇ ਮੁਖੌਲ ਕਾਦਾ ਕਰਿਆ ਪਤਾ ਲੈ ਫੇਰ ਅੱਜੇ ਚਾਚੀ ਨੂੰ ਜਾ ਕੇ ਕਹਿ ਕੇ ਬਈ ਪਾਣੀ ਦੀ ਗੜਵੀ ਲੈ ਕੇ ਵਾਰਨ ਨੂੰ ਵਾਰ ਮੂਰੇ ਖੜ ਜੇ ਮੈਂ ਤਾਂ ਬਸ ਆਇਆ ਸਮਝ ਪਰਸੋਂ ਨੂੰ ਵੱਜੂ ਬੰ ਬਹਿਮਣ ਦੇ ਬਾਰੇ ਆਂ ਇੱਥੇ ਤਾਂ ਉਹ ਸੱਚੀ ਅਗਲੇ ਦਿਨ ਤੁਰ ਗਿਆ ਹੋਰ ਲੰਮੀ ਚੌੜੀ ਕੋਈ ਗੱਲ ਉਹਨੇ ਮੋਦਰ ਨਾਲ ਨਹੀਂ ਕੀਤੀ ਜਾਣ ਲੱਗਿਆ ਆਪਣੇ ਮੁੰਡੇ ਤੇ ਬਰਦਾਂ ਦਾ ਧਿਆਨ ਰੱਖਣ ਲਈ ਉਹਨੂੰ ਜ਼ਰੂਰ ਕਹਿ ਗਿਆ ਜਦੋਂ ਤੀਜੇ ਦਿਨ ਉਹ ਮੁੜਿਆ ਤਾਂ ਮੋਦਨ ਉਹਦੀਆਂ ਗੱਲਾਂ ਤੇ ਉਹਦੇ ਸਾਡੇ ਗਾਂਢੇ ਸੁਣ ਕੇ ਹੈਰਾਨ ਰਹਿ ਗਿਆ ਉਹਨੂੰ ਰੁਲਦੂ ਬਾਰੇ ਇੰਦੋਂ ਪਹਿਲਾਂ ਕਦੇ ਵੀ ਇਹ ਯਕੀਨੀ ਸੀ ਆਇਆ ਕਿ ਉਹ ਜੈ ਮਾਮਲਿਆਂ ਚ ਇੰਨਾ ਕਾਡੂ ਹੋ ਸਕਦਾ ਸੀ ਲੈ ਚਾਚੀ ਹੁਣ ਤੂੰ ਰਹਿੰਦੇ ਦਿਨ ਜੇ ਪਲੰਗ ਤੇ ਬੈਠ ਕੇ ਨਾ ਕੱਟੇ ਤਾਂ ਮੈਨੂੰ ਜਿਉਣੇ ਦਾ ਰੁਲਦੂ ਨਾ ਆਖੀ ਉਹਨੇ ਮੋਦਨ ਨੂੰ ਅੱਧ ਪਚੱਦੀ ਗੱਲ ਦੱਸ ਕੇ ਹਰਕੁਰ ਦੇ ਮੰਜੇ ਤੇ ਬੈਠਦੇ ਆ ਗਿਆ ਐਸੀ ਭਾਗਾਂ ਵਾਲੀ ਆਊ ਤੇਰੀਆਂ ਉਹਨਾਂ ਦੋਹਾਂ ਰਾਣੀਆਂ ਨੂੰ ਜਮਾ ਭੁਲਾ ਦੋ ਜਿਹੜੀਆਂ ਕਰਮਾ ਵਾਲੀਆਂ ਨੇ ਕਦੇ ਇੱਥੇ ਆ ਕੇ ਤੇਰੇ ਪੈਰੀਂ ਹੱਥ ਵੀ ਨਹੀਂ ਲਾਏ ਹਰਕੁਰ ਨੂੰ ਸੱਚ ਨਹੀਂ ਆਇਆ ਉਹਨਾਂ ਤਾਣੀਆਂ ਅੱਖਾਂ ਝਮਕਦਿਆਂ ਮੁਰਝਾਏ ਹੋਠਾਂ ਤੇ ਫਿੱਕੀ ਮੁਸਕਾਨ ਖਿਲਾਰਦੇਆਂ ਉਹਨੂੰ ਪਹਿਲਾਂ ਤਾਂ ਸੁੱਕੀਆਂ ਅਸੀਸਾਂ ਦਿੰਦੀ ਰਹੀ ਫਿਰ ਮੋੜ-ਮੋੜ ਨਵੀਂ ਨੂੰ ਦੇ ਖਾਨਦਾਨ ਬਾਰੇ ਇਧਰ ਲੀਆਂ ਉਧਰ ਲੀਆਂ ਗੱਲਾਂ یوں ਪੁੱਛਣ ਲੱਗ ਪਈ ਜਿਵੇਂ ਉਹਨੂੰ ਕਿਸੇ ਦੀ ਗੱਲ ਦਾ ਸੱਚ ਨਾ ਆ ਰਿਹਾ ਹੋਵੇ ਪਰ ਅਫਲਾ ਤੂ ਰੁਲਦੂ ਨੂੰ ਉਹਨੂੰ ਉਤਲੀ ਹਵਾ ਚ ਹੀ ਰੱਖਿਆ ਕੋਈ ਵੀ ਗੱਲ ਉਹਦੇ ਪੜ ਪੱਲੇ ਨਾ ਪੈਂਦੀ ਤੂਤਾ ਜਿਵੇਂ ਉਹੀ ਆਪਣਾ ਤੂੰਆਂ ਵਾਲੀਆਂ ਗੱਲਾਂ ਕਰਦਾ ਪੁੱਤ ਜਿਹੜੀਆਂ ਨਿੱਕਾ ਹੁੰਦਾ ਕਰਦਾ ਹੁੰਦਾ ਸੀ ਹਰ ਕੋ ਨਿਹਾਰ ਮੰਨ ਕੇ ਗੱਲ ਹਾਸੇ ਪਾਉਂਦੇ ਆਂ ਕਿਆ ਤੇ ਫਿਰ ਪੁਰਾਣੀਆਂ ਯਾਦਾਂ ਫੋਲ ਬੈਠੇ ਤੂੰ ਤਿੰਨਾਂ ਕਰਿਆਂ ਦਾ ਇੰਨੀ ਚੌੜ ਕਰਦਾ ਹੁੰਦਾ ਸੀ ਵੀ ਜਦੋਂ ਮੈਂ ਤੁਹਾਡੇ ਘਰ ਜਾਣਾ ਤਾਂ ਉਦੋਂ ਹੀ ਮੇਰੀ ਫੁਲਕਾਰੀ ਖਿੱਚ ਕੇ ਲਾ ਦੇਣੀ ਮੇਰੇ ਉੱਚੇ ਸਿਰ ਦੀਆਂ ਮੀਡੀਆਂ ਤੇ ਉਂਗਲਾਂ ਫੇਰ ਕੇ ਘੁਰ ਘੁਰ ਕਰਕੇ ਮੂੰਹ ਚੋਂ ਝੱਗ ਸੁੱਟਦਾ ਮੋਤਲ ਮੋਤਲ ਕਰਦਾ ਮੋਟਰ ਚਲਾਉਣ ਲੱਗ ਪੈਂਦਾ ਹੁੰਦਾ ਗਿੱਚੀ ਕੰਨੀਓ ਤਾਂ ਨੂੰ ਫਿਰ ਗਿੱਚੀ ਬਣੀ ਤੇਰੀ ਬੇਬੇ ਨੇ ਤੇਰੀ ਬੇਬੇ ਨੂੰ ਮੈਂ ਹੱਸ ਕੇ ਇੱਕ ਦਿਨ ਪੁੱਛਿਆ ਵੀ ਆਹ ਮੋਟਰ ਵਾਲੀ ਗੱਲ ਕੀ ਇਹਨੂੰ ਤੂੰ ਦੱਸੀ ਐ ਉਹ ਕਹਿੰਦੀ ਕੁੜੇ ਕਾਹਨੂੰ ਆਪੇ ਹੀ ਪਤਾ ਨਹੀਂ ਕਿੱਥੋਂ ਕਿਤੇ ਤਾਂ ਸਿੱਖਦਾ ਨਿਤ ਕਿਤੋਂ ਨਵਾਂ ਕੁਝ ਸਿੱਖ ਕੇ ਆਉਂਦਾ ਖਬਰੇ ਇਹਦਾ ਦਿਮਾਗ ਕਾਦਾ ਬਣਿਆ ਹੋਇਆ ਤੇ ਹਰਕੁਰ ਪਤਾ ਨਹੀਂ ਕਿਸ ਗੱਲੋਂ ਖੁਸ਼ ਹੋਈ ਸ਼ਾਇਦ ਪਿਛਲੇ 12 14 ਬਰਿਆਂ ਚ ਪਹਿਲੀ ਵਾਰ ਕੁਝ ਉੱਚੀ ਹੱਸੀ ਰੁੱਲਦੂ ਇੱਕ ਵਾਰ ਤਾਂ ਗੰਭੀਰ ਹੋ ਗਿਆ ਜਿਵੇਂ ਉਹਨੂੰ ਇਹਨਾਂ ਪੁਰਾਣੀਆਂ ਯਾਦਾਂ ਨੇ ਡੁਲਾ ਦਿੱਤਾ ਹੋਵੇ ਪਰ ਫਿਰ ਹੱਸ ਕੇ ਗੱਲ ਟਾਲਦਿਆਂ ਬੋਲਿਆ ਲੈ ਚਾਚੂ ਵੀ ਕੁਮੜੀਆਂ ਗੱਲਾਂ ਕਰਦੀਆਂ ਪਹਾੜੀ ਅੱਕ ਗਏ ਭਲਾ ਕਦੇ ਮਿੱਠੇ ਹੋ ਜਾਂਦੇ ਐ ਆਪਾਂ ਜਦੋਂ ਹਾਂ ਹੀ ਰੁਲਦੂ ਤਾਂ ਰੁਲਦੀ ਰਹਿਣਾ ਕਿ ਜਿਉਂਦਾ ਰਹਿ ਪੁੱਤ ਮੈਂ ਤਾਂ ਉਹੀ ਹਸਦੀ ਆਂ ਹਰ ਕੋਨੇ ਆਉਂ ਕਿਹਾ ਜਵੇਂ ਉਹਦੇ ਨਰਾਜ਼ ਹੋ ਜਾਣ ਤੋਂ ਡਰ ਲੱਗਿਆ ਹੋਵੇ ਗੰਭੀਰ ਹੋ ਕੇ ਬੋਲੀ ਤੇਰਾ ਕੀ ਆ ਤੇਰੀ ਮਾਂ ਥੋੜੀ ਜਿਹੀ ਆਣੀ ਸੀ ਐ ਕੰਧਾਂ ਤੇ ਵੀ ਤਤਰਮੋਰ ਪਾਈ ਰੱਖਦੀ ਸਾਰੇ ਪਿੰਡ ਚ ਉਹਦੇ ਵਰਗਾ ਤਾਂ ਕਿਸੇ ਤੋਂ ਕੰਧੋਲੀ ਨੂੰ ਪੋਚਾ ਨਹੀਂ ਸੀ ਦਿੱਤਾ ਜਾਂਦਾ ਹੋਰ ਤਾਂ ਕੋਈ ਉਹਦੀ ਕੀ ਰੀਸ ਕਰੂ ਕੋਈ ਤੇਰਾ ਪਿਓ ਨਹੀਂ ਸੀ ਘੱਟ ਐਨ ਕੇਰਾ ਸਾਰਾ ਪਿੰਡ ਪੁੱਛ ਕੇ ਗੱਲ ਕਰਦਾ ਸੀ ਸਾਡੇ ਨਾਲ ਤਾਂ ਹੁਣ ਤਿੰਨਾਂ ਪੀੜੀਆਂ ਦੀ ਸਾਂਝ ਹੋਈ ਸਾਨੂੰ ਨਾ ਪਤਾ ਹੋਊ ਤਾਂ ਹੋਰ ਕਿਹਨੂੰ ਹੋ ਪਰ ਰੱਬ ਦੀਆਂ ਰੱਬ ਜਾਣੇ ਪਤਾ ਦੇਖ ਲੈ ਉਹ ਘਰ ਐਨ ਕੇ ਨਾ ਬਸ ਚੰਗਾ ਜਿਉਂਦਾ ਰਹੇ ਤੇਰਾ ਇੱਕੋ ਹੀ ਰੱਬ ਨੇ ਮਿਹਰ ਕੀਤੀ ਤਾਂ ਆਪੇ ਫੇਰ ਸਭ ਕੁਝ ਬਣ ਜਾ ਉਹਦੇ ਘਰ ਕਿਸ ਗੱਲ ਦਾ ਘਟਾ ਤੇ ਹਰਕੁਰ ਨੂੰ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦਿਆਂ ਵੇਖ ਕੇ ਰੁਲਦੂ ਦਾ ਮਨ ਵੀ ਕੁਝ ਉਦਾਸ ਹੋ ਗਿਆ ਪਰ ਉਦੋਂ ਕਰਾਰ ਨਾਲ ਗੜਕਾ ਮਾਰ ਕੇ ਬੋਲਿਆ ਤੂੰ ਫਿਕਰ ਕੀ ਕਰਦੀ ਆ ਚਾਚੀ ਤੇਰੀ ਬੈਠੀ ਬੈਠੀ ਸਭ ਕੁਝ ਕਰਕੇ ਵਿਖਾਵਾਂਗੇ ਐਂ ਕੇਹਾਂ ਜੇ ਨੌ ਨਿਦਾਂ 18 ਸਿੱਧਾਂ ਨਾ ਕਰਕੇ ਵਿਖਾਈਆਂ ਤਾਂ ਫੇਰ ਸਾਨੂੰ ਜਿਉਣੇ ਮੋੜ ਦੀਆਂ ਸਕੇ ਨੇ ਕਿ ਆਖਣਾ ਰੁੱਲਦੂ ਦੇ ਫੜਾਂ ਵਰਗੇ ਦਾਈਏ ਸੁਣ ਕੇ ਮੋਦਨ ਨੂੰ ਹਾਸਾ ਆ ਜਾਂਦਾ ਪਰ ਫੇਰ ਉਹਨੂੰ ਲੱਗਦਾ ਕਿ ਆਪ ਅਜੇ ਹੀ ਦਾਈਏ ਉਹਦੇ ਚਿੱਤ 'ਚ ਸਨ ਬਸ ਉਸ ਵੰਗ ਹਰ ਥਾਂ ਬਾਵਾ ਨਹੀਂ ਸੀ ਕਰਦਾ ਫਿਰਦਾ ਹੋਰ ਫਰਕ ਕੀ ਸੀ ਸੱਚੀ ਮੋਦਨ ਦੀ ਆਪਣਾ ਘਰ ਬਸਾਉਣ ਦੀ ਲਾਲਸਾ ਥਣ ਸਵੇਰ ਦੂਣੀ ਚੌਣੀ ਹੁੰਦੀ ਜਾਂਦੀ ਸੀ ਤੇ ਮੇਰੇ ਬਾਰੇ ਇੰਨੀ ਲਾਲਸਾ ਉਹਨੂੰ ਕਦੇ ਇੱਥੇ ਪਿੰਡ ਰਹਿੰਦੇ ਆ ਤੇ ਨਾ ਕਦੇ ਉੱਥੇ ਹੀ ਮਹਿਸੂਸ ਹੋਈ ਸੀ ਇਥੋਂ ਤਾਈ ਕਿ ਉਹ ਆਪਣੇ ਆਪਣੀ ਤਿੰਨਾਂ ਨਿਆਣਿਆਂ ਦੀ ਮਾਂ ਬਣ ਚੁੱਕੀ ਪਹਿਲੀ ਮੰਗੇਤਰ ਨੂੰ ਉਹਦੇ ਪਿੰਡ ਜਾ ਕੇ ਵੇਖ ਵੀ ਆਇਆ ਸੀ ਤੇ ਰੁਲਦੂ ਨੂੰ ਉਹਨੇ ਇਸ ਗੱਲ ਦਾ ਪਤਾ ਨਹੀਂ ਸੀ ਲੱਗਣ ਦਿੱਤਾ ਐਵੇਂ ਵੱਡੇ ਮਾਮੇ ਨੂੰ ਮਿਲਣ ਦੇ ਬਹਾਨੇ ਮੰਗੇਤਰ ਦੇ ਪਿੰਡ ਕੋਈ ਠਹਿਰ ਭਾਲ ਕੇ ਇੱਕ ਰਾਤ ਰਹਿ ਵੀ ਆਇਆ ਸੀ ਤੇ ਜਿੱਦਾਂ ਹੀ ਉਹਨੇ ਉਹ ਵੇਖੀ ਸੀ ਮਨ ਕਿਵੇਂ ਵੀ ਕਾਬੂ ਨਹੀਂ ਸੀ ਆ ਰਿਹਾ ਇੱਕ ਦੋ ਵਾਰ ਤਾਂ ਪਸ਼ੂ ਵਾਂਗ ਭੁੱਤਰ ਕੇ ਅੱਕੀ ਤੇ ਬੇਈਮਾਨ ਵੀ ਹੋ ਕੜੋਤਾ ਸੀ ਤੇ ਉਹ ਪੁਰਾਣਾ ਚੰਡਾਲ ਵੀ ਅੰਦਰੋਂ ਦਿਓ ਵਾਂਗ ਉੱਠ ਕੇ ਮਨਸੂ ਮਨਸੂ ਕਰਦਾ ਜਾਪਿਆ ਸੀ ਪਰ ਪਤਾ ਨਹੀਂ ਕਿਹੜੀਆਂ ਸਿਆਣੀਆਂ ਸੋਚੀਆਂ ਸੋਚਾਂ ਦੀਆਂ ਕੁੰਡੀਆਂ ਪਾਪਾ ਹੋੜਦੇ ਆ ਉਹਨੇ ਇਸ ਮਛਰੇ ਹੋਏ ਸਾਨ ਨੂੰ ਕਾਬੂ ਕੀਤਾ ਸੀ ਇਹ ਸਾਰੀ ਗੱਲ ਇੱਕ ਭੇਤ ਸੀ ਜੋ ਕਿਸੇ ਨੂੰ ਵੀ ਨਹੀਂ ਸੀ ਦੱਸਣਾ ਚਾਹੁੰਦਾ ਜਿਵੇਂ ਆਪਣੇ ਆਪ ਕੋਲੋਂ ਵੀ ਲੁਕਾ ਕੇ ਰੱਖਣਾ ਚਾਹੁੰਦਾ ਹੋਵੇ ਫਿਰ ਰੁਲਦੂ ਨੇ ਹਾੜੀ ਵੀ ਆਉਣ ਨਹੀਂ ਸੀ ਦਿੱਤੇ ਪਹਿਲਾਂ ਹੀ ਸਾਰਾ ਬੰਨ ਸੁਭ ਕਰ ਆਇਆ ਸੀ ਤੇ ਗੱਲ ਜਿੱਥੇ ਆ ਕੇ ਖੜੀ ਉਹ ਪੈਸਿਆਂ ਦਾ ਮਾਮਲਾ ਸੀ ਪੈਸੇ ਵੀ ਉਹ 1800 ਮੰਗਦੇ ਸੀ ਇੰਨੀਆਂ ਤਾਂ ਠਿਕਰੀਆਂ ਵੀ ਏਡੀ ਛੇਤੀ ਇਕੱਠੀਆਂ ਨਹੀਂ ਸੀ ਕੀਤੀਆਂ ਜਾਂਦੀਆਂ ਪਰ ਰੁਲਦੂ ਨੇ ਪਤਾ ਨਹੀਂ ਕਿਹੜੇ ਵੇਲੇ ਆਪੇ ਮਾਨਾ ਕੀ ਪੱਤੀ ਵਾਲੇ ਸੁਖੂ ਨੰਬਰਦਾਰ ਨਾਲ ਗੱਲ ਗੇਣ ਮੱਥ ਕੇ ਆਪਣੀ ਸਵਾ ਕੁ ਕੁਮਾ ਜਮੀਨ ਗੈਣੇ ਧਾਰਤੀ ਤੇ ਇਸ ਬਾਰੇ ਮੋਦਰ ਨੂੰ ਹਵਾ ਤੱਕ ਨਹੀਂ ਸੀ ਲੱਗਣ ਦਿੱਤੀ ਜਦੋਂ ਗੱਲ ਸਿਰੇ ਚੜਨ ਲੱਗੀ ਤਾਂ ਮੋਦਰ ਨੂੰ ਪਤਾ ਲੱਗਿਆ ਇਹ ਬਾਈ ਤੂੰ ਮਾੜੀ ਗੱਲ ਕੀਤੀ ਮੋਦਨ ਨੇ ਉਹਨੂੰ ਜਿਵੇਂ ਉਲੰਭਾ ਦਿੱਤਾ ਤੈਨੂੰ ਕਿਹਨੇ ਕਿਹਾ ਸੀ ਵੀ ਤੂੰ ਐਡਾ ਵੱਡਾ ਪਾੜ ਪੱਟ ਜੇ ਇਹੋ ਗੱਲ ਸੀ ਤਾਂ ਤੂੰ ਮੈਨੂੰ ਸਾਫ਼ ਦੱਸ ਦਿੰਦਾ ਆਪਾਂ ਕੁਛ ਤੇ ਠਹਿਰ ਜਾਂਦੇ ਜਾਂ ਮੈਂ ਆਪੇ ਕਿ ਤੋ ਇੰਤਜ਼ਾਮ ਕਰਦਾ ਰੁਲਦੂ ਪਹਿਲਾਂ ਤਾਂ ਜਰ ਤਾਂ ਝਿਜਕਿਆ ਪਰ ਫਿਰ ਨੱਕ ਮਸਲਦਿਆਂ ਤੇ ਉਂਗਲਾ ਦਾੜੀ 'ਚ ਫੇਰਦਿਆਂ ਕੁਝ ਰੁੱਖੀ ਬਾਤ 'ਚ ਬੋਲਿਆ ਤੂੰ ਮੋਦਨ ਸਿਆ ਸਾਨੂੰ ਬਸ ਅਜੇ ਤਾਂ ਇਹ ਲੰਡੀ 부ਚੀ ਸਮਝ ਛੱਡਿਆ ਤੇਰੇ ਚਿੱਤ 'ਚ ਹੈ ਵੀ ਅਸੀਂ ਐਡੇ ਹੀ ਮਾੜੇ ਜੇਰੇ ਦੇ ਬੰਦੇ ਆ ਵੀ ਇੰਨੀ ਗੱਲ ਪਿੱਛੇ ਮੋਕ ਮਾਰ ਜੀਏ ਮੈਨੂੰ ਜਦੋਂ ਪਤਾ ਹੈ ਵੀ ਤੇਰੇ ਕੋਲ ਪੈਸਾ ਟੱਕਾ ਕੋਈ ਹੈ ਨਹੀਂ ਕੰਮ ਆਪਾਂ ਇਹ ਲਾ ਜ਼ਰੂਰ ਕਰਨਾ ਨਾ ਫਿਰ ਹੋਰ ਦੱਸ ਦੇ ਕੀ ਇੰਤਜ਼ਾਮ ਤੂੰ ਕਰ ਲੈਂਦਾ ਆਪਦੀ ਕਮਾ ਪੈਲੀ ਫੂਕ ਦਿੰਦਾ ਹੋਰ ਕੀ ਮੈਨੂੰ ਕੋਈ ਫਰਕ ਪੈਂਦਾ ਤੇ ਜਿਹੜੀ ਆਪਾਂ ਹੁਣ ਤਰੀ ਹੈ ਉਹ ਵਧਾਈਏ ਟਿੰਡੂ ਦੀ ਹੈ ਤੂੰ ਜਾ ਕੇ ਐਸੀਆਂ ਗੱਲਾਂ ਕਰਦਾ ਹੈ ਹੈ ਹੱਦ ਹੋ ਗਈ ਅਕਸਰ ਤੇਰੇ ਮੇਰੇ ਵਿੱਚ ਫਰਕ ਹੈ ਕੋਈ ਤੂੰ ਸੋਚਦਾ ਹੋਵੇਂਗਾ ਵੀ ਰੁੱਲਦੂ ਤੇਰਾ ਕੀ ਲੱਗਦਾ ਭਲਿਆ ਲੋਕੇ ਬੰਦੇ ਦਾ ਬੰਦਾ ਕੀ ਲੱਗਦਾ ਹੁੰਦਾ ਭਾਈ ਸੋ ਜੋ ਭਾ ਚੱਲੇ ਜੋ ਚਲਦਿਆਂ ਨਾਲ ਚੱਲਣਾ ਹੋਰ ਕਿਸੇ ਸਾਲੇ ਨੂੰ ਕੀ ਥੇਲੀ ਤੇ ਰੱਖ ਕੇ ਚੱਟਣਾ ਜੇ ਅੱਜ ਮੈਂ ਤੇਰੇ ਆਸਤੇ ਕੁਝ ਕਰਤਾ ਤਾਂ ਕੋਈ ਲੋੜਾ ਆ ਗਿਆ ਜੇ ਭਾਈ ਤੂੰ ਇਸ ਗੱਲ ਦਾ ਸ਼ਰੀਕਾ ਸਮਝਦਾ ਤਾਂ ਜਦੋਂ ਤੇਰਾ ਚਿੱਤ ਮੰਨੂ ਮੋੜ ਦੇ ਮੇਰੇ ਮੁੰਡੇ ਦੇ ਵਿਆਹ ਤੇ ਲਾ ਦੇ ਊਂ ਦੇ ਦੀ ਹੋਰ ਦੱਸ ਨਾਲੇ ਤੂੰ ਇਹ ਗੱਲਾਂ ਤਾਂ ਤਾਂ ਸੋਚੇ ਜੇ ਮੈਂ ਕੋਈ ਤੇਰੇ ਤੇ ਆਸਾਨ ਕਰਾਂ ਕਿਸੇ ਕੋਲੇ ਕੋਈ ਗੱਲਬਾਤ ਕਰਾਂ ਜਾਂ ਚਿੱਤ ਚ ਸੋਚਾਂ ਹੇਖਾਂ ਤੂੰ ਤਾਂ ਜਾਰ ਮੇਰਾ ਚੇਤੀ ਹੌਲਾ ਕਰਤਾ ਇਹ ਗੱਲ ਕਹਿ ਕੇ ਤੇ ਜਦੋਂ ਮਗਰਲੀ ਗੱਲ ਕਹਿੰਦੇ ਆ ਰੁਲਦੂ ਨੇ ਮੂੰਹ ਆਪਣੇ ਢੰਗ ਨਾਲ ਕਸਾਲਾ ਜਿਹਾ ਕਰ ਲਿਆ ਤਾਂ ਮੋਦਰ ਨੂੰ ਸੱਚੀ ਅਫਸੋਸ ਹੋਇਆ ਰੁਲਦੂ ਦੇ ਮੋਹ ਨਾਲ ਚਿੱਤ ਅੰਦਰੋਂ ਬਾਹਰ ਭਿੱਜ ਗਿਆ ਪਰ ਉਹ ਮੂੰਹੋਂ ਕੁਝ ਨਾ ਬੋਲ ਸਕਿਆ ਛੱਡ ਪਰਿਆ ਇਹੋ ਜਿਹੀਆਂ ਗੱਲਾਂ ਨੂੰ ਤੇ ਰੁਲਦੂ ਨੇ ਆਪ ਹੀ ਗੱਲ ਦਾ ਰੁਖ ਬਦਲਦਿਆਂ ਫੇਰ ਕਿਹਾ ਜੇ ਮੈਂ ਕੀਤਾ ਤੇ ਬਾਈ ਐਸੇ ਵੀ ਖੋੱਚੇ ਬੰਦੇ ਤੁਰੇ ਫਿਰਦੇ ਆ ਜਿਹੜੇ ਸਾਰੀ ਉਮਰ ਇੱਕ ਚਾਦੀ ਬਾਟੀ ਦਾ ਲੰਬਾ ਹੀ ਨਹੀਂ ਦੂਜੇ ਦੇ ਸਿਰੋਂ ਲੈਣ ਦਿੰਦੇ ਤੇ ਐਵੇਂ ਵੀ ਐਸੀ ਧਰਤੀ ਤੇ ਵੱਸਦੇ ਐ ਜੋ ਲੱਖ ਲਾ ਕੇ ਕੱਖ ਨਹੀਂ ਜਾਣਦੇ ਹੈ ਕਿ ਨਾ ਨਾਲੇ ਤੂੰ ਸਿਆਣਾ ਬੰਦਾ ਹੈ ਕੋਈ ਬਹੁਤੇ ਪੈਸੇ ਨਾਲ ਵੱਡਾ ਨਹੀਂ ਬਣਦਾ ਦਿਲ ਵੱਡਾ ਚਾਹੀਏ ਗੁਰਦਾ ਮਰਦ ਬੱਚਿਆਂ ਦੇ ਗੁਰਦੇ ਵੱਡੇ ਹੁੰਦੇ ਐ ਜਿਹੜਾ ਚਿੱਤ ਦਾ ਹੀ ਨੰਗ ਹੈ ਉਹਦੀ ਮਾਇਆ ਨਾਲ ਹੀ ਕੀ ਕਿਸੇ ਨੇ ਛੱਲੀ ਛੱਲੀਆਂ ਭੁੰਨਣੀਆਂ ਐ ਐ ਨਹੀਂ ਸੋਚੀਦਾ ਬਾਈ ਮੁੱਦਿਆ ਨਾ ਨਾਲੇ ਤੂੰ ਇਹ ਵੀ ਸੋਚ ਵੀ ਆਪਣੇ ਕੋਲ ਹੋਰ ਹੈ ਕੀ ਇੱਕੋ ਮੁੰਡਾ ਉਹ ਆਪੇ ਵੱਡਾ ਹੋ ਕੇ ਆਪਦੀ ਕਬੀਲਦਾਰੀ ਸੰਭੋ ਆਪਾਂ ਤਾਂ ਆਪਦੀ ਐਨ ਕੇਰਾ ਟਿੱਲੇ ਤੇ ਖੜੋਗੇ ਵੰਝਲੀ ਵਜਾ ਕੇ ਜਾਣੀ ਐ ਐ ਐ ਕੇਰਾ ਪਤਾ ਲੱਗੇ ਵੀ ਕੋਈ ਬੰਦਾ ਹੁੰਦਾ ਸੀ ਕੋਈ ਜੰਮਿਆ ਸੀ ਨਹੀਂ ਕੀਟ ਪਤੰਗੇ ਤਾਂ ਹਜ਼ਾਰਾਂ ਨਿਤ ਜੰਮਦੇ ਮਾਰਦੇ ਐ ਐਸੀ ਨਿਗਰੀ ਜੂਨ ਕੋਈ ਜੂਨ ਹੁੰਦੀ ਐ ਹੈਨਾ ਕੋਈ ਜੂਨ ਨਹੀਂ ਹੁੰਦੀ ਤੇ ਬੋਲਦਿਆਂ ਬੋਲਦਿਆਂ ਰੂਲਦੂ ਆਪਣੀ ਧੌਣ ਉਤੇ ਗੰਡਾਸੇ ਦੇ ਟੱਕ ਵਾਲੇ ਥਾਂ ਨੂੰ ਆਦਤ ਮੁਜਬ ਖੁਰਚਣ ਲੱਗ ਪਿਆ ਉਹਨਾਂ ਕੋ ਥਾਂ ਸ਼ਾਇਦ ਖੁਰਕਣ ਕਰਕੇ ਲਾਲ ਸੁਆ ਹੋ ਗਿਆ ਸੀ ਮੋਦਨ ਕੋਲ ਰੁਲਦੂ ਅਜਿਹੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਗੱਲੜੀ ਬੰਦੇ ਨਾਲ ਕੋਈ ਮਿਕ ਵੀ ਕਿੱਥੇ ਸਕਦਾ ਪਰ ਉਹਨੂੰ ਰੁਲਦੀ ਦੀ ਰੁਲਦੂ ਦੀ ਅਜਿਹੀ ਆਪਣਾ ਪਤਾ ਨਹੀਂ ਕਿਉਂ ਕਦੇ-ਕਦੇ ਬੜੀ ਅਵੱਲੀ ਲੱਗਦੀ ਸੀ ਫਿਰ ਉਹ ਆਪ ਹੀ ਜਦ ਕਿਤੇ ਰਾਤ ਨੂੰ ਨੀਂਦਰੇ 'ਚ ਸੋਚੀ ਪਿਆ ਇਹਦਾ ਕਾਰਨ ਸੋਚਦਾ ਤੁਹਾਨੂੰ ਇੰਜ ਜਾਪਦਾ ਕਿ ਇਹ ਗੱਲਾਂ ਉਸ ਅੰਦਰ ਲੰਮੀ ਕੈਦ ਨੇ ਪੈਦਾ ਕੀਤੀਆਂ ਤੇ ਇਹਦੇ ਨਾਲ ਹੀ ਸੱਚੀ ਉਹਨੂੰ ਆਪਣਾ ਸਰੀਰ ਆਪਣਾ ਮਨ ਸਭੋ ਕੁਝ ਬਦਲਿਆ ਬਦਲਿਆ ਲੱਗਦਾ ਕਦੇ-ਕਦੇ ਤਾਂ ਐਉਂ ਭੁਲੇਖਾ ਜਿਹਾ ਵੀ ਪੈਂਦਾ ਵੀ ਸਾਰੇ ਪਿੰਡ ਦੇ ਲੋਕ ਉਹਨੂੰ ਕਿਧਰੋਂ ਬਾਹਰੋਂ ਆਇਆ ਬੰਦਾ ਸਮਝਦੇ ਆ। ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਆਂ, ਦੂਰ ਰਹਿਣ ਦਾ ਯਤਨ ਕਰਦੇ ਆ। ਇੱਕ ਰਾਤ ਤਾਂ ਉਹਨੂੰ ਜਿਹੀਆਂ ਗੱਲਾਂ ਉੱਤੇ ਸੋਚਦੇ ਆਂ ਇੰਨੀ ਹੈਰਾਨੀ ਹੋਈ ਕਿ ਜਦੋਂ ਵੀ ਪਿਛਲੇ ਕੁਝ ਮਹੀਨਿਆਂ ਦੀ ਕੋਈ ਵੀ ਗੱਲ ਇਹਨਾਂ ਸੋਚਾਂ ਨਾਲ ਜੋੜਦਾ ਤਾਂ ਮਨਕੇ ਵਾਂਗ ਪਰੋਈ ਜਾਂਦੀ। ਉਹਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪਿੰਡ ਦੇ ਲੋਕਾਂ 'ਚ ਰੁਲਦੂ, ਮੱਗਰ ਤੇ ਇੱਕ ਦੋ ਹੋਰ ਪੁਰਾਣੇ ਬੇਲੀਆਂ ਨੂੰ ਛੱਡ ਕੇ ਕੋਈ ਵੀ ਉਹਨੂੰ ਮਿਲਣ ਨਹੀਂ ਸੀ ਆਉਂਦਾ। ਉਹ ਵੀ ਕਿਸੇ ਦੇ ਘਰ ਨਹੀਂ ਸੀ ਜਾਂਦਾ। ਗਲੀ ਚੋਂ ਹਮੇਸ਼ਾ ਸਿਰ ਨੀਵਾ ਕਰਕੇ ਲੰਘਦੇ ਆ ਵੀ ਉਹਨੂੰ ਇਉਂ ਜਾਪਦਾ ਜਿਵੇਂ ਖੱਬੇ ਸੱਜੇ ਸਾਰੇ ਲੋਕ ਉਸ ਵੱਲ ਉਪਰੀ ਸ਼ੱਕੀ ਨਿਗਾ ਨਾਲ ਝਾਕ ਰਹੇ ਹੁਣ ਨਿਆਣੇ ਤਰਹਿ ਕੇ ਪਰਾਂ ਨਾ ਸ ਜਾਂਦੇ ਹੁਣ ਸਿਆਣੇ ਮੂੰਹ ਭਵਾ ਲੈਂਦੇ ਹੁਣ ਤੇ ਜਦੋਂ ਕਿਤੇ ਰਤਾ ਸਿਰ ਤਾਂ ਚੱਕ ਕੇ ਝਾਕਦਾ ਤਾਂ ਬਿਲਕੁਲ ਪੱਕ ਹੋ ਜਾਂਦਾ ਲੋਕ ਸੱਚੀ ਉਸ ਵੱਲ ਹੋਰ ਹੋਰ ਝਾਕਦੇ ਅਜੇ ਵੇਲੇ ਉਹਦੇ ਵਤੀਰੇ ਵਿੱਚ ਜਿਹੜੀ ਤਬਦੀਲੀ ਆਉਂਦੀ ਉਹ ਹੋਰ ਵੀ ਉਪਰੀ ਹੁੰਦੀ ਹੈ ਜਾਂ ਤਾਂ ਕાળા-ਕાળા ਘਰ ਨੂੰ ਤੁਰੋਂਦਾ ਜਾਂ ਫਿਰ ਧੌਣ ਸਿੱਧੀ ਅਕੜਾ ਕੇ ਘੂਰਦਿਆਂ ਘਰਾਂ ਅੰਦਰ ਧੁਰ ਵੇੜਿਆਂ ਸਬਾਤਾਂ ਤੇ ਕੋਠਿਆਂ ਦੇ ਖੁੰਝੀਆਂ ਤਾਈ ਤਾਣਵੀ ਨਜ਼ਰ ਨਾਲ ਝਾਕਣ ਲੱਗ ਪੈਂਦਾ ਤੇ ਵੇਖਣ ਵਾਲਿਆਂ ਨੂੰ ਇੰਜ ਲੱਗਦਾ ਜਿਵੇਂ ਲੋਕਾਂ ਦੀ ਤੀਵੀਆਂ ਤਕਾਉਂਦਾ ਫਿਰਦਾ ਹੋਵੇ ਪਰ ਇਹਨਾਂ ਸਾਰਿਆਂ ਨਾਲੋਂ ਹੀ ਇੱਕ ਗੱਲ ਹੋਰ ਓਡੀ ਉਪਰੀ ਸੀ ਜਿਹੜੀ ਕਦੇ-ਕਦੇ ਉਹਨੂੰ ਸਿਰ ਤੋਂ ਪੈਰਾਂ ਤੱਕ ਮਾ ਦਿੰਦੀ ਉਹਦੇ ਕਣੇ ਨੂੰ ਕਦੇ ਭੁੱਲ ਕੇ ਵੀ ਨਹੀਂ ਸੀ ਚਿਤਾਰਿਆ ਕਦੇ ਕਿਸੇ ਨੇ ਉਸ ਕੋਲ ਨਾ ਉਹਨੇ ਕਿਸੇ ਕੋਲ ਉਹਦੀ ਗੱਲ ਕੀਤੀ ਸੀ ਪਰ 5ਵੇਂ 10ਵੇਂ ਉਸ ਸੁਪਨੇ ਚ ਉਹਨੂੰ ਦਿਸ ਪੈਂਦਾ ਸੀ ਦਿਓ ਵਾਂਗ ਮਨਸੂ ਮਨਸੂ ਕਰਦਾ ਝੂਲਦਾ ਤੁਰਿਆ ਹੁੰਦਾ ਤੇ ਮੱਲੂ ਮੱਲੇ ਉਹਦੇ ਗਾਲਾ ਪੈਂਦਾ ਉਹ ਬਥੇਰਾ ਬਲਾਗ ਗਲੋਂ ਟਾਲਦਾ ਪਰ ਉਹ ਨਹੀਂ ਸੀ ਟਲਦਾ ਫਿਰ ਜਦੋਂ ਕਿਤੇ ਵੀ ਸੂਤ ਨਾ ਆਉਂਦਾ ਤਾਂ ਕਚੀਚੀ ਵਟ ਕੇ ਉਹ ਵੀ ਉਹਨੂੰ ਪੈ ਜਾਂਦਾ ਪਰ ਇਹਨਾਂ ਉਸੇ ਵੇਲੇ ਜਾਗ ਖੁੱਲ ਜਾਂਦੀ ਕਦੇ ਕਦੇ ਤਾਂ ਸਾਰਾ ਸਰੀਰ ਮੁਰਕੋ ਮੁਰਕੀ ਹੋਇਆ ਹੁੰਦਾ ਤੇ ਨੌ ਥੇਲੀਆਂ ਚ ਗੋਬੇ ਹੁੰਦੇ ਕਿਸੇ ਅੰਦਰ ਲਈ ਪੈਰ ਨਾਲ ਸਰੀਰ ਕੰਬ ਰਿਆ ਹੁੰਦਾ ਕਦੇ ਕਦੇ ਉਹ ਚੰਗਾ ਭਲਾ ਹੁੰਦਾ ਤੇ ਮੁਰਮੁਰ ਅੱਖਾਂ ਮੀਟ ਕੇ ਇਸ ਗੱਲ ਦਾ ਯਤਨ ਕਰਦਾ ਕਿ ਟੁੱਟਿਆ ਸੁਪਨਾ ਜੁੜ ਜਾਏ ਤੇ ਉਹ ਕਣੇ ਨੂੰ ਬੁਰਕੀਆਂ ਖਾ ਜਾਏ ਪਰ ਉਦੋਂ ਹੋਰ ਵੀ ਹੈਰਾਨੀ ਹੁੰਦੀ ਜਦੋਂ ਮੁਰ ਸਾਰੀ ਰਾਤ ਨੀਂਦ ਨਾ ਆਉਂਦੀ ਸ਼ਾਇਦ ਚੱਕਦਿਆਂ ਜਾਂ ਉਹ ਜੀ ਸੁਪਨੇ ਵਾਲੀ ਗੱਲ ਉਸ ਕਦੇ ਰੁਲਦੂ ਕੋਲ ਵੀ ਨਹੀਂ ਸੀ ਦੱਸੀ ਉਹ ਅੰਦਰੇ ਅੰਦਰ ਸੋਚਦਾ ਰਹਿੰਦਾ ਕਿ ਇਹਦੇ ਕੀ ਅਰਥ ਹੋਏ ਫਿਰ ਆਪ ਹੀ ਉਹੜਦੀ ਕਿ ਅਜਿਹੇ ਸੁਪਨੇ ਮਾੜੇ ਹੁੰਦੇ ਆ ਇਹਦੋਂ ਅੱਗੇ ਉਹ ਕੁਝ ਨਾ ਸੋਚਦਾ ਤੇ ਗੱਲ ਭੁਲਾ ਛੱਡਦਾ ਪਰ ਪੰਜ ਸੱਤ ਦਿਨਾਂ ਪਿੱਛੇ ਹੋ ਜਾਈਆਂ ਸੋਚਾਂ ਦਾ ਚੱਕਰ ਜਿਵੇਂ ਫੇਰ ਚੱਲ ਪੈਂਦਾ ਇਸ ਤੋਂ ਮੋਦਨ ਨੂੰ ਹੁਣ ਜਿਵੇਂ ਕੁਝ ਅਕੇਵਾਜੇ ਹੋਣ ਲੱਗ ਪਿਆ ਸੀ ਘਰੇ ਆਉਂਦਾ ਤਾਂ ਸਾਰਾ ਅਣਲਪਿਆਣ ਪੋਚਿਆ ਜਾਂ ਘਰ ਸਖਣਾ ਸਖਣਾ ਲੱਗਦਾ ਖੇਤ ਜਾਂਦਾ ਤਾਂ ਉੱਥੇ ਵੀ ਸੁੰਨਸਰਾ ਤੇ ਕੱਲ ਮਹਿਸੂਸ ਹੁੰਦੀ ਖੇਤੀ ਖੜੋਤਿਆਂ ਟਾਵੀਆਂ ਟਾਵੀਆਂ ਕਿੱਕਰਾ ਬੇਰੀਆਂ ਉਦਾਸੀਆਂ ਲੱਗਦੀਆਂ ਵੱਡਾ ਬਣ ਵੀ ਜਿਹੜਾ ਅਜੇ ਵੀ ਉਹਵੇਂ 2 2.5 ਮਰਲੇ ਥਾਂ 'ਚ ਫੈਲ ਰਿਹਾ ਹਰਕ ਚੂਰ ਤੇ ਡੋਲ ਖੜੋਤਾ ਸੀ ਤੇ ਟੋਬੇ ਵਾਲੇ ਪੁਰਾਣੇ ਬੋੜ ਵਾਂਗ ਬੁੱਢਾ ਹੋ ਕੇ ਜਿਵੇਂ ਰਹਿੰਦੇ 4 ਦਿਨ ਪੂਰੇ ਕਰਦਾ ਜਾਪਦਾ ਤੇ ਉਹਦੇ ਦਿਨ ਪੁੱਗਣ ਪਿੱਛੇ ਇਹ ਥੋੜਾ ਵੀ ਰੋਡੇ ਸਾਦੀ ਟਿੰਡਾਂ ਬੰਜਰ ਤੇ ਸਖਣਾ ਹੋ ਜਾਣਾ ਸੀ ਇੰਜ ਚਿਤਵਿਆਂ ਦ੍ਰਿਸ਼ ਹੋਰੀ ਘਣਾਉਣਾ ਲੱਗਦਾ ਫਿਰ ਜਦੋਂ ਕੁਵੇਲੇ ਹੋਏ ਖੇਤ ਗਿਆ ਅਕਸਰ ਖਾਓ ਪੀਓ ਵੇਲੇ ਮੁੜਦਾ ਘਰ ਨੂੰ ਪਰਤਦਾ ਤਾਂ ਘਰਾਂ ਦੇ ਵਿਹੜਿਆਂ ਚੋਂ ਨਿਕਲਦਾ ਧੂਆਂ ਘਰਾਂ ਅੰਦਰ ਹੀ ਹੁੰਦਾ ਦੀਵਿਆਂ ਲਾਲਟਣਾ ਦਾ ਚਾਨਣ ਤੇ ਟਾਵੇਂ ਚ ਬਾਰੇ ਮੂਰੇ ਚੁੱਲਿਆਂ ਚ ਮੱਚਦੀ ਅੱਗ ਦੀ ਸੂਈ ਭਾ ਵੇਖ ਕੇ ਅੰਦਰ ਖੋਜ ਹੀ ਪੈਣ ਲੱਗ ਪੈਂਦੀ ਮੱਲੋ ਮੱਲੀ ਉਧਰੋਂ ਨਿਗਾਹ ਹਟਾ ਕੇ ਆਪਣੇ ਕੱਲਮ ਕੱਲੇ ਕਲਰੇ ਖੇਤ ਵਿੱਚ ਖੜੋਤੇ ਪੱਤ ਛੜੇ ਟੁੰਡੇ ਜੰਡਵਾਰਗੇ ਟਿੱਬੀ ਵਾਲੇ ਘਰ ਉੱਤੇ ਆ ਪੰਦੇ ਉੱਥੇ ਵੀ ਧੂਆ ਨਿਕਲਦਾ ਦਿਸਦਾ ਦੀਵੇ ਦਾ ਚਾਨਣ ਵੀ ਹੋ ਰਿਹਾ ਹੁੰਦਾ ਘਰ ਪਰ ਇਹ ਘਰ ਫੇਰ ਵੀ ਪਤਾ ਨਹੀਂ ਕਿਉਂ ਜੜਿਆ ਜਿਆ ਮੱਲੋ ਮੱਲੀ ਹੌਕਾ ਨਿਕਲ ਜਾਂਦਾ ਤੇ ਕਈ ਵਾਰ ਉਤੋਂ ਇਹ ਅਹਿਸਾਸ ਛੱਲਿਆ ਵੀ ਨਾ ਜਾਂਦਾ ਪਿਛਲੇ ਦਿਨਾਂ ਚ ਤਿੰਨ ਚਾਰ ਵਾਰੀ ਜਿਵੇਂ ਇਸ ਘਰ ਤੋਂ ਡਰਦਾ ਤਰਹੰਦਾ ਉਤਲੀ ਡੰਡੀ ਹੋ ਕੇ ਰੁਲਦੂ ਦੇ ਘਰ ਚਲਿਆ ਗਿਆ ਸੀ ਫਰਦੀ ਰਾਤੀ ਉਥੋਂ ਮੁੜਦਿਆਂ ਉਹਨੂੰ ਫੇਰ ਉਹ ਅਹਿਸਾਸ ਆ ਕੇਰਦਾ ਸੀ ਬਾਕੀ ਸਭ ਘਰਾਂ ਦੇ ਅੰਦਰ ਰੰਗੀ ਵਸਤੇ ਲੋਕ ਸੁੱਖ ਦੀ ਨੀਂਦ ਸੁੱਤੇ ਹੋਏ ਹੁੰਦੇ ਤੇ ਇਸ ਘਰੇ ਬੇਬੇ ਹੁਣੀਂਦੀ ਪਈ ਉਹਨੂੰ ਡੇਕਰੀ ਹੁੰਦੀ ਤੋ ਪੁੱਤ ਐਨਾਂ ਕੁ ਵੇਲਾ ਕਿਉਂ ਕਰ ਦਿੰਨਾ ਹੈ ਬੇਬੇ ਉਦਾਸੀਵਾਜ ਤੇ ਐਨਾਂ ਕੁ ਕਹਿੰਦੀ ਤੇ ਫੇਰ ਆਪ ਮੁਹਾਰੀ ਬੋਲਣ ਲੱਗ ਪੈਂਦੀ ਹੋਰ ਕਰੇ ਵੀ ਕੀ ਘਰੇ ਕੋਈ ਵਾਜਾ ਮਾਰਨ ਵਾਲਾ ਹੋਵੇ ਤਾਂ ਆਪੇ ਸਧਿਆ ਆ ਜਾਇਆ ਕਰੇ ਉਦੋਂ ਤਾਂ ਪੁੱਤ ਖੇਤੀ ਵਾਜਾਂ ਖੇਤੀ ਵਾਜਾਂ ਸੁਣਨ ਲੱਗ ਪੈਂਦੀਆਂ ਤੇਰਾ ਬਾਪੂ ਆਂਦਾ ਹੁੰਦਾ ਸੀ ਜਦੋਂ ਤੂੰ ਚੌ ਪੰਜਾ ਬਰਿਆਂ ਦਾ ਸੀ ਮੈਨੂੰ ਮੋਦਨ ਦੀ ਹਾਸੀ ਟਿੱਕੀ ਰਾਤ ਦੇ ਖੇਤ ਪਾਣੀ ਲਾਉਂਦੇ ਨੂੰ ਵੀ ਸੁਣਦੀ ਐ ਤੂੰ ਨਿੱਕਾ ਹੁੰਦਾ ਅੱਧੀ ਰਾਤ ਤਾਈ ਵੱਡੀ ਤੇਰੀ ਮਰਨ ਵਾਲੀ ਭੈਣ ਨਾਲ ਚੌੜ ਕਰਦਾ ਖਿਦ-ਖਿਦ ਕਰਕੇ ਬਲਾ ਹੱਸਦਾ ਉੱਚੀ ਹੱਸਦਾ ਹੁੰਦਾ ਸੀ ਅੱਧੀ ਰਾਤ ਤਾਈ ਨਾ ਕਿਸੇ ਨੂੰ ਸੌਣ ਦੇਣਾ ਨਾ ਆਪ ਸੌਣਾ ਆਖਣਾ ਬਾਪੂ ਆਉ ਤਾ ਉਹਦੇ ਨਾਲ ਪਉ ਤੇ ਇੱਕ ਦਿਨ ਉਹ ਤੜਕੇ ਲੋਈ ਪਾਟ ਦੀ ਨਾਲ ਹੀ ਸੁੱਤਾ ਲੈ ਦੱਸ ਕੀ ਕਰੇ ਕੋਈ ਮਾਰ ਸਾਰੀ ਰਾਤ ਸਾਡੀਆਂ ਦੋਵੇਂ ਮਾਵਾਂ ਧੀਆਂ ਦੀਆਂ ਤੈਨੂੰ ਚੱਕੀ ਫਿਰਦਿਆਂ ਦੀਆਂ ਲੱਤਾਂ ਆ ਡੰਬ ਗਈਆਂ ਕੁੜੀ ਆਖੇ ਬੇਬੇ ਮੇਰੀ ਤਾਂ ਬੱਖੀ ਛੋਈ ਗਈ ਤੂੰ ਭੱਲ ਤੇ ਮੈਂ ਆਖਾਂ ਧੀਏ ਮੈਂ ਸਾਰਾ ਦਿਨ ਦੀ ਕੰਮ ਦੀ ਭੰਨੇ ਬਿੰਦ ਅੱਖ ਲਾਲਾਂ ਤੂੰ ਘੜੀ ਬਿੰਦ ਹੋਰ ਚੱਕੀ ਰੱਖ ਪਰ ਤੇਰੇ ਚ ਖਬਰੇ ਕੀ ਭੂਤ ਆਉਂਦੇ ਸੀ ਉਦੋਂ ਇੱਕ ਬਿੰਦ ਕਿਹੜਾ ਅੱਖ ਮੀਚਦਾ ਹੁੰਦਾ ਸੀ ਆਖੇ ਪੈਣਾ ਤਾਂ ਬਾਪੂ ਨਾਲ ਹੀ ਪੈਣਾ ਬੇਬੇ ਦੀਆਂ ਇਹ ਗੱਲਾਂ ਸੁਣ ਕੇ ਮੋਦਨ ਦੀ ਖੋਸ ਸਗੋਂ ਹੋਰ ਵੱਜ ਜਾਂਦੀ ਉਹਨੂੰ ਜਾਪਦਾ ਬੇਬੇ ਸਭ ਕਹਾਣੀਆਂ ਜੋੜ-ਜਾੜ ਕੇ ਜਾਣਬੁੱਝ ਕੇ ਸੁਣਾਉਂਦੀ ਸੀ। ਕਈ ਵਾਰ ਉਹਨੂੰ ਗੁੱਸਾ ਵੀ ਆ ਜਾਂਦਾ ਪਰ ਫੇਰ ਉਹ ਬੇਬੇ ਨਿਮਾਣੀ ਚਹੀ ਤੇ ਅਨਪੋਲ ਝਾਪਣ ਲੱਗ ਪੈਂਦੀ। ਉਹਨੂੰ ਜਾਪਦਾ ਜਿਵੇਂ ਜਿਉਂ ਜੰਮਿਆ ਸੀ ਬੇਬੇ ਨੂੰ ਦੁਖੀ ਕਰਦਾ ਆਇਆ ਸੀ ਤੇ ਹੁਣ ਅੰਤ ਵੇਲੇ ਵੀ ਉਹ ਉਹਨੂੰ ਐਵੇਂ ਹੀ ਦੁਖੀ ਕਰਦਾ ਰਹੂਗਾ। ਫੇਰ ਘਰ ਵਸਾਉਣ ਦਾ ਖਿਆਲ ਇੰਨਾ ਉਤੋਂ ਦੀ ਪੈ ਜਾਂਦਾ ਕਿ ਅਗਲੇ ਹੀ ਦਿਨ ਉਹ ਮਾਮੇ ਨੂੰ ਮਿਲਣ ਦੇ ਬਹਾਨੇ ਆਪਣੀ ਮੰਗੇਤਰ ਤੇ ਪਿੰਡ ਗੇੜਾ ਮਾਰਨ ਤੁਰ ਜਾਂਦਾ। ਪਿਛਲੇ 2 ਮਹੀਨੇ ਜੋ 3 ਵਾਰ ਜਾ ਆਇਆ ਸੀ ਰੁਲਦੂ ਦੀ ਢਿੱਲ ਤੇ ਵੀ ਉਹਨੂੰ ਹੁਣ ਜਿਵੇਂ ਸ਼ੱਕ ਹੋਣ ਲੱਗ ਪਿਆ ਸੀ ਉਹ ਵੀ ਐਡਾ ਪੱਟੂ ਸੀ ਅੱਗੋਂ ਗੱਲ ਦੀ ਗੋਝ ਕੋਈ ਨਹੀਂ ਸੀ ਦੱਸਦਾ ਜਦੋਂ ਗੱਲ ਤੁਰਦੀ ਤਾਂ ਕਹਿ ਦਿੰਦਾ ਬਸ ਚਾਰ ਦਿਨ ਹੋਰ ਦੰਦਾਂ ਚ ਜੀਭ ਲੈ ਹੋਰ ਸਭ ਮਾਮਲਿਆਂ ਚੋ ਜਿੰਨਾ ਭੜੜ ਭਾਂਡਾ ਸੀ ਇਸ ਬਾਰੇ ਉਹਨੇ ਹੀ ਚੁੱਪ ਰਹਿਂਦਾ ਸੀ ਪਰ ਮੋਦਨ ਦੇ ਰਤਾ ਬਦਲੇ ਵਤੀਰੇ ਨੇ ਇੱਕ ਦਿਨ ਚਾਂਚਕ ਉਹਨੂੰ ਫੇ ਫਿਕਰਮੰਦ ਕਰਤਾ ਤੂ ਬਾਈ ਮੋਦਨਾ ਐਂ ਬੋਲੂ ਜੇ ਕਿਉਂ ਸਿੱਟਿਆ ਰੁਲਦੂ ਨੇ ਹਾਸੇ ਚ ਪਾ ਕੇ ਗੱਲ ਛੇੜੀ ਬਸ ਚਾਰਕ ਦਿਨ ਹੋਰ ਸਬਰ ਕਰ ਕੰਮ ਸਾਰਾ ਨੋਂ ਤੇ ਐ ਅੜਿੱਕਾ ਵੀ ਕੋਈ ਨਹੀਂ ਐਵੇਂ ਸਾਲੇ ਮਾੜੀ ਜੀ ਗੱਲ ਦਾ ਫਾਨਾ ਫਸਾਈ ਬੈਠੇ ਆ ਕੋਈ ਨਹੀਂ ਹੋ ਜੂ ਸਭ ਸੂਤ ਫਿਕਰ ਨਾ ਕਰ ਤੇ ਉਹ ਮਾੜੀ ਜੀ ਗੱਲ ਦਾ ਜਿਹੜਾ ਫਾਨਾ ਸੀ ਉਸੇ ਬਾਰੇ ਮਦਰ ਨੂੰ ਮੋੜੇ ਮੋੜ ਮੋੜ ਸ਼ੱਕ ਪੈਂਦਾ ਸੀ ਫੇਰ ਵੀ ਰੁਲਦੂ ਦੀ ਯਾਰੀ ਬਾਰੇ ਇੰਨੀ ਬੇਤਬਾਰੀ ਕਦੇ ਨਹੀਂ ਸੀ ਹੋਈ ਕਿ ਉਹਦੇ ਨਾਲ ਟੁੱਟ ਕੇ ਬਹਿ ਜਾਏ ਨਾਲੇ ਟੁੱਟ ਕੇ ਬਹਿ ਕੇ ਵੀ ਕਿੱਥੇ ਜਾਏ ਅਗਲੀ ਕੱਲ ਹੀ ਉਹ ਤੋਂ ਨਹੀਂ ਸੀ ਚੱਲੀ ਜਾਂਦੀ ਤੇ ਰੁਲਦੂ ਤੋਂ ਬਿਨਾ ਤਾ ਉਹਨੇ ਕਾ ਕਲਾਕਾਰਾ ਹੋ ਜਾਣਾ ਸੀ ਰੁਲਦੋ ਦੀ ਅੰਦਰਲੀ ਦੁਬਿਧਾ ਚੰਗੀ ਤਰ੍ਹਾਂ ਸਮਝਦਾ ਸੀ ਇਸ ਕਰਕੇ ਉਹਨੇ ਹੁਣ ਨਾ ਟਿਕਾ ਨਹੀਂ ਪਾਇਆ ਅਗਲੇ ਦਿਨ ਤਿਆਰ ਹੋ ਕੇ ਤੁਰਨ ਲੱਗਿਆ ਬੋਲਿਆ ਲੈ ਬਾਈ ਸਿਹਤ ਕੀ ਖਾਲੀ ਮੁਰ ਪਿਆ ਤਾ ਤੂੰ ਰੁਲਦੋ ਨਾ ਆਖੇ ਕਿਸੇ ਵਹਿਲ ਦਾ ਜਾਣੀ ਜਣਿਆ ਆਖੇ ਬਸ ਜਾਣਾ ਦੂਰ ਜਾਂ ਫਾਨਾ ਦੂਰ ਕੋਈ ਪੰਜਾ ਛਿੱਕਾ ਕਰੇ ਬਿਨਾ ਹੁਣ ਨਹੀਂ ਮੁਰਦਾ ਤੇ ਸੱਚੀ ਉਹ ਐਤ ਕੀ ਪੰਜਾ ਛਿੱਕਾ ਕੀਤੇ ਬਿਨਾ ਨਹੀਂ ਮੁਰਿਆ ਤੀਜੇ ਦਿਨ ਮੁਰਦਿਆਂ ਹੀ ਉਦੋਂ ਅਗਲੇ ਦਿਨ ਮੋਦਰ ਨੂੰ ਨਾਲ ਲੈ ਕੇ ਫੇਰ ਤੁਰ ਪਿਆ ਧੀਰ ਵਾਲਿਆਂ ਨਾਲ ਉਹਦੀ ਸਿੱਧੀ ਗੱਲ ਕਰਾਤੀ ਜਿਹੜੀਆਂ ਇੱਕ ਦੋ ਗੱਲਾਂ ਦਾ ਮੋਦਰ ਨੂੰ ਹੋਰ ਪਤਾ ਲੱਗਿਆ ਉਹਨਾਂ ਕਰਕੇ ਪਹਿਲਾਂ ਰੁੱਲਦੂ ਉੱਤੇ ਫਿਰ ਸ਼ੱਕ ਹੋਇਆ ਉਸ ਪਿੱਛੇ ਉਹਨਜੀ ਗੱਲ ਨਮੂਸ਼ੀ ਵਾਲੀ ਜਾਪੀ ਪਰ ਮੁਰਦੀਵਾਰ ਉਸ ਸਫਲਾਤ ਉਹਨੂੰ ਜਿਵੇਂ ਸਭ ਕਾਸੀ ਉੱਤੇ ਪਹੁੰਚਾ ਫੇਰਦਾ ਆਥਨ ਵੇਲੇ ਬਾਹਰ ਅੰਦਰ ਲੈ ਜਾਣ ਦੇ ਬਹਾਨੇ ਮੋਦਰ ਨੂੰ ਨਿਆਈਆਂ ਵੱਲ ਲੈ ਤੁਰਿਆ ਤੇ ਬਾਹਰੋਂ ਮੁਰਦਿਆਂ ਤਿੰਨ ਚਾਰ ਤੀਵੀਆਂ ਵਿੱਚੋਂ ਸੈਨਤ ਨਾਲ ਉਹ ਵਿਖਾ ਵੀ ਦਿੱਤੀ ਮੋਦਨ ਵੇਂਦਿਆਂ ਸਾਰ ਜਿਵੇਂ ਬੁੰਦਲ ਗਿਆ ਤੇਰਾ ਹੋ ਤੇਰਾ ਹੋ ਰੁਲਦੂ ਨੇ ਉਹਦੀ ਬਾਹ ਪਲੋਸੀਆ ਇੰਜ ਬੁਸ਼ ਕਰ ਮਾਰੀ ਜਿਵੇਂ ਖੱਟਰ ਬੈਠ ਕੇ ਇਹਨੂੰ ਦੁਰੰਗਾ ਮਾਰਨੋਂ ਰੋਕ ਰਿਆ ਹੋਵੇ ਫਿਰ ਤਾਂ ਹੱਸ ਕੇ ਬੋਲਿਆ ਕਿਉਂ ਵੇਖ ਰੁਲਦੂ ਸਿਆਂ ਦੇ ਕਾਰੇ ਇਓਂ ਗੱਲ ਐ ਬਾਈ ਸਿਆਂ ਨਾਲੇ ਅਜੇ ਤਾਂ ਉਤਲਾ ਰੰਗ ਰੂਪੀ ਦੇਖਿਆ ਜਦੋਂ ਇਹਨੇ ਕੰਦਾਂ ਕੋਲਿਆਂ ਤੇ ਵੀ ਤਿੱਤਰ ਤੇ ਮਰਗਾਈਆਂ ਪਾਈਆਂ ਤੇ ਤੈਨੂੰ ਵੀ ਖੀਰ ਨੂੰ ਤਰਸਮਈ ਆਖਣ ਲਾਤਾ ਪਤਾ ਨਹੀਂ ਉਹਦੋਂ ਲੱਗੂ ਬਈ ਇਹ ਕੈਸੀ ਖਾਨਦਾਨੀ ਚ ਉਹ ਕੈਸੀ ਸਚਿਆਰੀ ਸੀ ਹੁਣੀ ਦੀ ਡਲੀ ਹੈ ਹੈ ਹੈਨਾ ਕੂਨ ਜਾੰਗੂ ਧੌਣ ਹਿਲਦੀ ਬਿੰਨ ਅੱਖਾਂ ਵੇਖ ਤਾ ਹੈ ਹੇਰਨੀ ਵਰਗੀਆਂ ਕਿ ਨਹੀਂ ਮੋਦਨ ਨੂੰ ਧਰਤੀ ਘੁੰਦੇ ਜਾਪੀ ਉਹ ਵੀ ਭਲੇਖਾ ਪਿਆ ਜਿਵੇਂ ਰੁਲਦੂ ਉਸ ਨਾਲ ਨਿਰਤ ਧੋਖਾ ਕਰ ਰਿਹਾ ਹੋਵੇ ਤੇ ਜਾਂ ਫਿਰ ਇਹ ਸਭ ਕੁਝ ਸੱਚ ਸੀ ਪ੍ਰਤੱਖ ਸੀ ਤਾਂ ਉਹ ਆਪਣੀ ਦੂਜੀ ਜੂਨ ਚ ਪੈਣ ਲੱਗਿਆ ਸੀ ਤੇ ਫਿਰ ਪਿੰਡ ਮੁੜ ਕੇ ਰੁਲਦੂ ਨੇ ਜੋ ਕੁਝ ਵੀ ਹੋਰ ਦੱਸਿਆ ਉਹ ਸਾਰਾ ਮੋਦਨ ਸੱਚ ਕਰਕੇ ਮੰਨਦਾ ਰਿਹਾ ਵੇਖ ਬਾਈ ਖਰੀ ਗੱਲ ਕੀਤੀ ਚੰਗੀ ਹੁੰਦੀ ਐ ਪਿਛੋ ਫਿੱਕ ਨਹੀਂ ਨਿਕਲਦਾ ਰੁਲਦੂ ਨੇ ਬੁੱਢੇ ਠੇਰਿਆਂ ਦੇ ਰੌਂਚ ਗੰਭੀਰ ਹੋ ਕੇ ਗੱਲ ਸਮਝਾਈ ਉਹਦੇ ਉਮਰ ਤਾਂ ਹੋਊਗੀ 30 ਦੇ ਨੇੜੇ ਇੱਕ ਨਿਆਣਾ ਹੋ ਕੇ ਵੀ ਗੁਜ਼ਰ ਗਿਆ ਸੀ ਤੇ ਦੂਜਾ ਮੁੰਡਾ ਗੋਦੀ ਸੀ ਜਦੋਂ ਮਾਲਕ ਸਰੀਕਾਂ ਨੇ ਮਾਰਤਾ ਪੇਕੀਆਂ ਬੈਠੀ ਹੋਰ ਕੀ ਕਰੇ ਭਾਈ ਫਿਰ ਬਾਕੀ ਤੂੰ ਸਿਆਣਾ ਵੇਖ ਲੈ 30 ਬਾਰ ਬਿਠਾਉਣੀਆਂ ਬਹੁਤ ਮੁਸ਼ਕਲ ਐ ਨਿਤ ਬਾਰ ਮੂਰੇ ਸੇਵਾ ਮੱਚਦਾ ਹੈ ਮਾਪਿਆਂ ਤੋਂ ਕਦੇ ਚ ਲਿਆ ਜਾਂਦਾ ਬੜੀ ਮੁਸ਼ਕਲ ਗੱਲ ਐ ਫੇਰ ਭਾਈ ਜਮਾਨਾ ਉਤੋਂ ਕੀ ਆਇਆ ਪਿਆ ਕੌਣ ਪਰ ਆਪਾਂ ਹੀ ਸਮਝਦਾ ਉਪਰਾਤਾ ਸੁਖ ਨਾਲ ਦੋ ਹੈ ਪਰ ਅਗਲਿਆਂ ਤੋਂ ਆਪਦੀ ਕਬੀਲਦਾਰੀ ਨਹੀਂ ਸੰਭੀ ਜਾਂਦੀ ਸਾਰੀ ਉਮਰ ਦੇ ਟੁਕੜੇ ਦਾ ਕੌਣ ਜ਼ਿੰਮਾ ਲਵੇ ਪਿਓ ਮਰਿਆ ਵੇ ਕੰਮ ਧੰਦਾ ਸਾਰਾ ਚਾਚੇ ਦੇ ਹੱਥ ਸੀ ਤੇ ਉਹਦੇ ਨਾਲ ਦੂਰ ਨੇੜੇ ਆਪਣੀ ਕੋਈ ਅਗਲੀ ਅੰਗਲੀ ਸੰਗਲੀ ਲੜਦੀ ਆ ਅੜਿਕਾ ਬਹੁਤ ਉਹ ਇਹ ਪਿਆਰਿਆ ਸੀਲ ਹੈ ਹੁਣ ਤੇਰੇ ਕੋਲ ਕੀ ਲਕੋ ਹੈ ਹੁਣ ਤਾਂ ਇਹ ਗੱਲ ਸਿਰੇ ਨਹੀਂ ਸੀ ਚੜੀ ਇਸ ਕਰਕੇ ਮੈਂ ਦੱਸਿਆ ਨਹੀਂ ਸੀ ਹੁਣ ਸਾਰੀ ਗੱਲ ਸਪਸ਼ਟ ਹੋਈ ਚੰਗੀ ਅੜਿਕਾ ਇਹ ਸੀ ਵੀ ਉਹ ਕਹਿੰਦੇ ਸੀ ਮੁੰਡਾ ਦਾਗ ਹੀ ਹੈ ਨਾਲੀ ਉਮਰ ਉਹ ਬਾਲਾ ਬੱਡੇ ਅਸੀਂ ਨਹੀਂ ਕਰਦੇ ਮੈਂ ਸੌਖਾ ਦੀ ਸੀ ਵੀ ਮੈਂ ਕੰਮ ਸਿਰੇ ਲਾਏ ਬਿਨਾਂ ਹਟਣਾ ਨਹੀਂ ਚਾਹੇ ਸਿਰ ਧੜ ਦੀ ਲਾਉਣੀ ਪੈ ਜੇ ਮੈਂ ਫਿਰ ਸਿੱਧਾ ਪੈ ਗਿਆ ਮੈਂ ਕਿਹਾ ਮਸਾ ਪੰਜਾ 14 ਸਾਲਾਂ ਦਾ ਫਰਕ ਹੋ ਤੁਸੀਂ ਗੱਲਾਂ ਕੀ ਕਰਦੇ ਹੋ ਫਿਰ ਕਹਿੰਦੇ ਜੇ ਮੁੰਡਾ ਦੁਹਾਜੂ ਵੀ ਹੁੰਦਾ ਦਾਗੀ ਨਾ ਹੁੰਦਾ ਤਾਂ ਅਸੀਂ ਪੱਲਿਓ ਦਾਜ ਦੇ ਕੇ ਤੋੜਦੇ ਪਰ ਮੈਂ ਫਿਰ ਪਰਪੋਰ ਕਰਨ ਨਾ ਦਿੱਤੀ ਸਿੱਧਾ ਕਹਿਤਾ ਤੁਸੀਂ ਮੂੰਹੋਂ ਮੰਗੋ ਸਾਈ ਕੀ ਮੰਗਦੇ ਹੋ ਪਹਿਲਾਂ ਗੱਲ 3000 ਤੇ ਤੁਰੀ ਡੂੜ ਮੀਨਾ ਜਬੜਾਂ ਦਾ ਭੇਡ ਖਰਾਕੇ 2000 ਤੇ ਲਿਆਂਦੀ ਤੂੰ ਸਿਆਣਾ ਅੱਜ ਕੱਲ 2000 ਚੀਜ਼ ਵੀ ਕੀ ਐ ਨਾਲੇ ਕਮਲਿਆ ਹੀਰਿਆਂ ਦਾ ਮੁੱਲ ਹੁੰਦਾ ਕੋਈ ਬਾਕੀ ਜਿਹੜਾ ਮੁੰਡਾ ਗੋਦੀ ਐ ਤੂੰ ਤਾਂ ਦੇਖਿਆ ਨਹੀਂ ਖੈਰ ਕੌਲ ਫੁੱਲਰ ਗੈਂ ਸੌਂਗ ਆਉਦੀ ਅੱਖਾਂ ਸੋਹਰੇ ਦੀਆਂ ਮੂਨ ਅਰਗੀਆਂ ਉਹ ਤਾਂ ਮੇਰੇ ਲੋਡੇ ਸਾਲੇ ਉਹਦੇ ਦਿਉਰ ਜੇਠ ਉਹਨੂੰ ਮਰਿਆ ਭਾਲਦੇ ਐ ਜ਼ਮੀਨ ਜੋ ਬੰਡਾਉ ਤੇ ਉਹਨੂੰ ਗੱਲ ਕਰਦੇ ਆ ਵਿੱਚੋਂ ਹੀ ਪਤਾ ਨਹੀਂ ਕੀ ਸੁਝੀ ਕਿ ਬਿੰਦ ਦਾ ਬਿੰਦ ਚੁੱਪ ਕਰਕੇ ਰੁਕਦੇ ਆ ਧੀਮੀ ਭੇਤ ਭਰੀ ਬਾਤ ਚ ਬੋਲਿਆ ਆਪਣਾ ਕੀ ਲੈਂਦਾ ਆਪੇ ਰੋਲ ਖੋਲ ਕੇ ਭਲਜੂ ਵਿਚਾਰ ਜੇ ਕੋਈ ਕੰਨ ਹੋਇਆ ਤਾਂ ਜਾ ਕੇ ਆਪਦੀ ਜਾਇਦਾਦ ਸੰਭਲੂ ਨਹੀਂ ਤਾਂ ਨਾਲੇ ਤੂੰ ਸਿਆਣਾ ਆਪਣੀ ਧੇਰ ਬਣੂ ਬਾਹ ਬਣੂ ਜਦੋਂ ਪਾਲਾਂਗੇ ਸੰਭਾਂਗੇ ਫਿਰ ਇੰਨੀ ਵੀ ਅੱਖ ਦੀ ਸ਼ਰਮ ਨਾ ਮੰਨੂ ਪਛੂ ਤਾਂ ਨਹੀਂ ਆਖਰ انسان ਹੈ ਨਾ ਨਾਲੇ ਤੈਨੂੰ ਜੇ ਕੋਈ ਗੱਲ ਠੀਕ ਨਾ ਲੱਗੂ ਤਾਂ ਉਹਨੂੰ ਮੈਂ ਆਪਦੇ ਘਰੇ ਰੱਖ ਲੂ ਆਪਦਾ ਵੀ ਪਾਲਿਆ ਹੀ ਐ ਹੈ ਇੱਕ ਹੀ ਮੇਰੇ ਪੈਰ ਲਾ ਤੁਰ ਦੂ ਹੋਰ ਸਭ ਜੱਜਣ ਵਾਲੀਆਂ ਸਨ ਪਰ ਕਿਸੇ ਹੋਰ ਦੀ ਅਣ ਸਾਂਭਣ ਵਾਲੀ ਗੱਲ ਮੋਦਨ ਨੂੰ ਨਹੀਂ ਸੀ ਜੱਜੀ ਉਹਨੂੰ ਜ਼ਾਬਦਾ ਸੀ ਜੱਟ ਦੇ ਪੁੱਤ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਸੀ ਪਰ ਰੁਲਦੂ ਨੇ ਤਾਂ ਉਹ ਵੀ ਆਪਣੇ ਸਿਰ ਲੈ ਲਈ ਸੀ ਉੱਚਪ ਘਰ ਰਿਆ ਚਾਪਿਆ ਉਹਦਾ ਹੁਣ ਆਪਣੇ ਆਪ ਤੇ ਕਾਬੂ ਨਹੀਂ ਸੀ ਰਿਹਾ ਰੁਲਦੂ ਨੇ ਜਿਵੇਂ ਉਹਨੂੰ ਕਾਠ ਚੜਾ ਦਿੱਤਾ ਸੀ ਕਿਸੇ ਪਾਸੇ ਹਿੱਲਣ ਜੋਗਾ ਹੀ ਨਹੀਂ ਸੀ ਛੱਡਿਆ ਫੇਰ ਜਿੰਨੇ ਦਿਨ ਰੁਲਦੂ ਹੋਰ ਇੰਤਜ਼ਾਮ ਕਰਦਾ ਰਿਹਾ ਉਹਨੇ ਦਿਨ ਮੋਦਨ ਦੁਬਿਦਾ ਚ ਪਿਆ ਡੋਰਾ ਪੋਰਾ ਜਾ ਹੋਇਆ ਤੁਰਿਆ ਫਿਰਿਆ ਅਖੀਰ ਜਿੱਦੇ ਉਹਨੇ ਤੁਰਤ ਪੈਰੀ ਤੇ ਆ ਕੇ ਕਹਿਤਾ ਲੈ ਵੀ ਤਿਆਰੀ ਬਿਆਰੀ ਹੋ ਤੜਕੇ ਚੱਲਣਾ ਤਾਂ ਸੱਚੀ ਕੁਝ ਘਬਰਾ ਗਿਆ ਉਸੇ ਰਾਤ ਮੋਦਨ ਨੇ ਚਿਤ ਕਰੜਾ ਕਰਕੇ ਸਾਰੀ ਗੱਲ ਬੇਬੇ ਕੋਲ ਦੱਸਤੀ ਉਹ ਵੀ ਸੁਣ ਕੇ ਕੇਰਾ ਤਾਂ ਗੁਮਸਮ ਹੋ ਗਈ ਫੇਰ ਜਿਉ ਆਪਣੇ ਮੰਦੇ ਦਿਨਾਂ ਤੇ ਹੰਝੂ ਵਹਾਉਣ ਲੱਗੀ ਕਿ ਸਾਰੀ ਰਾਤ ਹੀ ਨਿਕਲ ਗਈ ਮੋੜ ਮੋੜ ਅੱਖੀ ਜਾਈ ਜੇ ਜੇ ਹੁਣ ਉਹ ਜਿਉਂਦਾ ਹੁੰਦਾ ਜੇ ਆ ਪਾਣਾ ਤੇਰੇ ਨਾਲ ਨਾਮ ਵਰਤਦਾ ਤਾਂ ਤੇਰੀ ਉਹ ਮੰਗ ਹੁੰਦੀ ਤਾਂ ਅੱਜ ਆ ਕੁਛ ਕਰਨਾ ਪੈਂਦਾ ਹੈ ਫੇਰ ਤੇਰਾ ਪਿਓ ਬਾਰੀ ਪਿੰਡੀ ਅੱਜ ਘਰ ਕਰਕੇ ਵਾਜੇ ਗਾਜਿਆਂ ਨਾਲ ਨਾ ਟੁਕਦਾ ਅੱਛਾ ਦਾਤਿਆ ਅੱਜ ਤੇਰੀ ਰਜ਼ਾ ਤੇ ਸਾਡੇ ਕਰਮ ਮੋਦਨ ਨੂੰ ਕਦੇ ਬੇਬੇ ਉਤੇ ਗੁੱਸਾ ਆ ਜਾਂਦਾ ਕਦੇ ਮਨ ਉਤੇ ਆਪਣੇ ਆਪ ਹੀ ਖਿਜ ਉੱਠਦਾ ਜਦੋਂ ਉਹਨੇ ਤੜਕੇ ਤਾਂ ਹੀ ਵੀ ਗੱਲ ਦਾ ਕੋਈ ਰਾਹ ਨਾ ਦਿੱਤਾ ਮੂੰਹ ਸਰਵੀ ਕੋਈ ਨਾ ਬਣਿਆ ਤਾਂ ਉਹਨੂੰ ਬਿਨਾਂ ਦੱਸਿਆ ਹੀ ਲੀੜੇ ਪਾ ਕੇ ਸਾਰੀਆਂ ਅਗਲੀਆਂ ਗੱਲਾਂ ਅੱਗੇ ਉੱਤੇ ਛੱਡ ਕੇ ਉਹ <li>ਉਲਦੂ ਨਾਲ ਤੁਰ ਗਿਆ। ਧੰਨਵਾਦ